ਸਾਨੂੰ ਕਹਿੰਦੇ ਹੋ ਵੀ ਅਸੀਂ ਬੁਰਾ ਭਲਾ ਕਹਿੰਦੇ ਹਾਂ, ਅਸੀਂ ਕੋਈ ਗੱਲ ਇਹਦੇ ਚ ਕਿਹੜੀ ਐਸੀ ਗੱਲ ਹੈ ਜਿਹਦੇ ਚ ਅਲਟ ਹੋ ਰਹੇ ਹੋ? ਅਸੀਂ ਤੇ ਮੈਂ ਵੀ ਲਾ ਦਿੰਦਾ ਵਾਂ, ਮੈਂ ਵੀ ਤੁਹਾਡੇ ਕੋਲ ਇਹੀ ਸਵਾਲ ਪੁੱਛਾਂਗਾ ਮੌਲਵੀ ਸਾਹਿਬ, ਇਹਦੇ ਚ ਕਿਹੜੀ ਗੱਲ ਹੈ ਜਿਹਦੇ ਚ ਅਲਟ ਹੋ ਰਹੇ ਹੋ? ਭਾਈ 50 ਤੁਸੀਂ ਤੇ ਲਾਂਦੇ, ਸਾਡੇ ਕੋਲ ਪੁੱਛ ਕੇ ਲਾਣੀ ਹੈ। ਇੱਥੇ ਮੈਂ ਤੁਹਾਡੇ ਸਾਹਮਣੇ ਲਾਣੀ ਹੈ ਨਾ, ਮੈਂ ਤੁਹਾਡੇ ਸਾਹਮਣੇ, ਮੇਰੇ ਤੋਂ ਬਾਅਦ ਲਾਈ ਰੱਖਿਓ ਜੋ ਮਰਜ਼ੀ ਕਰੀਓ। ਜੋ ਵੀ ਤੁਸੀਂ ਕਿਉਂ ਲਾਣੀ ਆ ਮੌਲਵੀ ਸਾਹਿਬ, ਮੇਰੇ ਤੋਂ ਬਾਅਦ ਲਾਈ ਰੱਖਿਓ ਫਿਰ, ਜੋ ਮਰਜ਼ੀ ਕਰੀ ਰੱਖਿਓ। ਮੈਂ ਜੇ ਅੰਦਰ ਬੈਠਾ ਹੁਣ ਇਧਰ ਨਹੀਂ ਜੇ ਗੱਲ ਕਰਨੀ ਆ। ਜੱਟ ਸਾਹਿਬ ਇੱਕ ਮਿੰਟ, ਤੁਸੀਂ ਜੋ ਮਰਜ਼ੀ ਕਰਦੇ ਹੋ, ਹਰ ਕਿਸਮ ਦੀ ਗੱਲ ਪਹਿਲੇ ਕਾਜ਼ਮੀ ਦੇ ਬਾਪ ਨੂੰ ਪੁੱਛ ਲਓ ਵੀ ਇਹਨੇ ਤਕਜ਼ੀਬ ਕਰਦੇ ਹੋ, ਹਰ ਕਿਸਮ ਦੇ ਕਰਦੇ ਹੋ। ਉਹ ਗੁੰਬਦ ਦੇ ਖਜ਼ਰਾ ਤੇ ਅਸੀਂ ਵੀ ਮੰਨਦੇ ਆ, ਤੁਸੀਂ ਅਜ਼ਮੀਰ ਸਾਹਿਬ ਨੂੰ ਮੰਨਦੇ ਹੋ? ਨਹੀਂ ਨਹੀਂ, ਮੈਂ ਵੀ ਉਂਝ ਦੀ ਕੋਈ ਲਾ ਦਿੰਦਾ ਨਾ ਵਿੱਚ ਜਿਹਨੂੰ ਤੁਸੀਂ ਵੀ ਮੰਨਣਗੇ ਤਾਂ ਅਸੀਂ ਮੰਨਦੇ ਹਾਂ। ਮੇਰੀ ਵੀ ਗੱਲ ਸੁਣ ਲਓ, ਰਿਸਪੈਕਟ ਨਾਲ ਸਲਾ ਰਹੇ ਆ ਆਪਣੀ। ਨਹੀਂ ਨਹੀਂ, ਮੈਂ ਵੀ ਉਂਝ ਦੀ ਵਿੱਚ ਲਾ ਦਿਆਂਗਾ ਜਿਹਨੂੰ ਅਸੀਂ ਵੀ ਮੰਨਦੇ ਹੋਵਾਂਗੇ, ਤੁਸੀਂ ਵੀ ਮੰਨਦੇ ਹੋਵੋਗੇ। ਉਹ ਭਾਈ ਮੈਂ ਮਨਾਰੇ ਪਾਕਿਸਤਾਨ ਦੀ ਵਿੱਚ ਲਾ ਦਿਆਂਗਾ, ਉੱਤੇ ਤੇ ਥੱਲੇ ਤਹਿਰੀਰ ਲਿਖ ਦਿਆਂਗਾ, ਉਹਨੂੰ ਤਾਂ ਮੰਨਦੇ ਹੋ ਨਾ ਮਨਾਰੇ ਪਾਕਿਸਤਾਨ ਨੂੰ ਤੇ ਪਾਕ ਮੁਕਾਮ ਮੰਨਿਆ ਗੁੰਬਦ ਖਜ਼ਰਾ ਨੂੰ, ਤੁਸੀਂ ਕੀ ਮੰਨਦੇ ਹੋ ਮਿਰਜ਼ਾ ਸਾਹਿਬ? ਅਸੀਂ ਵੀ ਮਨਾਰੇ ਪਾਕਿਸਤਾਨ ਨੂੰ ਬਹੁਤ ਅੱਛਾ ਮੁਕਾਮ ਸਮਝਦੇ, ਤੁਸੀਂ ਵੀ ਅੱਛਾ ਸਮਝਦੇ ਹੋ? ਤੇ ਤੁਸੀਂ ਮਨਾਰੇ ਪਾਕਿਸਤਾਨ ਦੀ ਲਾ ਦਿਓ। ਆਹੋ ਤੇ ਮੈਂ ਲਾ ਕੇ ਉੱਤੇ ਥੱਲੇ ਮੈਂ ਤਹਿਰੀਰ ਲਿਖਣੀ ਆ ਇੱਕ ਬਸ। ਅਲਤਾਫ ਸਾਹਿਬ ਆ ਜਿੱਦਾਂ ਤੁਸੀਂ ਲਿਖੀ ਆ ਇੰਜੀ, ਮੈਂ ਤਹਿਰੀਰ ਲਿਖਣੀ ਉੱਤੇ ਥੱਲੇ ਬਸ। ਕੀ ਲਿਆ ਗੁੰਬਦ ਖਜ਼ਰਾ? ਉਹ ਮੇਰੀ ਮਰਜ਼ੀ, ਤੁਸੀਂ ਆਪਣੀ ਮਰਜ਼ੀ ਤੇ ਲਿਖਿਆ, ਮੈਂ ਆਪਣੀ ਮਰਜ਼ੀ ਤੇ ਲਿਖਾਂਗਾ। ਗੁੰਬਦ ਖਜ਼ਰਾ ਤਾਂ ਅਸੀਂ ਵੀ ਮੰਨਦੇ ਆ ਯਾਰ, ਮੇਰੀ ਗੱਲ ਤੇ ਮਨਾਰੇ ਪਾਕਿਸਤਾਨ ਤੁਸੀਂ ਨਹੀਂ ਮੰਨਦੇ ਤੇ ਮਨਾਰੇ ਪਾਕਿਸਤਾਨ ਲਾ ਦਿਓ ਯਾਰ। ਤੇ ਬਸ ਮਨਾਰੇ ਪਾਕਿਸਤਾਨ ਦੇ ਲਾ ਕੇ ਉੱਤੇ ਥੱਲੇ ਤਹਿਰੀਰ ਲਿਖਣੀ ਮੈਂ। ਓਏ ਬਜ਼ੁਰਗ, ਆ ਤੇ ਮੈਂ ਉਹਦੇ ਤਹਿਰੀਰਾਂ ਲਿਖਣੀਆਂ ਦੋ ਮੈਂ। ਮਿਰਜ਼ਾ ਸਾਹਿਬ ਦੀ ਸ਼ਕਤ ਲਾ ਕੇ ਤਸਵੀਰ ਉੱਤੇ ਜੋ ਕੁਝ ਗੰਦ ਜੋ ਕੁਝ ਕਰ ਸਕਦੇ ਹਨ ਉਹ ਕੀਤਾ ਵੇ। ਉਹ ਭਾਈ ਮੈਂ ਉਹ ਤਸਵੀਰ ਉਹ ਬਣਾਈ ਹੋਈ ਆ ਪਿਛਲੇ ਜ਼ਮਾਨੇ ਦੀ, ਉਹ ਕਿਤੇ 2012-13 ਦੀ ਬਣਾਈ ਹੋਈ ਆ। ਉਹ ਮੈਂ ਆਪ ਦੱਸਿਆ ਵੀ ਹੋਇਆ ਲੋਕਾਂ ਨੂੰ, ਮੈਂ ਦੱਸ ਵੀ ਦਿੱਤਾ ਸਾਰਿਆਂ ਨੂੰ ਕਿ ਫੇਕ ਆ ਇਹ, ਓਰੀਜਨਲ ਨਾ ਕਰਕੇ ਪੇਸ਼ ਕਰਨਾ ਮੈਂ ਆਪ ਦੱਸਿਆ, ਠੀਕ ਆ ਨਾ। ਮੈਂ ਉਸ ਤੋਂ ਬਾਅਦ ਕਦੀ ਲਾਈ ਨਹੀਂ, ਕਦੀ ਵੇਖਿਆ ਮੈਨੂੰ ਲਾਈ ਹੋਈ ਹੋਵੇ? ਉਪਰ 10 ਸਾਲ ਹੋ ਗਏ ਕਿਤੇ ਲਾਈ, 10 ਸਾਲ ਪੁਰਾਣੀ ਗੱਲ ਕੱਢ ਕੇ ਲੈ ਆਇਆ ਤੂੰ। ਅੱਛਾ ਉਹ ਵੀ ਇੱਕ ਮਿੰਟ ਦੇ ਕੇ, ਹਾਂ 10 ਸਾਲ ਪੁਰਾਣੀ ਗੱਲ ਤੂੰ ਚੁੱਕ ਕੇ ਲੈ ਆਇਆ, ਤੂੰ ਨਵੀਂ ਕੋਈ ਗੱਲ ਨਹੀਂ ਲੱਭੀ? ਓਏ ਅੱਛਾ, 10 ਸਾਲ ਪੁਰਾਣੀ ਗੱਲ ਮੈਂ ਵੀ ਕੱਢ ਕੇ ਦਿਆਂ? ਤੂੰ ਮਿਰਜ਼ਾ ਸਾਹਿਬ ਦੇ ਬਾਰੇ ਕੀ ਕਹਿੰਦਾ ਰਿਹਾ ਉੱਥੇ ਫੇਸਬੁੱਕ ਤੇ, ਵਿਖਾਵਾਂ ਕੱਢ ਕੇ? ਨਹੀਂ ਤੂੰ ਮਿਰਜ਼ਾ ਸਾਹਿਬ ਦੇ ਬਾਰੇ, ਸੁਭਾਨ ਸਾਹਿਬ ਮਿਰਜ਼ਾ ਸਾਹਿਬ ਦੇ ਬਾਰੇ ਮੇਰੀ ਗੱਲ ਸੁਣ। ਮੈਂ ਮਿਰਜ਼ਾ ਸਾਹਿਬ ਦੇ ਬਾਰੇ ਜੋ ਕੁਛ ਉੱਥੇ ਤੂੰ ਫੇਸਬੁੱਕ ਤੇ ਲਿਖਦਾ ਰਿਹਾ, ਮੈਂ ਵਿਖਾਵਾਂ ਇਹਨਾਂ ਨੂੰ ਤੁਹਾਡੇ ਜਮਾਤ ਦੇ ਬੰਦਿਆਂ ਨੂੰ? ਹੁਣ ਤੂੰ ਮੂਮਨ ਬਣਿਆ ਇੱਥੇ? ਸੁਭਾਨ ਸਾਹਿਬ ਗੱਲ ਇੱਥੇ ਮੁਕਾਓ, ਸੁਭਾਨ ਸਾਹਿਬ ਉਹ ਸੁਭਾਨ ਸਾਹਿਬ ਮਿਰਜ਼ਾ ਸਾਹਿਬ ਨੂੰ ਤੂੰ ਉੱਥੇ ਫੇਸਬੁੱਕ ਤੇ ਨੰਗੀਆਂ ਗਾਲਾਂ ਕੱਢਦਾ ਹੁੰਦਾ ਸੀ, ਸੁਭਾਨ ਸਾਹਿਬ ਹੁਣ ਤੂੰ ਆ ਕੇ ਇੱਥੇ ਹਾਜੀ ਬਣ ਗਿਆ। ਹਾਂ ਤੂੰ ਤੇ ਕੋਈ ਨੀ ਕੱਢੀ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ ਤੇਰੇ ਤੋਂ। ਉਹ ਸਰਕਾਰ ਨੇ ਦਾਵਤ ਦਿੱਤੀ ਹੈ ਤੇ ਮੇਰਾ ਖਿਆਲ ਹੈ ਉਹ ਸਰਕਾਰ ਜਾਣੇ ਤੇ ਉਹ ਜਾਣਨ ਤੇ ਅਸੀਂ ਥੋੜੀ ਦੇਰ ਬਾਅਦ ਸੁਣ ਲੈ ਲੈਂਦੇ ਆ। ਨਹੀਂ ਯਾਰ ਉਹ ਗੱਲ ਸੁਣੋ, ਅਸੀਂ ਤੁਸੀਂ ਵੀ ਬੈਠੋ, ਕੋਈ ਨਹੀਂ ਯਾਰ ਪਲੀਜ਼ ਹੁਣ 1x1 ਗੱਲ ਕਰਨੇ ਆ, ਪਲੀਜ਼ ਇਹਦੇ 'ਚ ਕੋਈ ਅੱਛੇ ਤਰੀਕੇ ਨਾਲ ਗੱਲ ਹੋ ਰਹੀ ਹੈ, ਕੋਈ ਐਸੀ ਗੱਲ ਨਹੀਂ ਹੈ ਤੇ ਤਸਵੀਰ ਇਹੀ ਲੱਗੀ ਹੈ, ਕੋਈ ਅਸੀਂ ਨਹੀਂ ਹਟਾ ਰਹੇ ਤੇ ਡਾਕਟਰ ਸਾਹਿਬ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਡਾਕਟਰ ਸਾਹਿਬ ਪਲੀਜ਼ ਗੁੰਬਦ ਖਿਜ਼ਰਾ ਨੂੰ ਤੁਸੀਂ ਦੇਖਦੇ ਰਹੋ, ਤੁਹਾਡੇ ਵਾਸਤੇ ਵੀ ਉਹ ਠੰਡਕ ਹੈ ਤੇ ਸਾਡੀ ਵੀ ਅੱਖਾਂ ਦੀ ਠੰਡਕ ਹੈ, ਤੇ ਪਲੀਜ਼ ਉਹਨੂੰ ਦੇਖਦੇ ਰਹੋ ਤੁਹਾਡੀ। ਮੁਬਸ਼ਰ ਸਾਹਿਬ ਜਾਂ ਤੇ ਮੈਨੂੰ ਤਸਵੀਰ ਲਾਣ ਦੀ ਇਜਾਜ਼ਤ ਦੇਣਗੇ ਉਹ, ਤੇ ਜਾਂ ਮੈਂ ਇਹ ਤਸਵੀਰ ਲੱਗੀ ਤੇ ਗੱਲ ਨਹੀਂ ਕਰਨੀ, ਲਾ ਦੇ ਬਿਸ਼ੱਕ ਮੈਨੂੰ। ਅਗਰ ਮੈਨੂੰ ਮੌਕਾ ਦਿਓ ਤੇ ਮੈਂ ਤੁਹਾਨੂੰ ਦੋਵਾਂ ਪਾਰਟੀਆਂ ਨੂੰ ਕਹਿ ਲਓ ਕਿ ਤਸੱਲੀ ਕਰਾ ਦਿਆਂਗਾ ਤੁਹਾਡੀ ਦੋਨਾਂ ਦੀ। ਚਲੋ ਤੁਸੀਂ ਤੁਸੀਂ ਦਿਓ, ਤੁਹਾਡੇ ਕੋਲ ਮੌਕਾ ਹੈ ਜੀ, ਤੁਹਾਡੇ ਕੋਲ। ਹਾਂ ਮਿਹਰਬਾਨੀ, ਮੈਂ ਕਹਿ ਰਿਹਾ ਕਿ ਇੱਕ ਹਵਾਲਾ ਲਾਣਾ, ਸਹੀ ਹੈ, ਉਸ ਹਵਾਲੇ ਤੇ ਗੱਲ ਕਰਨੀ ਹੈ ਅਸੀਂ, ਠੀਕ ਹੈ? ਅਗਰ ਰੂਹਾਨੀ ਖਜ਼ਾਨ ਭਾਈ ਉਹ ਹਵਾਲਾ ਤੁਸੀਂ ਲਾ ਦਿਓ। ਠੀਕ ਹੈ ਜੀ, ਦੱਸੋ ਕਿਹੜਾ ਹਵਾਲਾ? ਦੱਸੋ, ਮੈਂ ਆ ਰਿਹਾ ਤੁਹਾਨੂੰ ਗਰੁੱਪ ਚ ਕਰ ਰਿਹਾ। ਕਲਾ ਦਿਓ, ਕਲਾ ਦਿਓ। ਅੱਛਾ ਜੇ ਉਸ ਹਵਾਲੇ ਨਾਲ ਗੁੰਬਦ ਦੇ ਖਿਜ਼ਰਾ ਲਾ ਦਈਏ ਤਾਂ ਤੇ ਤੁਹਾਨੂੰ ਦੁੱਖ ਨਹੀਂ ਹੋਏਗਾ ਡਾਕਟਰ ਸਾਹਿਬ? ਮੈਨੂੰ ਮਸਲਾ ਸਿਰਫ ਤਹਿਰੀਰ ਨਾਲ ਆ, ਗੁੰਬਦ ਦੇ ਖਿਜ਼ਰਾ ਨਾਲ ਤੇ ਨਹੀਂ ਹੈ ਨਾ।
ਨਹੀਂ ਨਹੀਂ ਅੱਲਾ ਮਾਫ ਕਰੇ। ਅੱਛਾ ਚਲੋ ਫਿਰ ਠੀਕ। ਜਦੋਂ ਤੁਸੀਂ ਹਵਾਲਾ ਲਾਣਾ ਨਾ, ਠੀਕ ਹੈ, ਤੇ ਹਵਾਲੇ ਤੇ ਜਿੰਨੀ ਦੇਰ ਗੱਲ ਹੋਏਗੀ ਉਨੀ ਦੇਰ ਜ਼ਿਆ ਸਾਹਿਬ ਬੈਠੇ ਨੇ, ਜਦੋਂ ਜ਼ਿਆ ਸਾਹਿਬ ਚਲੇ ਜਾਣਗੇ ਤੁਸੀਂ ਫੇਰ ਆਪਣੀ ਤਸਵੀਰ ਲਾ ਲਓ, ਠੀਕ ਹੈ ਨਾ। ਹਵਾਲੇ ਦੀ ਗੱਲ ਨਹੀਂ ਨਾ ਹੋਏਗੀ, ਠੀਕ ਹੈ ਠੀਕ ਹੈ, ਭੇਜੋ ਉਨੀ ਚਿਰ ਹਵਾਲੇ ਤੇ ਗੱਲ ਹੋਏਗੀ, ਠੀਕ ਹੈ ਭੇਜੋ ਜੀ ਭੇਜੋ। ਭੇਜ ਦਿੱਤਾ ਮੈਂ। ਛੋਟੀਆਂ ਛੋਟੀਆਂ ਗੱਲਾਂ ਤੇ ਕੌਮ ਜਜ਼ਬਾਤੀ ਹੋਈ ਹੋਈ ਹੈ। ਨਹੀਂ ਜਜ਼ਬਾਤੀ ਨਹੀਂ ਹੈ ਡਾਕਟਰ ਸਾਹਿਬ ਤਾਰਕ ਭਾਈ, ਇਹਨਾਂ ਨੇ ਅਸਲ 'ਚ ਇੱਕ ਨਾ ਜਿੱਕਣ ਕਹਿ ਲਓ ਤੁਸੀਂ ਇਸ ਤਰ੍ਹਾਂ ਬਣਾਉਂਦੇ ਨੇ ਪਏ ਹਿਸਾਬ ਆਪਣਾ, ਕਿ ਇਹਨਾਂ ਨੂੰ ਜੇ ਉੱਥੇ ਪਾਕਿਸਤਾਨ ਮਸਜਿਦਾਂ ਕਰਾਉਂਦੇ ਨੇ ਪਏ ਅਤੇ ਆਪਣੀਆਂ ਮਰਜ਼ੀਆਂ ਚਲਾਉਂਦੇ ਨੇ ਪਏ ਸਾਰੇ, ਠੀਕ ਹੈ। ਅਤੇ ਇੱਥੇ ਜਿਹੜਾ ਕਿ ਸਾਡੀਆਂ ਬਰਾਡਾਂ 'ਤੇ ਆ ਕੇ ਵੀ ਇਹ ਹੁਣ ਜੇ ਕਹਿਣ ਲੱਗ ਪਏ ਨੇ ਕਿ ਇਹ ਸਾਨੂੰ ਚੀਜ਼ ਨਹੀਂ ਪਸੰਦ ਤੁਸੀਂ ਲਾਹੋ, ਠੀਕ ਹੈ, ਤਾਂ ਅਸੀਂ ਬਹਿਸਾਂ ਦੇ ਤੁਹਾਡੇ ਨਾਲ ਮਤਲਬ ਐਡਾ ਭਾਈਚਾਰਾ ਹੈ ਵੀ ਕਿਹੜਾ ਸਾਡਾ, ਜੇ ਤੁਸੀਂ ਅਰਬ ਗੱਲ ਨਾਲ ਤੁਸੀਂ ਮਤਲਬ ਨਹੀਂ ਨਹੀਂ ਚੌਧਰੀ ਸਾਹਿਬ, ਅਸੀਂ ਵੇਖੋ ਨਾ ਉਹਨਾਂ ਦੀ ਮੰਨੀ, ਠੀਕ ਹੈ, ਸਾਡੀ ਉੱਥੇ ਹੀ ਗੱਲ ਅਸੀਂ ਲਾਵਾਂਗੇ, ਲੇਕਿਨ ਅਸੀਂ ਹੁਣ ਕਿਉਂਕਿ ਹਵਾਲੇ ਦੀ ਗੱਲ ਕਰਨੀ ਹੈ ਤੇ ਅਸੀਂ ਹੁਣ ਹਵਾਲਾ ਲਾ ਰਹੇ ਹਾਂ, ਹਵਾਲਾ ਲਾ ਰਹੇ ਹਾਂ, ਠੀਕ ਹੈ। ਤੇ ਜਦੋਂ ਅਸੀਂ ਮਿਸਾਲ ਦੇ ਤੌਰ ਤੇ ਇਹ ਚਲੇ ਜਾਣਗੇ ਹਵਾਲੇ ਤੇ ਉਨੀ ਦੇਰ ਗੱਲ ਹੋਣੀ ਹੈ, ਜਿੰਨੀ ਦੇਰ ਹਵਾਲੇ ਦੀ ਗੱਲ ਹੋਣੀ ਹੈ। ਠੀਕ ਹੈ, ਹੁਣ ਪੀਰ ਸਕਾਨੇ ਸਾਹਿਬ ਦੀ ਬਰਾੜ ਤੇ ਉੱਥੇ ਜਾ ਕੇ ਮਤਲਬ ਤੁਸੀਂ ਮਿਰਜ਼ਾ ਸਾਹਿਬ ਨੂੰ ਲੈ ਸਲਾਤ ਤੋਂ ਸਲਾਮ ਨਹੀਂ ਕਹਿ ਸਕਦੇ, ਠੀਕ ਹੈ, ਉਹਨਾਂ ਨੇ ਕਹੇ ਆ ਇੱਥੇ ਇੱਥੇ ਵੇਖੋ ਨਾ ਇੱਥੇ ਅਸੀਂ ਸਾਧਨ ਆ, ਹੁਣ ਫਿਰ ਜੇ ਸਾਡਿਆਂ ਨੇ ਮਤਲਬ ਘਰਾਂ ਵਿੱਚ ਆ ਕੇ ਆਪਣੀਆਂ ਮਰਜ਼ੀਆਂ ਇਹ ਚਲਾਉਣ ਦੇ, ਸੁਣੋ ਉਹ ਨਹੀਂ ਚਲਾਉਂਦੇ ਪਿਆ ਆਪਣੀ ਮਰਜ਼ੀ, ਕਿਤੇ ਉਹਨਾਂ ਨੇ ਜਿਹੜੇ ਫਿਰਦੇ ਪਏ ਮਤਲਬ ਉੱਤੇ ਸਾਰਿਆਂ ਦੇ, ਠੀਕ ਹੈ ਚੌਧਰੀ ਭਾਈ, ਕਿਦੋਂ ਉਹਨਾਂ ਨੇ ਆਪਣੀ ਮਰਜ਼ੀ, ਅਸੀਂ ਆਪਣੀ ਮਰਜ਼ੀ ਨਾਲ ਅਸੀਂ ਹਵਾਲੇ ਦੇ ਨਾਲ ਗੱਲ ਕਰਨੀ ਹੈ, ਮੈਂ ਇਸ ਵੇਲੇ ਤੋਂ ਹਵਾਲਾ ਲਵਾਇਆ ਤਾਂ ਪਿੱਛੇ ਰਹੀ ਹੋਈ ਤੇ ਬੇਸ਼ੱਕ ਤੁਸੀਂ ਥੋੜੀ ਦੇਰ ਵਾਸਤੇ ਨਾ ਦਿਹਾੜੀ ਅੱਧੀ, ਇਹ ਬੰਦਾ ਖੁਦ ਕਵੇ ਦਾ ਜਾ ਕੇ ਦੂਜੀਆਂ ਬ੍ਰਾਂਡਾਂ ਤੇ ਕਿ ਵੇਖੋ ਮੈਂ ਲਵਾਇਆ ਉਹਨਾਂ ਦਾ ਜਾ ਕੇ ਉਹਨਾਂ ਦੇ ਵਿੱਚ ਕਿ ਨਹੀਂ ਯਾਰ, ਕਿਦੋਂ ਲਾਇਆ ਨਹੀਂ ਆਪਣਾ ਹਵਾਲਾ ਚੌਧਰੀ ਸਾਹਿਬ, ਸਰਕਾਰ ਨੂੰ ਤਬਲੀਗ ਕਰਨ ਲੱਗਾ, 2 ਮਿੰਟ ਖਲੋ ਜਾਓ, ਬਲਕਿ ਤਬਲੀਗ ਕਰਦਾ ਤਸਵੀਰ ਲਾ ਕੇ ਵੇਖਨੇ ਆ ਜੱਟ ਸਾਹਿਬ, ਤਸਵੀਰ ਨਹੀਂ ਲਵਾਈ ਜਿੰਨੀ ਦੇਰ ਉਸ ਬੱਚੇ ਨੇ, ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਚੂਕੜੇ ਮਾਕਣੇ ਵਾਲੇ ਗੱਲ ਨਹੀਂ ਲੱਗਿਆ, ਕਹਿੰਦਾ ਕਿ ਜੇ ਤਸਵੀਰ ਗੱਲ ਤੇ ਸੁਣ ਲਓ, ਗੱਲ ਤੇ ਸੁਣ ਲਓ, ਜੇ ਰੱਖਣੀ ਦੀ ਤਸਵੀਰ ਤੇ ਮੈਂ ਨਹੀਂ ਬਹਿਣਾ, ਜੇ ਲਾਣੀ ਜੇ ਤਾਂ ਮੈਂ ਪੈਸਾ। ਅੱਛਾ ਹੁਣ ਜਿਹੜੇ ਮੌਜੂ ਚ ਉਹਦੇ ਨਾਲ ਗੱਲ ਕਰਨੀ ਜੇ ਉਹ ਹਵਾਲਾ ਲਾਣਾ, ਨਹੀਂ ਇਹ ਚੌਧਰੀ ਸਾਹਿਬ ਮੇਰੇ ਖਿਆਲ ਇਹ ਇਹਨਾਂ ਕੋਲ ਜ਼ਿਆਦਾ ਇਲਮ ਆ, ਡਾਕਟਰ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਨੇ, ਮਿਹਰਬਾਨੀ ਨਾ ਕਰੋ ਤੁਸੀਂ, ਇੱਕ ਮਿੰਟ ਡਾਕਟਰ ਸਾਹਿਬ ਨੇ, ਨਹੀਂ ਮੈਂ ਕਿਹਾ ਚੌਧਰੀ ਸਾਹਿਬ ਨੂੰ ਗੱਲ ਕਰ ਲੈਣ ਦਿਓ, ਚੌਧਰੀ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਨੇ, ਚਲੋ ਮੇਰੇ ਨਾਲ ਕਰਨ ਦੋ, ਹਾਂ ਡਾਕਟਰ ਸਾਹਿਬ ਨੂੰ ਗੱਲ, ਡਾਕਟਰ ਸਾਹਿਬ ਕਰੋ ਮੇਰੇ ਨਾਲ, ਛੋਟੀ ਸਰਕਾਰ ਤੁਹਾਡੇ ਤੇ ਨਹੀਂ, ਇਹਨਾਂ ਨੂੰ ਤਬਾਰ ਹੈਗਾ, ਇਹਨਾਂ ਨੂੰ ਕਰ ਲੈਣ ਦਿਓ ਗੱਲ, ਨਹੀਂ ਤੁਸੀਂ ਕਰੋ ਨਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹੋ, ਨਹੀਂ ਮਤਲਬ ਤੁਸੀਂ ਗੱਲ ਕੋ ਕਰਨਾ ਚਾਹੁੰਦੇ ਹੋ, ਛੋਟੀ ਸਰਕਾਰ ਨੇ ਤਾਂ ਗੱਲ ਕਰਨੀ ਸੀ ਤੁਸੀਂ, ਨਹੀਂ ਹੁਣ ਇੱਕ ਰੋਲਾ ਨਿਬੜ ਗਿਆ, ਤੁਹਾਨੂੰ ਜ਼ਰੂਰ ਖਿੱਚਣਾ ਦੁਬਾਰਾ, ਆਵਾਜ਼ ਕੱਟ ਗਿਆ, ਤੁਹਾਡੇ ਸਿਗਨਲ ਨਹੀਂ ਠੀਕ ਹੈ, ਆਵਾਜ਼ ਨਹੀਂ ਆ ਰਹੀ ਤੁਹਾਡੀ, ਇਹਦਾ ਮਤਲਬ ਹੈ ਡਾਕਟਰ ਸਾਹਿਬ ਹੁਣ ਸਾਡੇ ਚਾਂਦ ਸਾਹਿਬ, ਤੁਹਾਡੇ ਸਿਗਨਲ ਨਹੀਂ ਨੇ, ਆਵਾਜ਼ ਕੋ ਨਹੀਂ ਆ ਰਹੀ ਤੁਹਾਡੀ। ਅੱਛਾ ਡਾਕਟਰ ਸਾਹਿਬ ਹੁਣ ਇਹਦਾ ਮਤਲਬ ਇਹ, ਸੌਰੀ ਚੌਧਰੀ ਸਾਹਿਬ, ਆ ਰਹੀ ਹੈ ਵੇ, 1 ਮਿੰਟ ਮੇਰੀ ਗੱਲ, ਆਵਾਜ਼ ਆ ਰਹੀ ਹੈ, ਜੀ ਜੀ ਆ ਰਹੀ ਹੈ, ਕਰੋ ਕਰੋ, ਆਹੋ ਹੁਣ ਠੀਕ ਆ ਰਹੀ। ਅੱਛਾ ਡਾਕਟਰ ਸਾਹਿਬ, ਕੋਈ ਤੁਹਾਡੇ ਅਸੀਂ ਬੇਇੱਜ਼ਤੀ ਵਿੱਚ ਰਾਜ਼ੀ ਨਹੀਂ ਆ, ਸਮਝ ਆਈ ਜੇ, ਮਤਲਬ ਤੁਸੀਂ ਵੀ ਕੋਈ ਥੋੜਾ ਜਿਹਾ ਖਿਆਲ ਕਰਿਆ ਕਰੋ, ਅਸੀਂ ਤੁਹਾਨੂੰ ਬੜੀ ਇੱਜ਼ਤ ਦਿੰਨੇ ਆ, ਮਤਲਬ ਕੋਈ ਐਸੀ, ਹੁਣ ਦੇਖੋ
ਆਪਣੇ ਬੰਦਿਆਂ ਨੂੰ ਵੀ ਉਹ ਲਾ ਕੇ ਮਤਲਬ ਤੁਸੀਂ ਬਿਲਕੁਲ ਉਹ ਕਹਿੰਦੇ ਨੇ ਕਿ ਕਾਠੀ ਪਾਉਣ ਵਾਲੀ ਗੱਲ ਹੈ, ਤੁਸੀਂ ਥੋੜ੍ਹਾ ਹੱਥ ਥੋੜ੍ਹਾ ਰੱਖਿਆ ਕਰੋ, ਮਤਲਬ ਜੇ ਠੀਕ ਹੈ ਪਾਕਿਸਤਾਨ ਤੁਸੀਂ ਜੋ ਵੀ ਕਰਦੇ ਹੋ ਪੇ ਕਰੋ, ਹੁਣ ਇੱਥੇ ਆ ਕੇ ਤੁਸੀਂ ਬਰਾਡਾਂ 'ਤੇ ਵੀ ਮਤਲਬ ਆਪਣੀ ਮਰਜ਼ੀ ਚਲਾਉਣ ਲੱਗ ਪਿਓ ਕਿ ਸਾਡੇ ਵਾਸਤੇ ਇਹ ਹੋਵੇ ਤਾਂ ਅਸੀਂ ਇਹ ਕਰ ਸਕਦੇ ਹਾਂ, ਜੇ ਨਾ ਹੋਵੇ ਤਾਂ ਫਿਰ ਨਹੀਂ। ਮਤਲਬ ਟੀਚਰ ਸਾਹਿਬ, ਅਸੀਂ ਜਿਹੜਾ ਵੇ ਨਾ ਇਹ ਜ਼ਰੂਰਤ ਤੋਂ ਵੀ ਜ਼ਿਆਦਾ ਤੁਹਾਡੇ ਨਾਲ ਹੱਥ ਹੌਲਾ ਰੱਖੀਦਾ, ਇਹੀ ਵਜ੍ਹਾ ਵਾ ਕਿ ਅਸੀਂ ਸਾਰਾ ਦਿਨ ਆਪਣੇ ਮੁਸਲਮਾਨ ਭਰਾਵਾਂ ਕੋਲ ਗਾਲਾਂ ਖਾਂਦੇ ਹਾਂ ਤੁਹਾਡੇ ਨਾਲ ਹੱਥ ਹੌਲਾ ਰੱਖਣ ਦੀ ਵਜ੍ਹਾ ਤੋਂ। ਇਹ ਸਮਝੋ ਬਹੁਤ ਜ਼ਿਆਦਾ ਹੌਲਾ ਵੇ ਅਤੇ ਇਸ ਤੋਂ ਜ਼ਿਆਦਾ ਨਾ ਹੌਲਾ ਹੋ ਸਕਦਾ। ਅੱਛਾ ਮਾਸ਼ਾਅੱਲਾ, ਸਾਨੂੰ ਸਾਡੇ ਆਪਣੇ ਮੁਸਲਮਾਨ ਭਰਾਵਾਂ ਇਹ ਪੁੱਛ ਲਓ, ਉੱਤੇ ਛੋਟੀ ਸਰਕਾਰ ਬੈਠੀ ਹੈ ਕੋਈ ਪੁੱਛ ਲਓ, ਨਹੀਂ ਸਾਨੂੰ ਗਾਲਾਂ ਕੱਢਦੇ ਸਾਡੇ ਆਪਣੇ ਮੁਸਲਮਾਨ ਭਰਾ ਸਾਨੂੰ ਗਾਲਾਂ ਕੱਢਦੇ ਨੇ, ਉਹ ਕਹਿੰਦੇ ਨੇ ਮਰਜ਼ੀਆਂ ਦੀ ਬੜੀ ਸਪੋਰਟ ਕਰਦੇ ਨੇ ਅਤੇ ਮਰਜ਼ੀਆਂ ਨੂੰ ਬੜਾ ਫੇਵਰ ਕਰਦੇ ਨੇ ਅਤੇ ਮਰਜ਼ੀਆਂ ਨਾਲ ਬੜਾ ਪਿਆਰ ਮੁਹੱਬਤ ਬਣਾਉਂਦੇ ਨੇ। ਜਿਤਨਾ ਕੁ ਤੁਸੀਂ ਹੱਥ ਹੌਲਾ ਰੱਖਿਆ ਨਾ, ਇਹ ਤੁਹਾਨੂੰ ਵੀ ਪਤਾ ਹੈ, ਠੀਕ ਹੈ। ਮੈਂ ਤੁਹਾਨੂੰ ਦੱਸ ਰਿਹਾ ਚੁਰ ਸਾਹਿਬ, ਮੈਂ ਕਹਿੰਦਾ ਚੁਰ ਸਾਹਿਬ ਜਿੰਨਾ ਕੁ ਹੈ ਵੇ ਇਹਦੇ ਤੋਂ ਵੀ ਗਾਲਾਂ ਖਾਂਦੇ ਹਾਂ ਅਸੀਂ। ਇਹ ਮਿੱਠੀ ਮਿੱਠੀ ਜਿਹੜੀ ਭਾਸ਼ਾ ਨੇ ਨਾ ਇੰਦੀਆਂ ਨਾ ਤੁਸੀਂ ਦਿਆ ਕਰੋ, ਐਮ ਚੌਧਰੀ ਸਾਹਿਬ ਹੱਥ ਜਿਤਨਾ ਕੁ ਤੁਸੀਂ ਰੱਖੇ ਹੈ ਨਾ ਤੁਸੀਂ ਤੇ ਖਾਨਦਾਨ ਤੋਂ ਬਾਹਰ ਕਰ ਚੁਰ ਸਾਹਿਬ, ਇੱਕ ਮਿੰਟ ਇੱਕ ਗੱਲ ਵੀ ਅੱਗੇ ਹੋਣੀ ਹੈ ਜਾਂ ਇੱਕ ਮਿੰਟ ਪਲੀਜ਼ ਮੇਰੀ ਗੱਲ ਸੁਣੋ। ਨਹੀਂ ਚੁਰ ਸਾਹਿਬ, ਮੈਨੂੰ ਬਹੁਤ ਅਫਸੋਸ ਹੋਇਆ ਵਾ ਕਿ ਅਗਰ ਤੁਹਾਡੇ ਨਾਲ ਕੋਈ ਮਸਲਾ ਜਿਹਦਾ ਹੋਇਆ ਤਾਂ। ਨਹੀਂ ਮਸਲਾ ਮੇਰੇ ਨਾਲ ਨਹੀਂ ਛੜਾ ਹੋਇਆ, ਸਭ ਨਾਲ ਹੋਇਆ ਹੈ। ਤੁਹਾਡੇ ਨਾਲ ਬਿਲਕੁਲ ਮੈਂ ਤੁਹਾਡੇ ਦੁੱਖ ਦਰਦ ਚ ਬਰਾਬਰ ਦਾ ਸ਼ਰੀਕ ਹਾਂ, ਬਹੁਤ ਜ਼ਿਆਦਾ ਜ਼ਿਆਦਤੀ ਨਹੀਂ, ਉਹ ਤੁਹਾਨੂੰ ਅੱਲਾ ਨੇ ਕੋਈ ਨਾ ਚੀਜ਼ ਦਿੱਤੀ ਤੁਹਾਡੇ ਅੰਦਰ। ਚੌਧਰੀ ਸਾਹਿਬ ਇੱਕ ਗੱਲ ਕਰ ਲੈਂਦੇ ਹੋ ਪਲੀਜ਼, ਅੱਲਾ ਦਾ ਨਾਂ ਜੇ ਗੱਲ ਕਰ ਲੈਂਦੇ ਹੋ। ਹੁਣ ਡਾਕਟਰ ਸਾਹਿਬ ਮੈਂ ਸਿਰਫ ਹੁਣ ਵੇਖ ਲਓ, ਹੁਣ ਸਾਡੇ ਕੋਲ ਵੀ ਰਾਈਟ ਹੈ ਵੇ, ਜੇ ਤੁਸੀਂ ਸਾਡੀ ਉੱਥੇ ਕਿਸੇ ਅਕਾਬਰ ਦੀ ਤਸਵੀਰ ਲੱਗੀ ਹੋਏ ਅਸੀਂ ਉੱਤੇ ਚੜ੍ਹ ਕੇ ਤੁਹਾਨੂੰ ਜਾਂ ਥੱਲੇ ਕਮੈਂਟ ਚ ਕਹਿ ਸਕਦੇ ਹਾਂ ਕਿ ਤੁਸੀਂ ਜਿਹੜੀ ਵਾਅਦਾ ਖਿਲਾਫੀ ਕਰ ਰਹੇ ਹੋ ਜਿਸ ਤਰ੍ਹਾਂ ਸਾਡਾ ਵਾਅਦਾ ਹੋਇਆ। ਨਹੀਂ 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 ਨਹੀਂ, ਇੰਜ ਨਹੀਂ ਇੰਜ ਨਹੀਂ ਯਾਰ। ਮੁਬਸ਼ਰ ਸਾਹਿਬ ਮੈਂ ਤੁਹਾਨੂੰ ਸਮਝਾਉਣਾ ਵਾ, ਤੁਹਾਨੂੰ ਤਾਂ ਪਤਾ ਵੀ ਨਹੀਂ ਹੈ ਕਿ ਜਦੋਂ ਮੁਖਾਲਫਤ ਹੋਏ ਤੇ ਉੱਥੇ ਫਿਰ ਕਰੀਦਾ ਕੀ ਹੈ, ਤੁਹਾਨੂੰ ਤਾਂ ਇਹ ਵੀ ਸਾਨੂੰ ਸਮਝਾਉਣਾ ਪੈਂਦਾ। ਤੁਸੀਂ ਭਾਈ ਲੜੋ ਜਾ ਕੇ, ਬਹਿਸ ਕਰੋ ਅਗਲੇ ਨਾਲ, ਜ਼ੋਰ ਪਾਓ ਅਗਲੇ ਤੇ ਕਿ ਭਾਈ ਇਹ ਕੰਮ ਨਹੀਂ ਕਰਨਾ, ਇਹ ਨਾ ਕਰ। ਮੈਂ ਇੱਥੇ ਆਇਆ, ਮੈਂ ਆ ਕੇ ਗੱਲ ਕੀਤੀ ਨਾ ਤੁਹਾਡੇ ਨਾਲ ਕਿ ਯਾਰ ਮੈਨੂੰ ਇਹ ਨਹੀਂ ਮਨਜ਼ੂਰ, ਤੁਸੀਂ ਕਰ ਲਓ ਤੁਹਾਡੇ ਬੰਦੇ ਜਾਂ। ਇੱਕ ਮਿੰਟ ਗੱਲ ਸੁਣ ਲਓ ਮੇਰੀ, ਮੁਬਸ਼ਰ ਸਾਹਿਬ ਨਹੀਂ ਨਹੀਂ ਮੇਰੀ ਗੱਲ ਸੁਣ ਲਓ ਨਾ, ਮੈਂ ਤੁਹਾਨੂੰ ਦੱਸ ਰਿਹਾ ਨਾ ਤਰੀਕਾਕਾਰ ਕੀ ਹੈ, ਮੈਂ ਤੁਹਾਨੂੰ ਤਰੀਕਾਕਾਰ ਦੱਸਦਾ। ਮੈਂ ਆਇਆ ਭਾਵਾਂ ਮੈਂ ਜ਼ੋਰ ਪਾਇਆ ਜਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਗੱਲ ਨਹੀਂ ਕਰਨੀ, ਜੋ ਵੀ ਮੈਂ ਕਿਹਾ, ਮੈਂ ਗੱਲ ਤਾਂ ਕੀਤੀ ਨਾ, ਤੇ ਮੈਂ ਬੋਲੇ ਤਾਂ ਹੈ ਨਾ, ਉਹਦਾ ਜੋ ਵੀ ਸਲੂਸ਼ਨ ਨਿਕਲਿਆ ਤੁਸੀਂ ਮੇਰੇ ਕਹਿਣ ਤੇ ਹਟਾਈ ਜਾਂ ਤੁਸੀਂ ਸਰਕਾਰ ਦੇ ਕਹਿਣ ਤੇ ਹਟਾਈ ਜਾਂ ਹਵਾਲਾ ਲਾਉਣ ਵਾਸਤੇ ਹਟਾਈ, ਜੋ ਵੀ ਆ ਹਵਾਲਾ, ਜਿੰਨੀ ਦੇਰ ਲੱਗੀ ਰਹਿ ਠੀਕ ਹੈਗਾ, ਉਹ ਇੱਕ ਛੱਡ ਦਿਓ ਗੱਲ, ਹਟ ਜੂ ਗਈ ਨਾ ਤੇ ਉਹ ਛੱਡ ਦਿੱਤੀ ਗੱਲ। ਹੁਣ ਜੇ ਲੱਗੀ ਰਹਿੰਦੀ ਤੇ ਮੈਂ ਉਹਦੇ ਤੇ ਇਤਜਾਜ ਕਰਨਾ ਹੀ ਕਰਨਾ ਸੀ, ਮੈਂ ਬੋਲਣਾ ਹੀ ਬੋਲਣਾ ਸੀ। ਤੁਸੀਂ ਕੀ ਕਰਦੇ ਹੋ ਜਾ ਕੇ ਉੱਥੇ ਥੱਲੇ ਗਾਲਾਂ ਕੱਢਣ ਲੱਗ ਪੈਂਦੇ ਹੋ, ਤੁਸੀਂ ਭਾਈ ਲੜੋ ਸਾਡੇ ਨਾਲ, ਬਹਿਸ ਕਰੋ ਕਿ ਭਈਆ ਕਿਉਂ ਕੰਮ ਕੀਤਾ। ਮੈਂ ਜ਼ਿਆਰ ਸੂਰ ਮੈਂ ਆਪਣੀ ਗਰੰਟੀ ਲੈ ਸਕਦਾ, ਮੇਰੀ ਬਰਾੜ ਤੇ ਅਗਰ ਕੋਈ ਇੰਜ ਦਾ ਕੰਮ ਹੋਏ ਜਿਹੜਾ ਐਡੀਟਿੰਗ ਕੀਤੀ ਹੋਏ ਕਿਸੇ ਵੀ ਸ਼ਾਇਦ ਵਿੱਚ ਜਾਂ ਕੋਈ ਇੰਜ ਦੀ ਗੱਲ ਲਿਖੀ ਹੋਏ ਜਿਹੜੀ ਤੁਹਾਨੂੰ ਬਹੁਤ ਹਰਟ ਕਰ ਰਹੀ ਹੋਏ, ਤੁਸੀਂ ਮੇਰੇ ਨਾਲ ਆ ਕੇ ਬਹਿਸ ਕਰੋ, ਤੁਹਾਡੀ ਰੀਜ਼ਨੇਬਲ ਗੱਲ ਹੋਏਗੀ, ਮੈਂ ਬਿਲਕੁਲ ਐਵੈਲਿਊਏਟ ਕਰਾਂਗਾ ਉਹਨੂੰ। ਲੇਕਿਨ ਇਹ ਤਾਂ ਨਹੀਂ ਨਾ ਹੁੰਦਾ ਕਿ ਵੀ ਤੁਸੀਂ ਚੁੱਪ ਕਰਕੇ ਥੱਲੇ ਗਾਲਾਂ ਕੱਢ ਕੇ ਆ ਜਾਓ ਤੇ ਇੱਥੇ ਆਣ ਕੇ ਕਹੋ ਵੇਖੋ ਉਹਨਾਂ ਤਸਵੀਰਾਂ ਲਾਈਆਂ। ਇਹਦਾ ਮਤਲਬ ਇਹ ਸਿਰਫ ਇਹ ਕਹਿ ਦੇਣਾ ਕਿ ਅਸੀਂ ਹਰਟ ਹੋ ਰਹੇ ਹਾਂ, ਕਾਫੀ ਹੋਏਗਾ, ਕਿਉਂਕਿ ਤੁਸੀਂ ਇਹੀ ਕਿਹਾ, ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ, ਤੁਸੀਂ ਸਿਰਫ ਇਹ ਕਿਹਾ ਕਿ ਮੈਂ ਹਰਟ ਹੋ ਰਿਹਾ, ਦੈਟਸ ਇਟ। ਆਹੋ ਮੈਨੂੰ ਨਹੀਂ ਜੋ ਮੈਨੂੰ ਗੱਲ ਹੋਣੀ ਹੈ ਯਾ। ਹਾਂਜੀ ਹਾਂਜੀ ਸਰਕਾਰ ਸਾਹਿਬ, ਵੇਖੋ ਦੱਸੋ ਜੀ ਸਰਕਾਰ ਸਾਹਿਬ ਇੱਧਰ ਜਿਹੜਾ ਤੁਸੀਂ ਅਨੇ ਨਹੀਂ ਉੱਚ, ਚਲੋ ਗੱਲ ਹੋ ਗਈ, ਸਰਕਾਰ ਸਾਹਿਬ ਕਰੋ ਗੱਲ।
ਝੂਠ ਬੋਲਿਆ ਸੀ ਮੈਂ ਉਹਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਮੈਂ ਉਹ ਇਹਨਾਂ ਨਾਲ ਕਲੀਅਰ ਕਰਨਾ ਦੂਸਰਾ ਇਹ ਹਵਾਲੇ ਦੇ ਉੱਤੇ ਇਹਨਾਂ ਨੇ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਡਿਫੈਂਡ ਕੀਤਾ ਸੀ ਇਸੇ ਹਵਾਲੇ ਨੂੰ ਯਾਦ ਹੈ ਤੁਹਾਨੂੰ ਹਾਲਾਂਕਿ ਉੱਤੋਂ ਲੈ ਕੇ ਥੱਲੇ ਤੱਕ ਇਬਾਰਤ ਲਿਖੀ ਹੈ ਤੁਸੀਂ ਕੋਈ ਸ਼ੈ ਨਹੀਂ ਸੀ ਵਿੱਚੋਂ ਲੱਭੀ ਠੀਕ ਹੈ ਇਹ ਤੁਹਾਨੂੰ ਵੀ ਪਤਾ ਕਿੱਥੋਂ ਦਾ ਹਵਾਲਾ ਕਿਹੜੀ ਕਿਤਾਬ ਦਾ ਕਿਹੜਾ ਸਫ਼ਾ ਹੈ ਇਹ ਜਿਹੜੇ ਅਲਫਾਜ਼ ਲਿਖੇ ਸਨ ਨਾ ਔਰ ਜਿਨ ਕੋ ਜਿਸ ਕੀ ਦੋ ਜੋਰੂ ਹੈ ਔਰ ਦੋਨੋਂ ਪੱਕੀ ਜਨਾਕਾਰ ਸਨ ਇਹ ਵਾਲੀ ਜਿਹੜੀ ਸੀ ਇਬਾਰਤ ਇਹਦੇ ਉੱਤੇ ਤੁਸੀਂ ਇੱਕ ਵਾਰੀ ਡਿਫੈਂਡ ਕਰਦਿਆਂ ਹੋਇਆ ਮੈਨੂੰ ਨਹੀਂ ਯਾਨੀ ਕਿ ਗੱਲ ਤਾਂ ਸਾਡੇ ਨਾਲ ਹੀ ਹੋ ਰਹੀ ਸੀ ਲੇਕਿਨ ਤੁਸੀਂ ਆਪਣੀ ਬਰਾੜ 'ਤੇ ਫਿਰ ਜਾ ਕੇ ਹਵਾਲਾ ਪੇਸ਼ ਕੀਤਾ ਸੀ ਬਾਈਬਲ ਦੇ ਵਿੱਚੋਂ ਠੀਕ ਹੈ ਕਿਆ ਉਹ ਹਵਾਲਾ ਤੁਸੀਂ ਦੁਬਾਰਾ ਪੇਸ਼ ਸਾਡੇ ਜਿਸ ਤਰ੍ਹਾਂ ਕਿ ਇਹ ਇਤਰਾਜ਼ ਤੁਹਾਨੂੰ ਤੁਹਾਡੇ ਮੂੰਹ 'ਤੇ ਅਲੀਮ ਸਾਹਿਬ ਦੀ ਸੀ ਜਾਂ ਤੱਲਾ ਸਾਹਿਬ ਦੀ ਬਰਾੜ ਸੀ ਉੱਥੇ ਪੇਸ਼ ਕੀਤਾ ਗਿਆ ਸੀ ਅਤੇ ਤੁਸੀਂ ਜਵਾਬ ਇਹਦਾ ਜਾ ਕੇ ਆਪਣੀ ਬਰਾੜ 'ਤੇ ਦਿੱਤਾ ਸੀ ਕਿਆ ਤੁਸੀਂ ਉਹ ਹਵਾਲਾ ਹੁਣ ਪੇਸ਼ ਕਰ ਸਕਦੇ ਹੋ ਬਾਈਬਲ 'ਚੋਂ ਕਿਆ ਉਹ ਐਸਾ ਹਵਾਲਾ ਮੌਜੂਦ ਹੈ ਵੇ ਦੁਨੀਆ 'ਤੇ ਯਾਰ ਥੱਲੇ ਕੋਈ ਸਾਥੀ ਮੇਰਾ ਬੈਠਾ ਤਾਂ ਰਿਕਾਰਡਿੰਗ ਕਰ ਲਵੇ ਸਰਕਾਰ ਪਹਿਲੇ ਤਾਂ ਗੱਲ ਇਹ ਹੈ ਕਿ ਇੱਥੇ ਜਿੰਨੇ ਦੂਸਰੇ ਸਾਥੀ ਬੈਠੇ ਨੇ ਉਹਨਾਂ ਨੂੰ ਮਨਾ ਕਰੋ ਵਿੱਚ ਕੋਈ ਗੱਲ ਨਾ ਕਰੇ ਤੇਰੀ ਤਾਂ ਮੇਰੀ ਗੱਲ ਹੋਏਗੀ ਠੀਕ ਹੈ ਨਾ ਵਿੱਚ ਕੋਈ ਬੋਲੇ ਨਾ ਜਿਹੜਾ ਬੋਲੀ ਜਾਵੇ ਉਹਨੂੰ ਲਾਂਦੇ ਜਾਵੋ ਥੱਲੇ ਬਦਮਜ਼ਗੀ ਨਾ ਹੋਏ ਵਿੱਚ ਅਤੇ ਦੂਸਰੇ ਨੰਬਰ 'ਤੇ ਇਹ ਹੈਗਾ ਵਾ ਅਤੇ ਜੇ ਆਪਾਂ ਦੋਵੇਂ ਮੈਨੇਜ ਕਰ ਲਵਾਂਗੇ ਤਾਂ ਬਿਹਤਰ ਆ ਨਹੀਂ ਤਾਂ ਫਿਰ ਟਾਈਮ ਰੱਖ ਲੈਂਦੇ ਹਾਂ ਕੋਈ ਇੱਕ ਹਾਂ ਨਹੀਂ ਠੀਕ ਮੈਨੇਜ ਹੋ ਜਾਏਗਾ ਕੋਈ ਮਸਲਾ ਨਹੀਂ ਚਲੋ ਠੀਕ ਅੱਛਾ ਇਹਦੇ ਨਾਲ ਮੈਨੂੰ ਥੋੜ੍ਹੀ ਜਿਹੀ ਇਜਾਜ਼ਤ ਦੇ ਦਿਓ ਡਾਕਟਰ ਸਾਹਿਬ ਅਤੇ ਛੋਟੀ ਸਰਕਾਰ ਜੀ ਜੀ ਜ਼ਰੂਰ ਤਰ ਆਪਣਾ ਜੀ ਜ਼ਿਆਰ ਰਸੂਲ ਸਾਹਿਬ ਇਹ ਉਹੀ ਗੱਲ ਹੈ ਜਿਹੜੀ ਉਸ ਦਿਨ ਤੁਸੀਂ ਅਤੇ ਆਮਰ ਨਜ਼ੀਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਤੁਸੀਂ ਉਹ ਹਜ਼ਰਤ ਈਸਾ ਅਲੈਹਿ ਸਲਾਮ ਦੀ ਤੋਹੀਨ ਦੇ ਬਾਰੇ ਜਿਹੜਾ ਮਜ਼ਮੂਨ ਪੜ੍ਹ ਰਹੇ ਸੀ ਹਜ਼ਰਤ ਮਸੀਹ ਮੌਊਦ ਸਲਾਮ ਦੇ ਵੱਲੋਂ ਕਿ ਇਹਨਾਂ ਨੇ ਤੋਹੀਨ ਕੀਤੀ ਹੈ ਅਤੇ ਮੈਂ ਉਹ ਤੁਹਾਡੀ ਗੱਲ ਕਿਸੇ ਅਹਿਮ ਦੀ ਦੋਸਤ ਨਾਲ ਹੀ ਹੋ ਰਹੀ ਸੀ ਅਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਕਿ ਇਹਦੇ ਵਿੱਚ ਜਿਹੜਾ ਇਹ ਸੋਰਸ ਲੱਭਣਾ ਚਾਹੀਦਾ ਕਿ ਇਹ ਸੋਰਸ ਕੀ ਹੈ ਜੇ ਇਹਦੇ ਬਾਈਬਲ 'ਚ ਰੈਫਰੈਂਸ ਹੈਨ ਉਹ ਸਾਡੇ ਕਿਸੇ ਅਹਿਮਦੀ ਨੇ ਤੁਹਾਡੇ ਜਿਹੜੇ ਉਹ ਅਲ ਹਜ਼ਰਤ ਨੇ ਉਹਨਾਂ ਦਾ ਰੈਫਰੈਂਸ ਪੜ੍ਹਿਆ ਸੀ ਉਸ ਬਾਰੇ 'ਚ ਹੋਰ ਕਿਸੇ ਨੇ ਹੋਰ ਰਹਿਮਤੁੱਲਾ ਮੁਹਾਜਰ ਮੱਕੀ ਰਹਿਮਤੁੱਲਾ ਅਲੈਹ ਦਾ ਪੜ੍ਹਿਆ ਸੀ ਰੈਫਰੈਂਸ ਅਤੇ ਉਹਦੇ 'ਚ ਮੈਂ ਜਿਹੜਾ ਤੁਹਾਡੇ ਸਾਰਿਆਂ ਦੀ ਖਿਦਮਤ 'ਚ ਅਰਜ਼ ਕੀਤੀ ਸੀ ਕਿ ਜੇ ਤਾਂ ਇਹ ਬਾਈਬਲ 'ਚ ਲਿਖੀਆਂ ਹੋਈਆਂ ਚੀਜ਼ਾਂ ਨੇ ਅਤੇ ਫਿਰ ਇਹ ਤੁਹੀਨ ਜਿਹੜੀ ਹੈ ਸਾਡੇ ਬਜ਼ੁਰਗਾਂ ਦੇ ਭਾਵੇਂ ਉਹ ਤੁਹਾਡੇ ਵਾਲੇ ਪਾਸੇ ਹੋਣ ਜਾਂ ਸਾਡੇ ਹਜ਼ਰਤ ਮਿਰਜ਼ਾ ਸਾਹਿਬ ਹੋਣ ਇਹ ਤੁਹੀਨ ਕੋ ਨਹੀਂ ਇਹ ਉਹਨਾਂ ਨੂੰ ਉਹਨਾਂ ਦੇ ਇਤਰਾਜ਼ਾਂ ਦਾ ਜਵਾਬ ਇਲਜ਼ਾਮੀ ਜਵਾਬ ਦਿੱਤਾ ਗਿਆ ਬਿਲਕੁਲ ਠੀਕ ਠੀਕ ਹੈ ਨਾ ਬਿਲਕੁਲ ਅਤੇ ਤੁਸੀਂ ਇਹ ਵਾਅਦਾ ਕੀਤਾ ਸੀ ਕਿ ਆਇੰਦਾ ਅਗਰ ਇਹ ਚੀਜ਼ਾਂ ਸਾਨੂੰ ਬਾਈਬਲ 'ਚੋਂ ਮਿਲ ਜਾਣ ਅਤੇ ਆਇੰਦਾ ਅਸੀਂ ਮਿਰਜ਼ਾ ਸਾਹਿਬ 'ਤੇ ਇਹ ਇਲਜ਼ਾਮ ਨਹੀਂ ਲਾਵਾਂਗੇ ਕਿ ਮਿਰਜ਼ਾ ਸਾਹਿਬ ਨੇ ਹਜ਼ਰਤ ਈਸਾ ਅਲੈਹਿ ਸਲਾਮ ਦੀ ਤੋਹੀਨ ਕੀਤੀ ਲਤੀਫ ਮੀਰ ਸਾਹਿਬ ਦੇ ਕੋਲ ਹੈ ਨੇ ਉਹਨਾਂ ਨੇ ਸਾਰੀਆਂ ਤਸਵੀਰਾਂ ਲਤੀਫ ਮੀਰ ਸਾਹਿਬ ਦੇ ਵੀ ਜਿਹੜਾ ਨਾ ਬਹੁਤ ਅੱਗੋਂ ਜਿਹੜਾ ਉਹ ਦੱਸ ਦੇ ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਦੱਸੀਆਂ ਨੇ ਤੇ ਹਾਂ ਮੰਗਵਾ ਲਈਆਂ
ਹਾਂ ਉਹ ਚੰਗਾ ਹੋ ਗਿਆ ਉਹ ਇਹ ਵੇ ਕਿ ਉਸ ਮੌਜੂ ਦੇ ਉੱਤੇ ਜਿਹੜੀਆਂ ਮਸੀਹ ਮੌਤ ਵਾਲੀਆਂ ਇਬਾਰਤਾਂ ਨੇ ਉਹਦੇ ਉੱਤੇ ਇਹਨਾਂ ਦੇ ਨਾਲ ਟਾਈਮ ਰੱਖ ਲਓ ਮੀਆਂ ਸਾਹਿਬ ਦੀ ਬਰਾਬਰ ਰੱਖ ਲਓ ਉਸ ਦੌਰ ਦੀਆਂ ਹਾਂਜੀ ਉਸ ਦੌਰ ਦੀਆਂ ਇਬਾਰਤਾਂ ਜਿਹੜੀਆਂ ਨੇ ਤਕਰੀਬਨ ਜਿਹੜੀਆਂ ਹਜ਼ਰ ਮਿਰਜ਼ਾ ਸਾਹਿਬ ਦੇ ਦੌਰ ਦੀਆਂ ਨੇ ਨਾ ਹਾਂਜੀ ਉਹ ਇਬਾਰਤਾਂ ਇਹਨਾਂ ਨੂੰ ਮਿਲ ਜਾਣਗੀਆਂ ਤਾਂ ਫਿਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਾਂ ਆਇੰਦਾ ਜ਼ਿੰਦਗੀ ਭਰ ਅਸੀਂ ਮਿਰਜ਼ਾ ਸਾਹਿਬ ਤੇ ਇਲਜ਼ਾਮ ਨਹੀਂ ਲਾਉਂਦੇ ਕਿ ਇਹਨਾਂ ਨੇ ਹਜ਼ਰਤੀ ਸਾਡੀ ਤੋਂ ਬਿਲਕੁਲ 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 ਇਹ ਗੱਲ ਮੈਂ ਵੀ ਸੁਣੀ ਤਰਕ ਸਾਹਿਬ ਅਸੀਂ ਆਪਣੀ ਜ਼ਬਾਨ ਤੇ ਕਾਇਮ ਹਾਂ ਬਿਲਕੁਲ ਇੰਜ ਗੱਲ ਚਲੋ ਸਹੀ ਠੀਕ ਹੋ ਗਿਆ ਹੁਣ ਡੇਰਿੰਗ ਸਾਹਿਬ ਇਹ ਜਿਹੜੀ ਸਰਕਾਰ ਇੱਕ ਮਿੰਟ ਜੀ ਇੱਕ ਮਿੰਟ ਗੱਲ ਸੁਣੋ ਮੇਰੀ ਮੈਂ ਇੱਥੇ ਗੱਲਬਾਤ ਤੁਹਾਡੇ ਨਾਲ ਕਰਨ ਆਇਆ ਨਾ ਤੇ ਮੇਰੇ ਵੀ ਕੁਝ ਸਾਥੀ ਕੁਝ ਭਾਈ ਕੁਝ ਭੈਣਾਂ ਉਹ ਮਗਰ ਆਉਂਦੇ ਨੇ ਸੁਣਨ ਵਾਸਤੇ ਇਹ ਥੱਲੇ ਨਿਗਾਹ ਮਾਰ ਲਾ ਭੋਲੇ ਭਾਈ ਦਾ ਕਮੈਂਟ ਇਹਦੇ ਥੱਲੇ ਮਾਰੀਆ ਸਿਸਟਰ ਨੇ ਸਾਡੀ ਉਹਨੇ ਇੰਨਾ ਹੀ ਕਮੈਂਟ ਲਿਖਿਆ ਸੀ ਵੀ ਹਮਾਰੇ ਕਮੈਂਟ ਕਿਉਂ ਮਿਊਟ ਕਰ ਰਹੇ ਉਹ ਸਿਸਟਰ ਨੇ ਉਹ ਤੋਂ ਗਾਲ ਵੀ ਨਹੀਂ ਕੱਢਦੀ ਮੇਰੇ ਅੱਖੇ ਵੇਖਦੇ ਉਹਨੂੰ ਮਿਊਟ ਕਰਤਾ ਉਹਦੇ ਕਮੈਂਟ ਗਾਇਬ ਹੋ ਗਏ ਤਾਂ ਭੋਲੇ ਭਾਈ ਦੇ ਕਮੈਂਟ ਵੇਖ ਲਾ ਥੱਲੇ ਖੜੇ ਉਹਨੇ ਮਾਰੀਆ ਸਿਸਟਰ ਨੂੰ ਮੁਖਾਤਬ ਕਰਕੇ ਇਹ ਲਿਖਿਆ ਆ ਮਾਰੀਆ ਸਿਸਟਰ ਨੂੰ ਮੈਂਸ਼ਨ ਕਰਕੇ ਲਿਖਿਆ ਹੋਇਆ ਮੈਂ ਉਹਨਾਂ ਨੂੰ ਪਹਿਲਾਂ ਤੇ ਉਹ ਕਰਨ ਲੱਗਾ ਅਨਬਲਾਕ ਉਹ ਅਨਮਿਊਟ ਕਰਨ ਲੱਗਾ ਤਾਂ ਕਿ ਉਹ ਮਿਊਟ ਨਾ ਉਹ ਗੱਲ ਆਪਣੀ ਨਾ ਨਜ਼ਰ ਕਿੱਥੇ ਨੇ ਬਾਕੀ ਇਹ ਵੇ ਕਿ ਕਮੈਂਟ ਬੇਸ਼ੱਕ ਤੋਂ 5 ਮਿੰਟ ਵਾਸਤੇ ਮਿਊਟ ਕਰ ਦਿਓ ਆਪਣਾ ਸਰਕਾਰ ਸਾਹਿਬ ਇੱਕ ਮਿੰਟ ਖਲੋਜੋ ਜਦੋਂ ਕਿਤੇ ਸਾਡੀ ਅਸੀਂ ਇਹਨਾਂ ਦੇ ਬਰੋਟਾਂ ਨੂੰ ਜਾਂਦੇ ਆ ਸਾਰੀ ਲਾਈਵ ਮਿਊਟ ਕਰ ਛੱਡਦੇ ਨੇ ਸਾਰੀਆਂ ਗੱਲਾਂ ਇਹਨਾਂ ਦੀਆਂ ਨਹੀਂ ਮੰਨਣ ਜਾਣੀਆਂ ਤਾਂ ਸਾਡੇ ਘਰ ਆਉਂਦੇ ਦਾ ਮਤਲਬ ਇਹ ਮੰਨਣ ਜਾਣੀਆਂ ਨੇ ਠਹਿਰੋ ਜੱਟ ਸਾਹਿਬ ਸਟੇ ਰੀਅਲ ਸਾਹਿਬ ਕੀ ਤੁਹਾਡੇ ਕਹਿਣ ਦੇ ਉੱਤੇ ਦਿਲ ਚ ਅਗਰ ਕਮੈਂਟ ਤੇ ਗਲਤ ਗੱਲ ਲਿਖੀ ਹੋਏ ਤੁਸੀਂ ਮਿਊਟ ਕਰਵਾਉਂਦੇ ਹੋ ਇਹਨਾਂ ਕੋਲੋਂ ਕਿ ਨਹੀਂ ਕਰਵਾਉਂਦੇ ਕਰ ਦਿੰਦੇ ਨੇ ਕਿ ਨਹੀਂ ਕਰਦੇ ਕਰ ਦਿੰਦੇ ਨਾ ਤੇ ਫਿਰ ਕਹਿ ਲਓ ਕਿ ਸਾਡਾ ਵੀ ਹੱਕ ਬਣ ਗਿਆ ਕਿ ਅਸੀਂ ਵੀ ਉਹਨਾਂ ਨੂੰ ਉਹੀ ਪ੍ਰੋਟੋਕੋਲ ਦਈਏ ਜਿਹੜਾ ਕਿ ਤੁਹਾਨੂੰ ਮਿਲਦਾ ਮੁਬਸ਼ਰ ਸਾਹਿਬ ਮੈਂ ਨਾ ਇਹ ਹਵਾਲੇ ਨੂੰ ਵੱਡਾ ਕਰਕੇ ਭੇਜਿਆ ਜੋ ਲਾ ਲਓ ਮੁਬਸ਼ਰ ਸਾਹਿਬ ਅੱਛਾ ਓਕੇ ਓਕੇ ਮੈਂ ਲਾ ਲਾ ਗੋਲ ਠੀਕ ਹੈ ਛੋਟੀ ਸਰਕਾਰ ਤੇ ਮੁਬਸ਼ਰ ਸਾਹਿਬ ਗੱਲ ਇਹ ਹੈਗੀ ਹੈ ਕਿ ਜਿੰਨੀ ਦੇਰ ਗੁਫ਼ਤਗੂ ਹੋ ਰਹੀ ਨਾ ਇੱਕੋ ਹੀ ਬੰਦਾ ਤੁਸੀਂ ਆਪ ਹੀ ਮੋਡਰੇਟਰ ਹੋ ਤੇ ਬਾਕੀ ਜਿਹੜੇ ਬਣਾਏ ਸਾਰੇ ਹਟਾ ਦਿਓ ਬਾਅਦ ਚ ਬਣਾ ਲੈਣਾ ਫਿਰ ਸਾਰਿਆਂ ਨੂੰ ਇੱਥੇ ਇਹਨਾਂ ਨੇ ਇੰਜ ਹੀ ਬੈਠੇ ਆ ਇੰਜ ਹੀ ਕਰਨੇ ਆ ਫਿਰ ਵਿੱਚ ਰੋਲੇ ਪੈਣਗੇ ਗੱਲ ਇਹਨਾਂ ਨੂੰ ਸਕੂਨ ਨਹੀਂ ਆਉਣ ਦੇਣੇ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਦੇਖੋ ਹੁਣ ਬਸ ਕਰੋ ਜਿੰਨਾ ਕੁ ਹੋ ਗਿਆ ਉਹਨਾਂ ਕੋ ਰਹਿਣ ਦਿਓ ਹੁਣ ਇੰਨੀਆਂ ਸ਼ਰਾਇਤ ਨਾ ਰੱਖੋ ਮੁਬਸ਼ਰ ਸਾਹਿਬ ਕੋਈ ਵੀ ਗਲਤ ਕਮੈਂਟ ਕਰਦਾ ਤੁਹਾਨੂੰ ਮਿਊਟ ਕਰੋ ਅਹਿਮਦੀ ਜਾਂ ਗੈਰ ਅਹਿਮਦੀ ਵੇਖੋ ਜੀ ਮਾਰੀਆ ਸਿਸਟਰ ਨੇ ਕੋਈ ਮੈਂ ਕਨਫਰਮ ਮੈਂ ਗਾਰੰਟੀ ਦਿੰਦਾ ਉਹਨਾਂ ਨੇ ਇੱਕ ਵੀ ਗਲਤ ਕਮੈਂਟ ਨਹੀਂ ਕੀਤਾ ਨਾ ਉਹ ਕਰਨੀਆਂ ਠੀਕ ਹੈ ਭਾਜੀ ਠੀਕ ਹੈ ਜਿਹੜੀ ਗੱਲ ਹੈ ਉਹਨਾਂ ਨੂੰ ਮਿਊਟ ਕਰਤਾ ਤੇ ਆ ਭੋਲੇ ਭਾਈ ਦੇ ਕੋਈ 3 ਦਰਜਨ ਕਮੈਂਟ ਜਿਹੜੇ ਕਾਪੀ ਪੇਸਟ ਕੀਤੇ ਉਂਝ ਹੀ ਖੜੇ ਹਾਲੇ ਤੱਕ ਨਹੀਂ ਮਿਊਟ ਮੈਂ ਕਹਿ ਰਿਹਾ ਕਿ ਅਗਰ ਉਹ ਮੇਰੇ ਕੋਲ ਮਿਊਟ ਨਹੀਂ ਹੋ ਰਹੇ ਉਹ ਮੇਰੇ ਖਿਆਲ ਨਾਲ ਮੋਡੀਏਟਰ ਨੇ ਤੇ ਉਹ ਮੇਰੇ ਕੋਲ ਨਹੀਂ ਮਿਊਟ ਹੋ ਰਹੇ ਉਹਦਾ
ਮੈਂ ਨਾ ਡਾਕਟਰ ਸਾਹਿਬ ਹੁਣ ਜੇ ਤੁਸੀਂ ਗੱਲ ਤੇ ਕਰ ਲਓ ਹਵਾਲਾ ਲੱਭ ਲਿਆ ਜੋ ਕਿ ਨਹੀਂ ਠੀਕ ਹੋ ਗਿਆ ਜੀ ਇਹ ਤੁਸੀਂ ਬਸ ਇਹ ਮੈਨੂੰ ਗੱਲ ਹੀ ਨਹੀਂ ਟੋਟਲ ਸਮਝ ਆਈ ਕਿ ਗੱਲ ਤੂੰ ਕੀ ਕਰਨੀ ਕੀ ਗੱਲ ਮੈਂ ਗੱਲ ਕੀਤੀ ਹੈ ਇਹ ਵਾਲਾ ਹਵਾਲਾ ਲੈਣੀ ਠਹਿਰੋ ਠਹਿਰੋ ਇਹ ਵਾਲਾ ਇਤਰਾਜ਼ ਅਸੀਂ ਤੁਹਾਨੂੰ ਆਪਣੀ ਬਰਾੜ ਦੇ ਉੱਤੇ ਪੇਸ਼ ਕੀਤਾ ਸੀ ਠੀਕ ਹੈ ਪੇਸ਼ ਕੀਤਾ ਸੀ ਤੁਸੀਂ ਉੱਥੇ ਆਏ ਗੱਲ ਆਖ ਗਏ ਸੋ ਕਿ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦਿਆਂਗਾ ਇਹ ਗੱਲ ਕਹੀ ਸੀ ਯਾਦ ਜੇ ਕਿ ਨਹੀਂ ਯਾਦ ਇਹਨਾਂ ਦਾ ਯਾਦ ਹੈ ਨਾ ਹਾਂ ਇਸੇ ਇਬਾਰਤ ਦਾ ਤੁਸੀਂ ਜਾ ਕੇ ਬਾਕੀ ਉੱਤੋਂ ਲੈ ਕੇ ਥੱਲੋਂ ਤੱਕ ਕੁਛ ਨਹੀਂ ਸੀ ਜਵਾਬ ਦਿੱਤਾ ਸਿਰਫ ਇਸੇ ਇਬਾਰਤ ਦਾ ਜਿਹੜੀ ਆ ਦੋ ਜੋਰੂ ਵਾਲੀ ਇਬਾਰਤ ਸੀ ਨਾ ਇਹਦਾ ਤੁਸੀਂ ਜਾ ਕੇ ਆਪਣੀ ਬਰਾੜ ਦੇ ਉੱਤੇ ਜਵਾਬ ਦਿੱਤਾ ਸੀ ਯਾਨੀ ਕਿ ਉਸ ਬਰਾੜ ਦੇ ਉੱਤੇ ਇੰਨਾ ਅਗਲੇ ਦਿਨ ਆ ਕੇ ਜਵਾਬ ਦਿੱਤਾ ਸੀ ਅਲੀਮ ਸਾਹਿਬ ਦੀ ਗੱਲ ਬਣੋ ਲਾਈਵ ਸੀ ਤੇ ਕੱਲ੍ਹ ਨੂੰ ਸਾਹਿਬ ਨੇ ਸਵਾਲ ਕੀਤਾ ਸੀ ਠੀਕ ਹੈ ਨਾ ਜਵਾਬ ਉੱਥੇ ਆਪਾਂ ਵਾਪਸ ਆ ਕੇ ਤੁਸੀਂ ਅਗਲੇ ਦਿਨ ਦਿੱਤਾ ਸੀ ਨਾ ਉਸ ਤੋਂ ਅਗਲੇ ਦਿਨ ਨਾ ਉਸ ਤੋਂ ਅਗਲੇ ਦਿਨ ਲੇਕਿਨ ਇੱਕ ਵੇਖ ਆਪਣੀ ਬਰਾੜ ਤੇ ਤੁਸੀਂ ਬਹਿ ਕੇ ਜਵਾਬ ਦਿੱਤਾ ਸੀ ਉਹ ਜਵਾਬ ਤੁਸੀਂ ਕਿਹਾ ਤੁਸੀਂ ਇੱਥੇ ਹੁਣ ਦੁਬਾਰਾ ਦੇ ਸਕਦੇ ਹੋ ਹਵਾਲਾ ਲਾ ਕੇ ਬਿਲਕੁਲ ਮੈਂ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਕ ਹੀ ਗੱਲ ਦਾ ਜਵਾਬ ਦਿੱਤਾ ਵਾ ਮੈਂ ਤਾਂ ਉੱਤੋਂ ਪਹਿਲੀ ਲਾਈਨ ਤੋਂ ਲੱਗ ਕੇ ਐਂਡ ਵਾਲੀ ਲਾਈਨ ਤੱਕ ਹਰ ਹਰ ਗੱਲ ਦਾ ਜਵਾਬ ਦੇ ਸਕਦਾ ਤੁਹਾਨੂੰ ਉਹ ਮਸਲਾ ਤਾਂ ਨਹੀਂ ਹੈ ਲੇਕਿਨ ਜਵਾਬ ਮੈਂ ਉਦੋਂ ਦੇਣਾ ਵਾ ਜਦੋਂ ਮੁਕਾਬਲ 'ਚ ਮੈਨੂੰ ਵੀ ਤੁਸੀਂ ਜਵਾਬ ਦੇਣਾ ਮੈਂ ਇਕੱਲਿਆਂ ਤੁਹਾਨੂੰ ਜਵਾਬ ਨਹੀਂ ਦੇਣਾ ਮੇਰੇ ਵੱਲੋਂ ਜਵਾਬ ਆ ਚਿੱਟਾ ਹੀ ਉਹ ਵੀ ਜਵਾਬ ਮੈਂ ਇੰਜ ਦਿਆਂਗਾ ਤੁਸੀਂ ਇੱਕ ਇਬਾਰਤ ਜਿਹੜੀ ਇਮਾਮ ਅਹਿਮਦ ਰਜ਼ਾ ਖਾਨ ਸਾਹਿਬ ਨੇ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਦੀ ਤਰਫ ਮਨਸੂਬ ਕੀਤੀ ਹੋਏ ਉਹ ਇਬਾਰਤ ਪੇਸ਼ ਕਰਨੀ ਆ ਅਤੇ ਉਹਦਾ ਮੈਂ ਤੁਹਾਨੂੰ ਜਵਾਬ ਦਿਆਂਗਾ ਫਿਰ ਮੈਂ ਮਿਰਜ਼ਾ ਸਾਹਿਬ ਦੀ ਇਬਾਰਤ ਤੁਹਾਡੇ ਅੱਗੇ ਰੱਖਾਂਗਾ ਤੁਸੀਂ ਮੈਨੂੰ ਉਹਦਾ ਜਵਾਬ ਦੇਣਗੇ ਇਸ ਤਰੀਕੇ ਨਾਲ ਗੱਲ ਹੋਏਗੀ ਅਗਰ ਇਹ ਤੁਹਾਨੂੰ ਮਨਜ਼ੂਰ ਹੈ ਤਾਂ ਮੈਂ ਬੈਠਾ ਹੁਣੇ ਗੱਲ ਸ਼ੁਰੂ ਕਰ ਲੈਂਦੇ ਹਾਂ ਅਗਰ ਨਹੀਂ ਮਨਜ਼ੂਰ ਫਿਰ ਫੁੱਲ ਸ਼ੁੱਲ ਮਾਰੋ ਅਤੇ ਇੱਕ ਦੂਏ ਨੂੰ ਤਾਂ ਖੇਡੋ ਬੈਠ ਨਹੀਂ ਠੀਕ ਹੋ ਗਿਆ ਮੈਂ ਗੱਲ ਕੀਤੀ ਹੈ ਕਿ ਤੁਸੀਂ ਤੁਹਾਨੂੰ ਜਿੰਨੀਆਂ ਵੀ ਵਾਰਤਾਂ ਮਸੀਹ ਮੋਦੀਆਂ ਨਾ ਉਹਦੀ ਇੱਕ ਇੱਕ ਵਾਰਤ ਦਾ ਜਵਾਬ ਤਸਟੇਰੀਅਲ ਸਾਹਿਬ ਨੇ ਵੀ ਇਕੱਠੇ ਕੀਤੇ ਨੇ ਹਾਲਾਂਕਿ ਮੇਰੇ ਕੋਲ ਵੀ ਹੈ ਨੇ ਉਹ ਤੁਹਾਨੂੰ ਮਿਲ ਜਾਣਗੇ ਲੇਕਿਨ ਉਹ ਹੁਣੇ ਪ੍ਰੋਗਰਾਮ ਰੱਖਣਾ ਅਤੇ ਮੈਂ ਤਾਂ ਕਿਉਂਕਿ ਤੁਹਾਡੇ ਕੋਲ ਆਪਣੇ ਦੋ ਸਵਾਲ ਲੈ ਕੇ ਆਏ ਹਾਂ ਅਤੇ ਮੈਨੂੰ ਉਹ ਇੱਕ ਇਸ ਇਬਾਰਤ ਦੇ ਉੱਤੇ ਵੀ ਇੱਕ ਰੈਂਡਮ ਤੁਸੀਂ ਮੇਰੇ ਸਾਹਮਣੇ ਝੂਠ ਬੋਲਿਆ ਸੀ ਉਹਦਾ ਤੁਸੀਂ ਜਵਾਬ ਨਹੀਂ ਸੋ ਦੇ ਸਕੇ ਕਿਸੇ ਹੋਰ ਦੀ ਬਰਾੜ ਸੀ ਅਤੇ ਮੈਂ ਕਿਹਾ ਕਿ ਜਿੱਦਣ ਮੇਰੇ ਸਾਹਮਣੇ ਹੋਣਗੇ ਤਾਂ ਮੈਂ ਉਦਣ ਇਹਨਾਂ ਕੋਲ ਜਵਾਬ ਮੰਗਾਂਗਾ ਇਸ ਚੀਜ਼ ਦਾ ਠੀਕ ਹੈ ਇਹ ਦੋ ਸਵਾਲ ਮੇਰੇ ਨੇ ਅਗਰ ਇਸ ਤੋਂ ਬਾਅਦ ਅਗਰ ਤੁਸੀਂ ਇਸ ਗੱਲ ਜਿਹੜਾ ਝੂਠ ਤੂੰ ਬੋਲ ਦੱਸੋ ਦੱਸੋ ਮੈਂ ਕਿਹਾ ਜਿਹੜਾ ਤੂੰ ਕਹਿ ਰਿਹਾ ਮੈਂ ਝੂਠ ਬੋਲਿਆ ਉਹ ਤੂੰ ਮੇਰੇ ਕੋਲ ਪੁੱਛ ਲਾ ਇਹਦਾ ਜਿਸ ਤਰੀਕੇ ਤੂੰ ਜਦੋਂ ਜਵਾਬ ਦੇਂਗਾ ਮੈਂ ਵੀ ਇਹਦਾ ਦੇ ਦੇਵਾਂਗਾ ਤੈਨੂੰ ਇਹਦਾ ਵੀ ਮਿਲ ਜਾਏਗਾ ਜਵਾਬ ਜਦੋਂ ਤੁਸੀਂ ਦੇਣਗੇ ਉਦੋਂ ਹੀ ਮਿਲ ਜਾਏਗਾ ਯਾਨੀ ਉਹ ਪ੍ਰੋਗਰਾਮ ਰੱਖ ਲਈਏ ਕਿ ਮਸੀਹ ਮੋਦੀ ਇਬਾਰਤਾਂ ਤੁਸੀਂ ਪੇਸ਼ ਕਰ ਦੇਣੀਆਂ ਨੇ ਹਜ਼ਰਤ ਈਸਾ ਦੇ ਬਾਰੇ 'ਚ ਅਸੀਂ ਆਲਾ ਹਜ਼ਰਤ ਸਾਹਿਬ ਦੀ ਇਬਾਰਤ ਪੇਸ਼ ਕਰ ਦੇਣੀ ਬਿਲਕੁਲ ਰੱਖ ਲਓ ਠੀਕ ਹੋ ਗਿਆ ਇਸ ਟਾਈਮ ਜਿਹੜਾ ਮਰਜ਼ੀ ਟਾਈਮ ਰੱਖ ਲਓ ਬਿਲਕੁਲ ਠੀਕ ਹੋ ਗਿਆ ਇਹੀ ਬਰਾਡ ਹੋਏਗੀ ਇਹੀ ਇੱਥੇ ਪ੍ਰੋਗਰਾਮ ਤੁਹਾਨੂੰ ਫਿਕਸ ਕਰਕੇ ਦੱਸ ਦਿੰਦੇ ਹਾਂ ਅੱਛਾ ਦੂਜੀ ਗੱਲ ਸੀ ਤੁਸੀਂ ਜੋਸਫ ਮਸੀਹ ਦੀ ਲਾਈਵ ਸੀ ਉੱਥੇ ਬਹਿ ਕੇ ਇਹ ਝੂਠ ਮਾਰਿਆ ਸੀ ਕਿ ਜਰਮਨ ਦੇ ਵਿੱਚ ਇੱਕ ਅਹਿਮਦੀ ਨੇ ਘਰ ਸਾੜ ਕੇ ਮੁਸਲਮਾਨਾਂ ਦੇ ਉੱਤੇ ਪਾਇਆ ਹੈ ਠੀਕ ਹੋ ਗਿਆ ਇਹ ਗੱਲ ਕੀਤੀ ਸੀ ਨਾ ਤੁਸੀਂ ਇੰਜ ਹੀ ਕੀਤੀ ਸੀ ਇਹਨੂੰ ਤੁਸੀਂ ਸਾਬਤ ਕਰ ਸਕਦੇ ਹੋ ਹਾਂ ਬਿਲਕੁਲ ਕਰ ਸਕਦੇ ਕਿੱਥੋਂ ਸਾਬਤ ਕਰ ਸਕਦੇ ਹੋ ਕਿਸ ਤਰ੍ਹਾਂ ਦਾ ਕੀ ਤੁਹਾਡੇ ਕੋਲ ਇਹ ਨਾਈਨ ਬ੍ਰਦਰ ਜਿਹੜਾ ਵਾ ਨਾਈਨ ਬ੍ਰਦਰਜ਼ ਜਿਹੜੇ ਹੈ ਨੇ ਤੁਹਾਡਾ ਚੈਨਲ ਆ ਉਹ ਤੇ ਜਾ ਕੇ ਵੇਖੋ ਆਹੋ ਯੂਟਿਊਬ ਤੇ ਚੈਨਲ ਹੈਗਾ ਨਾਈਨ ਬ੍ਰਦਰ ਮਰਜ਼ਈਆਂ ਦਾ ਹੀ ਆ ਮਰਜ਼ਈ ਦੇ ਚੈਨਲ ਨਹੀਂ 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 ਉਹ ਜਰਮਨ ਦੇ ਵਿੱਚ ਇੱਕ ਬੰਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਉਹਨੂੰ ਪਰਸਨਲੀ ਤੌਰ ਤੇ ਵੀ ਜਾਣਦਾ ਜਿੱਦਾਂ ਵੀ ਜਾਣਦੇ ਹੋ ਭਾਵੇਂ ਇੱਕ ਬੰਦਾ ਤੇ ਭਾਵੇਂ ਅੱਧਾ ਬੰਦਾ ਨਹੀਂ ਨਹੀਂ ਉਹਦਾ ਨਹੀਂ ਮਸਲਾ ਮੇਰੀ ਗੱਲ ਸੁਣੋ ਉਹਨੇ ਉਹਦਾ ਮਾਲਕ ਹੈ ਨਾ ਉਹਦਾ ਮਾਲਕ ਯਾਨੀ ਕਿ ਉਹ ਜਿਹੜਾ ਮੇਨ ਬੰਦਾ ਜਿਹੜਾ ਆ ਕੇ ਇੰਟਰਵਿਊ ਲੈਂਦਾ ਉਹਨੇ ਮੇਰਾ ਵੀ ਇੰਟਰਵਿਊ ਚਾੜਿਆ ਉਹਦੇ ਤੇ ਠੀਕ ਹੈ ਉਹ ਬੰਦੇ ਨੇ ਆਪਣਾ ਉਹਦਾ ਜਮਾਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਠੀਕ ਹੈ ਉਹਨੇ ਅੱਗੇ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਸ਼ਾਇਦ ਉਹ ਵੀ ਮੈਨੂੰ ਪੱਕਾ ਨਹੀਂ ਪਤਾ ਲੇਕਿਨ ਮੈਨੂੰ ਵੀ ਸ਼ਾਇਦ ਸ਼ੱਕ ਹੈ ਕਿ ਹੋ ਸਕਦਾ ਕਿ ਉਹ ਅਹਿਮਦੀ ਹੋਵੇ
ਛੋਟੀ ਸਰਕਾਰ ਮਰੇ ਤੇ ਮੁਕਰੇ ਦਾ ਫਿਰ ਕੋਈ ਰਾਜ ਨੀ, ਬੰਦਾ ਹੀ ਤੁਹਾਡਾ ਉਹ ਨਹੀਂ ਹੈਗਾ ਸਾਡਾ ਨਹੀਂ ਹੈ। ਅਗਲੀ ਗੱਲ ਦੱਸੋ ਕਿ ਉਹਨੇ ਕਿਹਾ ਕੀ, ਉਹਨੇ ਬਿਆਨ ਕੀ ਦਿੱਤਾ, ਉਹਨੇ ਕੋਲ ਵੀ ਬਿਆਨ ਜਿਹੜਾ ਮਿਸਾਲ ਦੇ ਤੌਰ ਤੇ ਉਹਨੇ ਕੋਈ ਆਪਣੇ ਮੂੰਹੋਂ ਕਹਿ ਦਿੱਤਾ ਜਿਵੇਂ ਤੂੰ ਕਹਿ ਦਿੱਤਾ, ਉਹ ਤਾਂ ਝੂਠ ਬੋਲ ਸਕਦਾ। ਉਹ ਵੀ ਤੇ ਯਾਰ ਇੱਥੇ ਮੈਂ ਆਪਣੇ ਕੰਨੀ ਇੱਥੇ ਜਦੋਂ ਉਹ ਗੱਲ ਹੋਈ ਸੀ ਨਾ ਤੇ ਕੰਨੀ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਸੁਣਦੇ ਸੀ, ਮੈਂ ਇੱਕ ਬਰਾੜ ਤੇ ਵੀ ਗੱਲ ਹੁੰਦੀ ਸੁਣੀ ਮੇਰੇ, ਚੂੰਕਿ ਉਦੋਂ ਨਹੀਂ ਸੀ ਐਡਾ ਮਾਇੰਡ ਦੇ ਵਿੱਚ ਜੇ ਤੈਨੂੰ ਮੇਰੀ ਗੱਲ ਤੇ ਯਕੀਨ ਆ ਜਾਏ, ਪਰ ਯਕੀਨ ਤੇ ਤੂੰ ਨਹੀਂ ਕਰਨਾ। ਇੱਕ ਬਰਾੜ ਤੇ ਮੈਂ ਗੱਲ ਹੁੰਦੀ ਸੁਣੀ ਆ ਕਿ ਇਹ ਜਿਹੜਾ ਨਾ ਪਾਕਿਸਤਾਨੀਆਂ ਨੇ ਉੱਥੇ ਵੀ ਇਹ ਕੰਮ ਸ਼ੁਰੂ ਕਰ ਲਿਆ, ਪਾਕਿਸਤਾਨੀ ਮੁਸਲਮਾਨਾਂ ਨੇ ਉੱਥੇ ਵੀ ਜਿਹੜਾ ਸਾਡੇ ਫੈਮਲੀ ਨੂੰ ਅੱਗ ਲਾਣੇ ਘਰਾਂ ਨੂੰ ਅੱਗ ਲਾਣੀ ਸ਼ੁਰੂ ਕਰ, ਤੁਹਾਡੀ ਬਰਾੜ ਤੇ ਮੈਂ ਗੱਲ ਸੁਣੀ ਕਿਉਂਕਿ ਮੇਰੇ ਉਦੋਂ ਨਹੀਂ ਸੀ ਜ਼ਿਹਨ ਦੇ ਵਿੱਚ, ਨਾ ਮੈਨੂੰ ਸਾਰੇ ਵਾਕਿਆ ਦਾ ਪਤਾ ਸੀ, ਮੈਨੂੰ ਤਾਂ ਪਤਾ ਹੀ ਬਾਅਦ ਚੋਂ ਲੱਗਿਆ, ਮੈਂ ਕਿਹਾ ਸ਼ਾਇਦ ਕੋਈ ਗੱਲ ਹੋਈ ਕਿ ਮੈਂ ਉਹਦੀ ਰਿਕਾਰਡਿੰਗ ਨਹੀਂ ਕਰ ਸਕਿਆ। ਠੀਕ ਹੈ, ਉਸਮਾਨ ਅਲੀ ਰਿਜ਼ਵੀ, ਉਸਮਾਨ ਅਲੀ ਰਿਜ਼ਵੀ ਤੁਹਾਡੇ ਛੋਟੇ ਭਰਾ ਸਾਹਿਬ ਜਰਮਨ 'ਚ ਰਹਿੰਦੇ ਨੇ, ਠੀਕ ਹੈ, ਉਹਨਾਂ ਨੂੰ ਤੁਸੀਂ ਖੁਦ ਪੁੱਛ ਲਵੋ ਕਿ ਇੱਥੇ ਕਿੰਨੀ ਕੁ ਕਮਿਊਨਿਟੀ ਤੁਹਾਡੀ ਮੌਜੂਦ ਹੈ, ਕਿੰਨੀ ਕੁ ਕਮਿਊਨਿਟੀ ਮੌਜੂਦ ਹੈ, ਸਾਡੀ ਨਿਸਬਤ ਜਾਂ ਉਸ ਸ਼ਹਿਰ ਦੇ ਵਿੱਚ ਕਿੰਨੀ, ਮੈਂ ਨਾ ਉਸ ਸ਼ਹਿਰ ਦੇ ਵਿੱਚ ਵੀ ਤੇ ਦੋ ਤੋਂ ਤਿੰਨ ਬੰਦੇ ਵੀ ਨਹੀਂ ਮੌਜੂਦ ਹੋਣੇ। ਉਹ ਯਾਰ ਉਹ ਗੱਲ ਤੇਰੀ, ਉਹ ਤੇ ਗੱਲ ਠੀਕ ਆ, ਲੇਕਿਨ ਮਸਲਾ ਇਹ ਵੇ ਕਿ ਜਦੋਂ ਤੁਸੀਂ ਇਹ ਪਾ ਦੇਣੀ ਆ ਮੁਸਲਮਾਨਾਂ ਤੇ, ਤੇ ਉਹਦੇ ਵਾਸਤੇ ਬੰਦੇ ਹੋਣਾ ਕੋਈ ਜ਼ਰੂਰੀ ਨੇ? ਮੇਰੀ ਤੇ ਗੱਲ ਸੁਣ ਲਓ, ਅਗਰ ਮੈਂ ਮਿਸਾਲ ਦੇ ਤੌਰ ਤੇ ਇੱਥੇ ਬਹਿ ਕੇ ਤੁਹਾਨੂੰ ਕਵਾਂ, ਠੀਕ ਹੈ ਜ਼ਿਆਦ ਰਸੂਲ ਸਾਹਿਬ ਤੁਸੀਂ ਮੇਰਾ ਘਰ ਸਾੜ ਦਿੱਤਾ, ਇਹਦਾ ਮਤਲਬ ਕਿ ਉਹ ਪੈ ਗਈ ਹੈ ਗੱਲ? ਘਰ ਸਰਕਾਰ ਇੱਕ ਮਿੰਟ ਰੁਕ ਜਾਏ ਯਾਰ, ਮੈਂ ਕਿਹੜੀ ਗੱਲ ਕੀਤੀ ਮਿਰਜ਼ਾ ਸਾਹਿਬ ਤੱਕ ਮੈਂ ਕਿੱਥੇ ਪਹੁੰਚਿਆ? ਮੈਂ ਕਿਹਾ ਵੀ ਮੈਂ ਕਿਹੜਾ ਕਹਿਣ ਡਿਆ ਵੀ ਤੁਹਾਡੇ ਮਿਰਜ਼ਾ ਸਾਹਿਬ ਨੇ ਐਲਾਨ ਕੀਤਾ ਇਹਦਾ, ਮੈਂ ਮਿਰਜ਼ਾ ਮਸਰੂਰ ਦੀ ਗੱਲ ਕੀਤੀ ਹੈ, ਹੱਦ ਹੋ ਗਈ ਹੈ। ਮੈਂ ਸਬੂਤ ਦੇਣਾ, ਜਦੋਂ ਮੈਂ ਤੁਸੀਂ ਸਬੂਤ ਦਿੱਤਾ ਉੱਤੇ, ਉਹ ਸਬੂਤ ਦੇ ਉੱਤੇ ਸੱਚ ਲਿਖਿਆ ਹੋਇਆ ਸੀ, ਠੀਕ ਹੈ, ਉਸ ਉੱਤੇ ਉਸ ਸਬੂਤ ਜਿਹੜਾ ਤੁਸੀਂ ਸਬੂਤ ਦਿੱਤਾ ਨਾ ਉਹਦੇ ਉੱਤੇ ਸੱਚਾਈ ਲਿਖੀ ਹੋਈ ਸੀ, ਲੇਕਿਨ ਮੈਨੂੰ ਬਾਅਦ ਚੋਂ ਚੁੱਕਿਆ ਨਹੀਂ। ਉਹ ਸੱਚਾਈ ਤਾਂ ਉਹ ਜੇ ਘਰ ਜਿਨ੍ਹਾਂ ਨੇ ਸਾੜਿਆ ਸੀ ਉਹਨਾਂ ਨੇ ਆਪੋ ਹੀ ਲਿਖੀ ਸੀ, ਉਹ ਤਾਂ ਜਰਮਨ ਵਾਲੀ ਪੁਲਿਸ ਨੇ ਵੀ ਫੈਸਲਾ ਕਰਤਾ ਸੱਚਾਈ। ਹਾਂ ਉਹ ਸੱਚਾਈ ਤੇ ਉਹ ਤੁਹਾਡੇ ਉਹ ਘਰ ਦੇ ਤੁਹਾਡੀ ਫੈਮਿਲੀ ਨੇ ਆਪੋ ਹੀ ਲਿਖੀ ਸੀ, ਜਰਮਨ ਨਹੀਂ ਸੀ ਲਿਖੀ ਉਹ, ਪਰ ਇਹ ਤੇ ਮੰਨੋ ਨਾ ਕਿ ਤੁਹਾਂ ਝੂਠ ਬੋਲਿਆ ਜਾਂ ਜਰਮਨ। ਨਹੀਂ ਮੈਂ ਝੂਠ ਕਿਤੋਂ ਬੋਲਿਆ? ਹਾਂ ਉਹ ਭਾਈ ਮੈਂ ਤੁਹਾਡੇ ਤੁਹਾਡੇ ਜੇ ਜਮਾਤ ਦੇ ਲੋਕ ਨੇ ਨਾ ਇਹ ਉਦੋਂ ਚੁੱਪ ਹੋਏ ਨੇ ਜਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ, ਇਨਵੈਸਟੀਗੇਸ਼ਨ ਹੋ ਗਈ ਤੇ ਪਤਾ ਲੱਗ ਗਿਆ ਵੀ ਇਹ ਤਾਂ ਆਪ ਹੀ ਕਾਰਵਾਈ ਪਾਈ ਆ। ਹਾਂ ਹਾਂ ਗੱਲ ਸੁਣ ਲਓ, ਹੁਣ ਗੱਲ ਇਹਨਾਂ ਨੇ ਤਾਂ ਇੱਥੇ ਢੰਡੋਰਾ ਪਿੱਟਣਾ ਸੀਗਾ ਵੀ ਪਾਕਿਸਤਾਨੀ ਨੇ ਸਾੜਤਾ। ਠਹਿਰ ਜੋ, ਹੁਣ ਗੱਲ ਸੁਣ ਲਓ, ਗੱਲ ਇਹ ਵੇ ਇੱਥੇ ਢੰਡੋਰਾ ਪਿੱਟਿਆ, ਇੱਕ ਜਰਮਨ ਪੁਲਿਸ ਨੇ ਢੰਡੋਰਾ ਪੁੱਟਿਆ, ਇੱਕ ਉਹ ਫੈਮਿਲੀ ਢੰਡੋਰਾ ਪੁੱਟ ਰਹੀ ਹੈ। ਤੁਸੀਂ ਇੱਕ ਪਾਸੇ ਇਹ ਗੱਲ ਕਰ ਰਹੇ ਹੋ ਕਿ ਅਸੀਂ ਕਹਿ ਰਹੇ ਹਾਂ ਇੱਥੇ, ਯਾਨੀ ਟਿਕਟਾਕ ਦੇ ਉੱਤੇ ਕਿਸੇ ਕੋਲੋਂ ਤੁਸੀਂ ਸੁਣਿਆ, ਉਹ ਵੀ ਤੁਹਾਡੇ ਕੋਲ ਹੋ ਸਕਦਾ, ਮੈਨੂੰ ਪੱਕੀ ਪਤਾ ਕਿ ਰਿਕਾਰਡਿੰਗ ਹੋਣੀ ਨਹੀਂ, ਕਿਉਂਕਿ ਇਹ ਗੱਲ ਨਹੀਂ ਨਹੀਂ ਮੈਂ ਰਿਕਾਰਡਿੰਗ ਕੀਤੀ।
हो सकदा तुहाडे कोल उत्थे झूठ मारिया जे बगानी बराड सी ठीक है उत्थे बैठ के तुहाडा झूठ मारिया ਤੇ ਉਹ ਝੂਠ ਵੀ ਮਾਰ ਕੇ ਤੇ ਫਿਰ ਬਾਅਦ ਚ ਮੈਨੂੰ ਉਹਨਾਂ ਨੇ ਥੱਲੇ ਲਿਖਦਾ ਰਿਹਾ ਮੈਸੇਜ ਕਿ ਮੈਨੂੰ ਚੱਕੋ ਸਹੀ ਇੱਕ ਵਾਰੀ ਇਹਦੇ ਕੋਲ ਸਬੂਤ ਲੈਣ ਦਿਓ ਕਿ ਕਿਹੜਾ ਸਬੂਤ ਇਹਦੇ ਕੋਲ ਮਕਾਨ ਦਾ ਠੀਕ ਹੈ ਅੱਛਾ ਹੁਣ ਤੁਸੀਂ ਕਹਿਣ ਦਿਓ ਕਿ ਮੈਨੂੰ ਉਹ ਇੱਥੋਂ ਬਰਾਡਾਂ ਤੋਂ ਪਤਾ ਚੱਲਿਆ ਮੈਂ ਜਿੰਨੀਆਂ ਬਰਾਡਾਂ ਸੁਣੀਆਂ ਸਨ ਉਹਨਾਂ ਨੇ ਉਹੀ ਗੱਲ ਲਿਖੀ ਸੀ ਉਹੀ ਗੱਲ ਜਿਹੜੀ ਜਰਮਨ ਪੁਲਿਸ ਨੇ ਲਿਖੀ ਸੀ ਜਰਮਨ ਪੁਲਿਸ ਨੇ ਕਿਹਾ ਸੀ ਤੇ ਜਿਹੜਾ ਮਕਾਨ ਦੇ ਉੱਤੇ ਸੜਨ ਲੱਗਿਆ ਲਿਖੀ ਗਈ ਸੀ ਠੀਕ ਬਸ ਹੋ ਗਈ ਗੱਲ ਤੇਰੀ ਪੂਰੀ ਛੋਟੀ ਸਰਕਾਰ ਉਹ ਗੱਲ ਸੁਣ ਮੇਰੀ ਯਾਰ ਮੈਨੂੰ ਕੋਈ ਲੋੜ ਨੀ ਹੈ ਝੂਠ ਬੋਲਣ ਮੈਨੂੰ ਕਿਹੜੀ ਲੋੜ ਪਈ ਝੂਠ ਬੋਲਣ ਦੀ ਐਡੀ ਮੇਰੀ ਵੇਲਣੇ ਚ ਮਾਂ ਆਈ ਆ ਕਿ ਮੈਂ ਝੂਠ ਬੋਲਾਂ ਉੱਥੇ ਆ ਕੇ ਹੈ ਮੈਂ ਐਡੀ ਵੇਲਣੇ ਚ ਮਾਂ ਆਈ ਮੇਰੀ ਮੈਂ ਝੂਠ ਬੋਲਾਂਗਾ ਗੱਲ ਇਹ ਹੈਗੀ ਆ ਕਿ ਮੈਂ ਤੈਨੂੰ ਇਸ ਗੱਲ ਦਾ ਜੇ ਸਬੂਤ ਦੇ ਦਿਆਂ ਕਿ ਤੁਹਾਡੇ ਬੰਦਿਆਂ ਨੇ ਇਹ ਇਲਜ਼ਾਮ ਲਾਇਆ ਵੇ ਕਿ ਇਹ ਮੁਸਲਮਾਨਾਂ ਨੇ ਸਾੜਿਆ ਘਰ ਫਿਰ ਗੱਲ ਕਰ ਇੱਥੇ ਕਿੰਨੇ ਬੰਦੇ ਸੁਣਨ ਡਿਆ ਜੀ 80 ਬੰਦੇ ਸੁਣਨ ਡਿਆ ਕੀ ਸਜ਼ਾ ਹੋਏਗੀ ਤੇਰੀ ਮੈਂ ਦੱਸਣਾ ਨਾ ਮੈਂ ਕੀ ਸਜ਼ਾ ਹੋਏਗੀ ਅਗਰ ਤੇ ਉਸ ਬੰਦੇ ਦੇ ਜਿਹਦੀ ਬੰਦੇ ਦੀ ਤੁਸੀਂ ਆਡੀਓ ਲੈ ਕੇ ਆਓਗੇ ਠੀਕ ਹੈ ਉਹ ਬੰਦਾ ਮੇਰੇ ਮੂੰਹ ਤੇ ਆ ਕੇ ਕਵੇ ਕਿ ਮੈਂ ਇਹ ਗੱਲ ਕਹੀ ਹੈ ਠੀਕ ਹੈ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਤੂੰ ਨਾਈਨ ਬ੍ਰਦਰ ਵਾਲੇ ਤੋਂ ਮੁਕਰਿਆ ਕੱਲ ਨੂੰ ਤੂੰ ਕਹਿ ਦੇਂਗਾ ਇਹ ਬੰਦਾ ਮਰ ਜਾਏ ਹੈ ਨਹੀਂ ਬੰਦਾ ਉਹ ਨਾਈਨ ਬ੍ਰਦਰ ਵਾਲਾ ਤਾਂ ਬੰਦਾ ਹੈ ਨਹੀਂ ਉਹ ਤੇ ਪੱਕੀ ਗੱਲ ਹੈ ਨਾ ਆਹੋ ਨਹੀਂ ਉਹ ਤੁਹਾਡਾ ਉਹ ਸਾਰਾ ਦਿਨ ਐਵੇਂ ਉੱਤੇ ਹਰ ਵੀਡੀਓ ਦੇ ਵਿੱਚ ਐਵੇਂ ਤੁਹਾਡੀ ਜਮਾਤ ਨੂੰ ਡਿਫੈਂਡ ਕਰ ਰਿਹਾ ਹੁੰਦਾ ਤੇ ਤੁਹਾਡੀ ਉਹਦੀ ਆਪਣੀ ਮਰਜ਼ੀ ਉਹਦੀ ਆਪਣੀ ਮਰਜ਼ੀ ਹਾਂ ਤੇ ਬਸ ਫਿਰ ਇਹ ਤਾਂ ਹੁਣ ਇੰਜ ਮਰੇ ਮੁਕਰੇ ਦਾ ਤਾਂ ਕੋਈ ਇਲਾਜ ਨਹੀਂ ਹੁੰਦਾ ਭਾਈ ਬਰਲ ਮੈਨੂੰ ਇਹ ਗੱਲ ਦੱਸ ਵੀ ਇਹ ਚ ਤੂੰ ਲੈਣਾ ਦੇਣਾ ਕੀ ਹੈ ਘਟਣਾ ਕੀ ਸੀ ਇਹਦੇ ਚ ਬਰਲ ਮੈਂ ਉਦੋਂ ਦਾ ਝੂਠ ਰਿਕਾਰਡ ਕਰਕੇ ਬੈਠਾ ਸਾਂ ਤੇ ਮੈਂ ਕਿਹਾ ਕਿ ਚਲੋ ਹਾਂ ਯਾਨੀ ਮੌਲਵੀ ਜ਼ਿਆਰ ਸੋਲ ਦੀ ਕਮਜ਼ੋਰੀ ਤੇਰੇ ਹੱਥ ਆ ਗਈ ਉਦੋਂ ਦੀ ਤੇ ਲੈ ਕੇ ਪਿੱਛੇ ਪਿੱਛੇ ਤੁਰਿਆ ਫਿਰਦਾ ਐ ਫਸਿਆ ਮੌਲਵੀ ਜ਼ਿਆਰ ਸੋਲ ਆਈ ਉਹ ਫਸਿਆ ਕੀ ਉੱਥੇ ਨੱਠ ਗਏ ਹੁਣ ਕਹਿ ਦਿੱਤਾ ਜਾ ਛੋਟੀ ਸਰਕਾਰ ਕੋਈ ਹਾਲ ਆ ਤੇਰਾ ਯਾਰ ਰਿਕਾਰਡਿੰਗ ਵੀ ਨਹੀਂ ਚੰਗਾ ਭਲਾ ਸਿਆਣਾ ਬੰਦਾ ਤੂੰ ਤੇ ਤੂੰ ਡਾਕਟਰ ਸਾਹਿਬ ਮੌਲਵੀ ਆਪਣੇ ਨਾਲ ਹੀ ਲਾ ਲਿਆ ਜੇ ਕਿ ਮੌਲਵੀ ਆ ਗਈ ਤੁਸੀਂ ਖਾਲੀ ਨਾਲ ਹੀ ਲਾ ਲਿਆ ਜੇ ਮੌਲ ਉਹ ਗੱਲ ਤੇ ਸੁਣ ਲਓ ਗੱਲ ਸੁਣ ਲਓ ਯਾਰ ਮੈਨੂੰ ਵੀ ਕਰ ਲਾਂ ਦੋ ਗੱਲ ਮੈਨੂੰ ਵੀ ਕਰ ਲਾਂ ਤੂੰ ਯਾਰ ਰਸੂਲ ਸਾਹਿਬ ਤੁਸੀਂ ਉੱਥੇ ਵੀ ਬਹਿ ਕੇ ਝੂਠ ਮਾਰਿਆ ਇੱਕ ਫਿਰ ਤੁਸੀਂ ਇੱਥੇ ਬਹਿ ਕੇ ਜਿਹੜਾ ਉਦੋਂ ਉਸੇ ਲਾਈਵ ਤੇ ਜੋਜ਼ਫ ਭੱਟੀ ਦੀ ਲਾਈਵ ਤੇ ਬਹਿ ਕੇ ਇਹ ਗੱਲ ਆਖੀ ਸੀ ਕਿ ਇਹ ਦੋ ਜੋਰੂ ਜ਼ਨਾਕਾਰ ਵਾਲੀ ਹਵਾਲੇ ਦੇ ਉੱਤੇ ਉਹ ਤੇ ਗੱਲ ਹੀ ਹੋਰ ਸੀ ਉਹ ਤੇ ਗੱਲ ਹੀ ਬਿਲਕੁਲ ਹੋਰ ਸੀ ਉੱਥੇ ਵੀ ਤੁਸੀਂ ਮੁਕਰ ਗਏ ਸੋ ਐਸੇ ਵਾਲੇ ਤੇ ਮੈਂ ਤਾਂ ਦੋਵੇਂ ਹੁਣੇ ਹੀ ਫੜ ਕੇ ਲਿਆਂਦੇ ਸਨ ਮੈਂ ਕਿਹਾ ਤੂੰ ਹੁਣ ਮਾਈਕ ਜਿਹੜਾ ਵਾ ਇਹ ਤੇਰੇ ਤੂੰ ਸਟੇ ਲਿਆ ਹੋਇਆ ਮਾਈਕ ਦਾ ਤੂੰ ਹੀ ਬੋਲਣਾ ਮੈਨੂੰ ਮਾਈਕ ਜਿਹੜਾ ਤੇਰਾ 1 ਮਿੰਟ ਵੀ ਨਹੀਂ ਪੂਰਾ ਬੋਲੇ ਦਿੱਤਾ ਗਿਆ 1 ਮਿੰਟ ਨਹੀਂ ਪੂਰਾ ਦਿੱਤਾ ਗਿਆ ਪੁੱਛੋ ਰਾਨੀ ਖਜ਼ਾਨ ਸਾਹਿਬ ਕੋ ਬੋਲਣ ਦਿੱਤਾ ਗਿਆ ਮੇਰੇ ਸਿਰ 'ਚ ਕੋਈ ਮੇਰੇ ਸਿਰ 'ਚ ਕੋਈ ਫੁੱਲ ਛੁੱਲ ਮਾਰੋ ਫਿਰ ਜੇ ਤੁਹਾਨੂੰ 1 ਮਿੰਟ ਵੀ ਨਹੀਂ ਲੱਗਦਾ ਬੋਲ ਹੀ ਲੈਣ ਆਏ ਆ ਅੱਲਾਹੁ ਅਕਬਰ ਉਹ ਇੰਨੀ ਦੇਰ ਹੋ ਗਈ ਆ ਮੈਂ ਅੱਧੀ ਗੱਲ ਵੀ ਨਹੀਂ ਕਰਦਾ ਵਿੱਚੋਂ ਫਿਰ ਤੂੰ ਬੋਲਣ ਲੱਗ ਪੈਣਾ ਉੱਚੀ ਫਿਰ ਮਰਜ਼ੀ ਗੱਲ ਕਰਦਾ ਫਿਰ ਤੂੰ ਹੀ ਬੋਲਣ ਤੂੰ ਹੀ ਬੋਲੀ ਜਾਣਾ ਮੇਰੇ ਵੱਲੋਂ ਤੂੰ ਹੀ ਬੋਲਣਾ ਬਰਹਾਲ ਇਹ ਵੇ ਕਿ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਝੂਠ ਬੋਲਣਾ ਇਹ ਗੱਲ ਹੁਣ ਤੁਸੀਂ ਆਪਣੇ ਜ਼ਿਹਨ 'ਚ ਬਿਠਾ ਲਈ ਹੈ ਕਿ ਜਿੱਥੇ ਵੀ ਜਿਹੜਾ ਮਰਜ਼ੀ ਝੂਠ ਬੋਲਣਾ ਬਾਅਦ 'ਚ ਅਗਰ ਕੋਈ ਪੁੱਛੇ ਤੇ ਆਖਣਾ ਨਾ ਨਾ ਇਹ ਤਾਂ ਤੁਸੀਂ ਪਛਾ ਲਿਆ ਸਾਨੂੰ ਪਛਾ ਲਿਆ ਹੁਣ ਤੁਸੀਂ ਸਾਨੂੰ ਤਿਆ ਕਰ ਲਿਆ ਮੌਲਵੀ ਫਸ ਗਿਆ ਮੌਲਵੀ ਸ਼ੇਰ ਸੀ ਮੌਲਵੀ ਸ਼ੇਰ ਫਸਾ ਲਿਆ ਤੁਸੀਂ ਜੰਗਲ 'ਚ ਇਹ ਕਰ ਲਿਆ ਹੁਣ ਝੂਠ ਦਾ ਜਵਾਬ ਨਹੀਂ ਹੈ ਤੁਹਾਡੇ ਕੋਲ ਦੋਨਾਂ ਝੂਠਾਂ ਦਾ ਇੱਕ ਤਾਂ ਤੁਸੀਂ ਤੇ ਮੁਕਰ ਗਏ ਹੋ ਕਿ ਜੀ ਹਜ਼ਰਤ ਮਸੀਹ ਮੌਤ ਦੀ ਗੱਲ ਦਾ ਜਵਾਬ ਦਿਓਗੇ ਤੇ ਫਿਰ ਮੈਂ ਦਿਆਂਗਾ ਹਾਲਾਂਕਿ ਉੱਥੇ ਤੁਸੀਂ ਆਪਣੀ ਬਰਾਡ ਦੇ ਉੱਤੇ ਬਹਿ ਕਰੀ ਜਾਓ ਕਰੀ ਜਾਓ ਕਰੀ ਜਾਓ ਮੈਂ ਵੇਖ ਰਿਹਾ ਥੱਲੇ ਸਾਰਿਆਂ ਨੂੰ ਮਿਊਟ ਕਰੀ ਜਾਓ ਸ਼ਾਬਾਸ਼ ਸਾਰਿਆਂ ਨੂੰ ਕਰੀ ਜਾਓ ਮਿਊਟ ਥੱਲੇ ਆ ਇੱਕ ਨੂੰ ਤੇ ਮੈਂ ਕਰ ਯਾਰ ਰਸੂਲ ਦੇ ਹੈਲਪਰ ਕੁਝ ਨੀਚੇ ਛੋੜ ਦਿਓ
ਮੈਂ ਮਲਕ ਸਾਹਿਬ ਨੂੰ ਵੀ ਥੱਲੇ ਲਾ ਦਿਆਂਗਾ, ਮੈਂ ਕੱਲਾ ਹੀ ਦਿਆਂਗਾ ਤੁਹਾਨੂੰ ਜਵਾਬ। ਉਹ ਪਰ 5 ਕੁ ਮਿੰਟ ਮੈਨੂੰ ਵੀ ਤਾਂ ਦਿਓ ਨਾ ਵਿੱਚੋਂ, ਜੇ ਕੱਲੇ ਤਕਰੀਰ ਕਰਨੀ ਸੀ ਮੈਨੂੰ ਕੱਲੀ ਬੁਲਾਇਆ ਜੇ। ਕੱਲਿਆਂ ਜੇ ਤਕਰੀਰ ਕਰਨੀ ਆ ਤੁਸੀਂ, ਆ ਵੇਖ ਲਓ ਛੋਟੀ ਸਰਕਾਰ ਉਦੋਂ ਦਾ ਲੱਗਿਆ ਹੋਇਆ, 11 ਮਿੰਟ ਹੋ ਗਿਆ ਇਹਨੂੰ ਮੈਂ ਟਾਈਮ ਵੇਖ ਰਿਹਾ, ਤੇ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ, ਇਹਨੂੰ ਕੋਈ ਪਾਣੀ ਸ਼ਾਣੀ ਪਿਲਾਓ ਯਾਰ। ਉਹ ਮੁਤਾਲਬਾ ਆਪਣਾ ਹੱਲ ਕਰ ਰਿਹਾ ਉਹਦਾ ਮੁਤਾਲਬਾ ਯਾਰ, ਹੱਲ ਵੀ ਕਰ ਲਿਆ ਬਾਅਦ ਚ, ਹੱਲ ਕਰਨ ਤੋਂ ਬਾਅਦ ਹੱਲ ਕਰਨ ਤੋਂ ਬਾਅਦ ਉਹ ਫਿਰ ਸੁੱਕ ਗਿਆ, ਫਿਰ ਪਾਣੀ ਪਾ ਕੇ ਹੱਲ ਕੀਤਾ ਇਹਨੇ, ਫਿਰ ਸੁੱਕ ਜਾਂਦਾ ਫਿਰ ਹੱਲ ਕਰਦਾ। ਕੀ ਕਹਿੰਦੇ ਹੋ ਕਿੰਨਾ ਟਾਈਮ ਚਾਹੀਦਾ ਤੁਸੀਂ ਗੱਲ ਕਰ ਲਵੋ ਨਾ ਡਾਕਟਰ ਸਾਹਿਬ, ਗੱਲ ਮੈਨੂੰ ਵੀ ਤਾਂ ਕੋਈ ਜਵਾਬ ਦੇਣ ਦਿਓ ਨਾ। ਠੀਕ ਆ, ਮੈਨੂੰ ਵੀ ਜਵਾਬ ਦੇਣ ਦਿਓ, ਗੱਲ ਇਹ ਹੈਗੀ ਹੈ ਛੋਟੀ ਸਰਕਾਰ, ਪਹਿਲੀ ਤਾਂ ਗੱਲ ਇਹ ਆ ਕਿ ਮੈਨੂੰ ਕੋਈ ਲੋੜ ਨਹੀਂ ਹੈ ਝੂਠ ਬੋਲਣ ਦੀ, ਬਾਕੀ ਜੇ ਤੁਸੀਂ ਇਹ ਬੀਨ ਵਜਾਣੀ ਆ ਝੂਠ ਬੋਲਤਾ ਝੂਠ ਬੋਲਤਾ ਤਾਂ ਵਜਾਈ ਜਾਓ, ਸਾਰਾ ਦਿਨ ਅੱਗੇ ਵੀ ਤਾਂ ਵਜਾਉਂਦੇ ਹੋ, ਮੇਰੀ ਸਿਹਤ 'ਤੇ ਕੀ ਅਸਰ ਹੋਣਾ। ਅਤੇ ਗੱਲ ਇਹ ਹੈਗੀ ਆ ਕਿ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛੀ ਆ, ਐਲੀਗੇਸ਼ਨ ਮੈਂ ਇਹ ਲਾਇਆ ਸੀ ਕਿ ਇਹ ਆਪਣਾ ਘਰ ਸਾੜ ਕੇ ਉੱਥੇ ਕਾਦੀਆਨੀ ਜਮਾਤ ਦੇ ਬੰਦਿਆਂ ਨੇ ਅਤੇ ਇਲਜ਼ਾਮ ਲਾਇਆ ਮੁਸਲਮਾਨਾਂ 'ਤੇ ਪਾਕਿਸਤਾਨੀਆਂ 'ਤੇ। ਅਗਰ ਮੈਂ ਤੁਹਾਨੂੰ ਇਸ ਗੱਲ ਦਾ ਸਬੂਤ ਦੇ ਦਿਆਂ ਕਿ ਤੁਹਾਡੇ ਬੰਦਿਆਂ ਨੇ ਇਹ ਇਲਜ਼ਾਮ ਲਾਇਆ, ਅਤੇ ਫਿਰ ਤੁਹਾਡੀ ਕੀ ਸਜ਼ਾ ਹੋਏਗੀ? ਮਾਫ਼ੀ ਮੰਗਣਗੇ ਉਹ? ਮੇਰੇ 'ਤੇ ਗਲਤ ਇਲਜ਼ਾਮ ਲਾਇਆ ਕਰ ਲਓ, ਸਜ਼ਾ ਮੁਕਰਰ ਕਰ ਲਓ ਤੁਸੀਂ ਪਹਿਲਾਂ। ਚਲੋ ਮੈਂ ਚੀਜ਼ਾਂ ਨੂੰ ਥੋੜ੍ਹਾ ਜਿਹਾ, ਇਹਨਾਂ ਤੋਂ ਹੱਟ ਕੇ ਵੀ ਕੋਈ ਗੱਲ ਕਰਨੀ ਚਾਹੀਦੀ ਹੈ। ਮੇਰੇ ਖਿਆਲ ਜੱਜਾ ਸਾਹਿਬ ਨੂੰ ਦੇ ਦਿਓ ਥੋੜਾ ਜਿਹਾ ਟਾਈਮ ਵਿੱਚ। ਤੁਸੀਂ ਗੱਲ ਮੁੱਕ ਗਈ ਹੈ ਤੁਹਾਡੀ ਕਿ ਨਹੀਂ ਯਾਰ? ਹੱਦ ਹੋ ਗਈ ਹੈ, ਉਹਨੂੰ ਵੀ ਪੁੱਛਿਆ ਸੀ ਤੁਸੀਂ, ਤੁਹਾਡੀ ਮੁੱਕ ਗਈ ਗੱਲ? ਮੈਂ ਕਦੋਂ ਪੁੱਛਿਆ? ਉਹਨੂੰ ਮਿਊਟ ਕਰਤਾ, ਉਹਨੂੰ ਸਟ੍ਰੇਟ ਵੇ ਮੈਂ ਮਿਊਟ ਕਰਤਾ, ਉਹਨੂੰ ਤੇ ਪੁੱਛਿਆ ਹੀ ਨਹੀਂ, ਤੁਹਾਨੂੰ ਪੁੱਛ ਰਿਹਾ ਹਾਂ। ਮੇਰੀ ਇੱਕ ਗੱਲ ਮੇਰੀ ਮੁੱਕੀ ਆ, ਦੂਜੀ ਗੱਲ ਤਾਂ ਮੈਂ ਦੇਣਾ ਜਵਾਬ। ਅੱਛਾ, ਉਹ ਵੀ ਦੇ ਲਵੋ ਫਿਰ। ਪਹਿਲੀ ਗੱਲ ਤਾਂ ਉਹ ਬੋਲੇ ਤੇ ਫਿਰ ਉਹ ਬੋਲੇਗਾ, ਠੀਕ ਹੈ ਨਾ? ਫਿਰ ਇਹ ਨਾ ਕਹਿਣਾ ਵਿੱਚੋਂ ਕਿ ਮੈਨੂੰ ਗੱਲ ਨਹੀਂ ਕਰਨ ਦਿੱਤੀ। ਕਰੋ ਜੀ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ। ਵੇਖੋ ਗੱਲ ਇਹ ਹੈਗੀ ਆ ਕਿ ਤੁਹਾਡੇ ਉਹ ਜਰਮਨ ਦੀ ਜਿਹੜੀ ਫੈਮਿਲੀ ਸੀ ਨਾ, ਉਹਨਾਂ ਨੇ ਆਪਣੇ ਘਰ ਨੂੰ ਖੁਦ ਅੱਗ ਲਾਈ ਤੇ ਇਹ ਛੋਟੀ ਸਰਕਾਰ। ਇਹ ਗੱਲ ਹੋ ਚੁੱਕੀ ਹੈ ਅੱਗੇ, ਮੈਂ ਫਿਰ ਨਹੀਂ ਕਰਦਾ ਯਾਰ। ਨਹੀਂ ਨਹੀਂ ਚਲੋ ਕਰੋ, ਫਿਰ ਦੁਬਾਰਾ ਕਰਨੀ ਹੈ ਤੇ ਦੁਬਾਰਾ ਕਰ ਲਓ ਠੀਕ ਹੈ। ਮਿਹਰਬਾਨੀ, ਸ਼ੁਕਰੀਆ ਜੀ ਜੀ। ਉਹਨਾਂ ਨੇ ਜਦੋਂ ਘਰ ਨੂੰ ਅੱਗ ਲਾਈ ਤੇ ਪੁਲਿਸ ਵਾਲਿਆਂ ਨੇ ਉਸ ਦਿਨ ਇਨਵੈਸਟੀਗੇਸ਼ਨ ਕਰਕੇ ਤੇ ਨਹੀਂ ਸੀ ਉਹਨਾਂ ਦੇ ਮੱਥੇ ਤੇ ਲਿਖਤਾ ਵੀ ਤੁਸੀਂ ਆਪ ਹੀ ਲਾਈ ਅੱਗ, ਜਿਸ ਦਿਨ ਅੱਗ ਲੱਗੀ ਆ ਖਬਰ ਤਾਂ ਉਸੇ ਦਿਨ ਫੈਲ ਗਈ ਤੇ ਇਨਵੈਸਟੀਗੇਸ਼ਨ ਹੋਣ ਨੂੰ ਤਾਂ ਟਾਈਮ ਲੱਗਿਆ, ਮਹੀਨਾ ਡੇਢ ਮਹੀਨਾ ਲੱਗ ਗਿਆ। ਉਹ ਜਦੋਂ ਇਨਵੈਸਟੀਗੇਸ਼ਨ ਹੋਈ ਆ, ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅਰੈਸਟ ਵੀ ਕੀਤਾ ਵਾ ਤੇ ਫਿਰ ਗੱਲ ਸਾਹਮਣੇ ਆਈ ਕਿ ਭਾਈ ਇਹਨਾਂ ਨੇ ਤਾਂ ਆਪ ਸਾੜਿਆ ਸੀ। ਉਹ ਹੁਣ ਜਿਹੜਾ ਵਿੱਚ ਵਾਲਾ ਟਾਈਮ ਸੀ, ਵਕਫਾ ਸੀ ਅੱਗ ਲੱਗਣ ਤੋਂ ਤੇ ਸਾਬਤ ਹੋਣ ਤੱਕ ਕਿ ਇਹਨਾਂ ਨੇ ਆਪ ਲਾਈ ਸੀ, ਉਸ ਦੌਰਾਨੀਏ ਦੇ ਵਿੱਚ ਇਹ ਸਾਰੀ ਜਿਹੜੀ ਤੁਹਾਡੀ ਕਮਿਊਨਿਟੀ ਹੈ ਇਹਨਾਂ ਸਾਰਿਆਂ ਨੂੰ ਇਹੀ ਸ਼ੱਕ ਸੀ ਕਿ ਮੁਸਲਮਾਨਾਂ ਨੇ ਇਹ ਕੰਮ ਕੀਤਾ ਹੋਣਾ। ਸਾਨੂੰ ਵੇਖੋ ਇੱਥੇ ਵੀ ਨਹੀਂ ਜੀਣ ਦਿੰਦੇ, ਕਈ ਵਿਚਾਰੇ ਤਰ੍ਹਾਂ ਚੁੱਪ ਤੇ ਕਈ ਬੋਲਣ ਲੱਗ ਪਏ ਕਿ ਵੇਖੋ ਇਹ ਤੇ ਮੁਸਲਮਾਨਾਂ ਦਾ ਇਹਨਾਂ ਨੇ ਸਾਨੂੰ, ਉਹ ਤੇ ਜੇ ਨਹੀਂ ਵੀ ਸੀ ਉਹਨਾਂ ਨੂੰ ਸ਼ੱਕ ਤਾਂ ਵੀ ਉਹਨਾਂ ਨੇ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਗੱਲਾਂ ਕੀਤੀਆਂ। ਮੈਂ ਤੁਹਾਨੂੰ ਇਹਦਾ ਸਬੂਤ ਦੇ ਦਿਆਂਗਾ। ਤੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜੀ ਹਰ ਵਿਰਾਟ ਤੇ, ਮੈਂ ਇਹ ਹੀ ਵੇਖਿਆ ਵਾ ਕਿ ਉਹ ਤੇ ਉਹ ਕੁਛ ਹੀ ਲਾਇਆ ਸੀ ਜੋ ਪੁਲਿਸ ਨੇ ਦੱਸਿਆ, ਤੇ ਛੋਟੀ ਸਰਕਾਰ ਸਾਹਿਬ ਪੁਲਿਸ ਨੇ ਤਾਂ ਕਿਤੇ ਮਹੀਨੇ ਡੇਢ ਮਹੀਨੇ ਬਾਅਦ ਦੱਸਿਆ, ਉਸੇ ਟਾਈਮ ਘੰਟੇ ਬਾਅਦ ਨਹੀਂ ਸੀ ਦੱਸਦਾ ਆ ਕੇ ਵੀ ਹਾਂਜੀ ਇਹਨਾਂ ਨੇ ਸਾੜਿਆ, ਉਹ ਟਾਈਮ ਲੱਗਿਆ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ। ਉਸ ਟਾਈਮ ਪੀਰੀਅਡ ਦੇ ਵਿੱਚ ਤੁਹਾਡੇ ਬੰਦੇ ਇਹ ਗੱਲਾਂ ਕਰਦੇ ਰਹੇ ਨੇ, ਜਦੋਂ ਪੁਲਿਸ ਨੇ ਸਾਬਤ ਕਰਤਾ ਕਿ ਇਹ ਆਪ ਮਲਵਸ ਸੀ ਉਦੋਂ ਹਟੇ ਨੇ। ਇਹ ਤਾਂ ਹੋ ਗਿਆ ਤੁਹਾਡੀ ਗੱਲ ਦਾ ਜਵਾਬ, ਬਾਕੀ ਮੈਂ ਤੁਹਾਨੂੰ ਸਬੂਤ ਲਿਆ ਦਿਆਂਗਾ ਕਿ ਇਹ ਗੱਲਾਂ ਸੋਸ਼ਲ ਮੀਡੀਆ ਤੇ ਕਰਦੇ ਰਹੇ ਨੇ। ਡਾਕਟਰ ਸਾਹਿਬ ਕੋਲ ਬੰਦੇ ਤੁਹਾਡੇ ਕੋਲ ਆਏ ਨੇ ਤੇ ਮੇਰੇ ਨਾਲ ਵਾਕਿਆ ਹੋਣ ਡਿਆ, ਤੁਹਾਨੂੰ ਤਾਂ ਪਤਾ ਲੱਗਿਆ ਨਾ।
ਨਹੀਂ ਮੈਂ ਆਪ ਉੱਥੇ ਬੈਠਾ ਸੀ, ਤੀਲੀ ਪਹਿਲੀ ਮੈਂ ਹੀ ਲਾਈ ਸੀ, ਬੈਠਾ ਸੀ ਕਿਉਂ ਇਹਨੇ ਚੋਰ, ਪਹਿਲੀ ਤੀਲੀ ਵੀ ਮੈਂ ਹੀ ਲਾਈ ਸੀ ਤੇ ਪੈਟਰੋਲ ਵਾਲੀ ਬੋਤਲ ਵੀ ਪਹਿਲੀ ਮੈਂ ਹੀ ਸੁੱਟੀ ਸੀ, ਤੇ ਉਹ ਜਿਹੜੀ ਤਹਿਰੀਰ ਉੱਤੇ ਲਿਖੀ ਸੀ ਨਾ ਕੰਧ ਦੇ, ਤਹਿਰੀਰ ਜਿਹੜੀ ਕੰਧ ਉਹ ਮੈਂ ਕੋਲੇ ਨਾਲ ਲਿਖ ਕੇ ਆਇਆ ਸੀ, ਕੋਲਾ ਮੈਂ ਬਾਹਰੋਂ ਸੜੀ ਹੋਈ ਲੱਕੜੀ ਚੁੱਕੀ ਉਹਦੇ ਨਾਲ ਕੋਲੇ ਨਾਲ ਮੈਂ ਲਿਖ ਕੇ ਆਇਆ ਸੀ। ਹੁਣ ਦੱਸ ਡਾਕਟਰ ਸਾਹਿਬ ਗੱਲ ਪੂਰੀ ਕਰ, ਗੱਲ ਪੂਰੀ ਕਰ, ਇਹ ਤੇ ਹੋ ਗਿਆ ਨਾ ਮੇਣਾ, ਹੁਣ ਗੱਲ ਪੂਰੀ ਕਰੋ। ਹਾਂ ਮੇਣਾ ਹੋ ਗਿਆ, ਅਗਲੀ ਗੱਲ ਕਰ, ਹੁਣ ਗੱਲ ਕਰੋ। ਅੱਛਾ ਜੀ, ਤੇ ਇਹ ਅਗਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਸੀ ਨਾ ਉਹ ਅਗਲੇ ਹਵਾਲੇ ਵਾਲੀ, ਤੇ ਉਹ ਗੱਲ ਤੈਨੂੰ ਹੱਲੇ ਵੀ ਨਹੀਂ ਸਮਝ ਆਈ ਛੋਟੀ ਸਰਕਾਰ, ਉਹ ਤੈਨੂੰ ਹੱਲੇ ਵੀ ਨਹੀਂ ਗੱਲ ਆਈ ਕਿ ਉਹ ਸਵਾਲ ਕੀ ਸੀ ਤੇ ਮੈਂ ਜਵਾਬ ਕੀ ਦਿੱਤਾ ਸੀ, ਉਹ ਤੈਨੂੰ ਹੱਲੇ ਵੀ ਨਹੀਂ ਪਤਾ। ਜਿੱਦਣ ਮੈਂ ਹਵਾਲਾ ਦਿਆਂਗਾ ਨਾ ਉਦੋਂ ਤੈਨੂੰ ਪਤਾ ਲੱਗ ਜਾਏਗਾ ਕਿ ਹਾਂ ਮੈਂ ਤਾਂ ਵਾਕਈ ਗਲਤ ਸਮਝ ਰਿਹਾ ਸੀ, ਇੱਥੇ ਤਾਂ ਗੱਲ ਕੋਈ ਹੋਰ ਸੀ, ਦਿਆਂਗਾ ਉਦੋਂ ਹੀ ਜਿੱਦਣ ਗੱਲ ਹੋਏਗੀ। ਮੁਕਤਸਰ ਮੇਰਾ ਇਹ ਜਵਾਬ ਆ ਕਿ ਤੈਨੂੰ ਹੱਲੇ ਵੀ ਨਹੀਂ ਸਮਝ ਆਈ ਜਿਹੜਾ ਤੂੰ ਮੈਨੂੰ ਕਹਿ ਰਿਹਾ ਕਿ ਮੈਂ ਝੂਠ ਬੋਲਤਾ, ਉਹ ਮੈਂ ਝੂਠ ਨਹੀਂ ਬੋਲਿਆ, ਤੂੰ ਝੂਠ ਬੋਲ ਰਿਹਾ, ਕਿਉਂਕਿ ਤੈਨੂੰ ਗੱਲ ਦੀ ਨਹੀਂ ਸਮਝ ਆਈ, ਸਵਾਲ ਨਾ ਸਮਝ ਆਈ ਨਾ ਜਵਾਬ ਦੀ ਸਮਝ ਆਈ। ਚਲੋ ਮਿਹਰਬਾਨੀ, ਸ਼ੁਕਰੀਆ ਗੱਲ ਹੋਣਾ। ਅੱਛਾ ਜੀ ਬਸ ਹਾਂ ਮਿਹਰਬਾਨੀ, ਇਹ ਵੇ ਕਿ ਅਗਰ ਜਿਹੜੀ ਗੱਲ ਤੁਸੀਂ ਮੈਨੂੰ ਸਮਝਾਣੀ ਹੈ ਹਵਾਲੇ ਤੋਂ, ਉਹਦੇ ਵਿੱਚ ਅਗਰ ਇਹ ਗੱਲ ਨਹੀਂ ਲਿਖੀ ਆ ਮਾਂ ਮੁਹੰਮਦ ਰਜ਼ਾ ਖਾਨ ਬਰੇਲਵੀ ਨੇ ਜਿਹੜੀ ਗੱਲ ਲਿਖੀ ਹੈ ਕਿ ਜਿਸ ਕੀ ਦੋ ਜੋਰੂ ਹੈ ਦੋਨੋਂ ਪੱਕੀ ਜ਼ਨਾਕਾਰ ਔਰ ਹੱਦ ਬਾਰ ਕੀ ਫਹਾਸ਼ਾ, ਠੀਕ ਹੈ, ਇਹ ਇਹ ਅਲਫਾਜ਼ ਤੁਸੀਂ ਮੈਨੂੰ ਅਗਰ ਇਬਾਰਤ ਤੋਂ ਨਹੀਂ ਸਮਝਾ ਸਕਣਾ, ਠੀਕ ਹੈ, ਮਤਲਬ ਕਿ ਤੁਸੀਂ ਹਵਾਲਾ ਗਲਤ ਦੇ ਰਹੇ ਹੋ, ਤੇ ਅਗਰ ਤੁਸੀਂ ਇਹੀ ਗੱਲ ਮੈਨੂੰ ਉਹਦੇ ਵਿੱਚੋਂ ਬਾਈਬਲ ਚੋਂ ਸਮਝਾਉਣੀ ਹੈ, ਠੀਕ ਹੈ, ਤੇ ਫਿਰ ਤੇ ਮੇਰਾ ਰੌਲਾ ਹੀ ਖਤਮ ਹੋ ਜਾਣਾ, ਫਿਰ ਤੇ ਤੁਸੀਂ ਵੀ ਤੁਸੀਂ ਬਲਕਿ ਫਿਰ ਝੂਠੇ ਪੈ ਜਾਂਦੇ ਹੋ ਕਿ ਗੱਲ ਹੋਰ ਹੋ ਰਹੀ ਹੈ, ਗੱਲ ਤੇ ਇਹੀ ਹੋ ਰਹੀ ਹੈ। ਇਹੀ ਗੱਲ ਮੈਂ ਉੱਥੇ ਕੀਤੀ ਸੀ ਕਿ ਦੋ ਜੋਰਵਾਂ ਦੇ ਬਾਰੇ ਚ ਜ਼ਨਾ ਦਾ ਇਲਜ਼ਾਮ ਲੱਗਾ ਹੈ ਤੇ ਫਹਾਸ਼ੀ ਦਾ ਇਲਜ਼ਾਮ ਲੱਗਾ ਹੈ, ਇੰਜ ਮੈਂ ਉੱਥੇ ਅਲਫਾਜ਼ ਬੋਲੇ ਸਨ, ਜਾਂ ਇਸ ਤੋਂ ਅੱਗੇ ਪਿੱਛੇ ਕੁਤਲੋ, ਲੇਕਿਨ ਫਹਾਸ਼ੀ ਤੇ ਜ਼ਨਾ ਦਾ ਮੈਂ ਗੱਲ ਉੱਥੇ ਕੀਤੀ ਸੀ ਜੋਸਫ ਭੱਟੀ ਦੀ, ਤੇ ਤੁਸੀਂ ਆਖਿਆ ਜੀ ਕਿ ਨਹੀਂ ਇੰਜ ਦੀ ਗੱਲ ਤੇ ਹੈ ਹੀ ਕੋਈ ਨਹੀਂ, ਉਹ ਤੇ ਗੱਲ ਹੀ ਕਿਸੇ ਹੋਰ ਤਰ੍ਹਾਂ ਦੀ ਸੀ। ਹੁਣ ਹੋਰ ਤਰ੍ਹਾਂ ਦੀ ਅਗਰ ਬਾਈਬਲ ਚ ਵੇ ਤੇ ਤੁਸੀਂ ਇੱਥੇ ਹੋਰ ਤਰ੍ਹਾਂ ਦੀ ਲਿਖੀ ਹੈ ਮਾਮਾ ਮੁਹੰਮਦ ਰਜ਼ਾ ਖਾਨ ਬਰੇਲਵੀ ਨੇ, ਫਿਰ ਤੇ ਮਾਮਾ ਮੁਹੰਮਦ ਰਜ਼ਾ ਖਾਨ ਬਰੇਲਵੀ ਸਾਹਿਬ ਝੂਠੇ ਪੈ ਗਏ, ਤੇ ਜੇ ਗੱਲ ਉੱਥੇ ਵੀ ਉਹੀ ਲਿਖੀ ਹੈ ਤੇ ਫਿਰ ਤੁਸੀਂ ਝੂਠੇ ਪੈ ਗਏ। ਦੋ ਇੱਕ ਗੱਲ ਹੋ ਗਈ, ਦੂਸਰੀ ਗੱਲ ਜਿਹੜੀ ਹੈ ਤੁਸੀਂ ਉਹ ਕੀਤੀ ਹੈ ਮਕਾਨ ਵਾਲੀ, ਮਕਾਨ ਵਾਲੀ ਵੀ ਗੱਲ ਤੁਸੀਂ ਉੱਥੇ ਇਹ ਗੱਲ ਕੀਤੀ ਸੀ ਕਿ ਹਾਂ ਮੁਸਲਮਾਨਾਂ ਤੇ ਇਲਜ਼ਾਮ ਲਾਇਆ ਇਹਨਾਂ ਨੇ, ਠੀਕ ਹੈ, ਮੈਂ ਉੱਥੇ ਇਹ ਗੱਲ ਕੀਤੀ ਸੀ ਕਿ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਹਵਾਲਾ ਲਾ, ਕਿੱਥੇ ਕਿੱਥੇ ਕੋਈ ਚੀਜ਼ ਕੋ ਤੁਹਾਨੂੰ ਖਬਰ ਆਈ ਹੈ, ਨਹੀਂ ਆਈ। ਇੱਥੇ ਬੈਠੇ ਲੋਕਾਂ ਨੇ ਅਗਰ ਕਿਸੇ ਬੰਦੇ ਨੇ ਇਹ ਅਲਫਾਜ਼ ਬੋਲੇ ਨੇ ਕਿ ਸਾਡੇ ਉੱਤੇ ਜ਼ੁਲਮ ਪਾਕਿਸਤਾਨ ਦੇ ਵਿੱਚ ਕਰਦੇ ਨੇ ਮੁਸਲਮਾਨ, ਠੀਕ ਹੈ, ਪਾਕਿਸਤਾਨ ਦੇ ਵਿੱਚ ਮੁਸਲਮਾਨ ਕਰਦੇ ਨੇ, ਤੇ ਇੱਥੇ ਆ ਕੇ ਹੁਣ ਜਰਮਨਾਂ ਨੇ ਵੀ ਇਹ ਕੰਮ ਸ਼ੁਰੂ ਕੀਤਾ, ਠੀਕ ਹੈ, ਅਗਰ ਇਸ ਤਰ੍ਹਾਂ ਗੱਲ ਹੈ ਤੇ ਉਹਦੇ 'ਚ ਮੁਸਲਮਾਨਾਂ 'ਤੇ ਤਾਂ ਇਲਜ਼ਾਮ ਨਾ ਲੱਗਾ ਇਹ ਘਰ ਦਾ, ਤੁਹਾਡੇ 'ਤੇ ਤਾਂ ਉਹੀ ਬੜਾ ਜਿਹੜਾ ਤੁਸੀਂ ਕਰਦੇ ਹੋ ਪਏ ਉਹ ਲੱਗ ਰਿਹਾ ਸੀ ਉਸ ਬੰਦੇ ਨੇ ਲਾਇਆ ਹੋਏਗਾ, ਜਿਹੜੀ ਤੁਸੀਂ ਰਿਕਾਰਡਿੰਗ ਅਗਰ ਲੱਭ ਕੇ ਘਲਾਣੀ ਜੇ ਤੁਸੀਂ ਦੇਣੀ ਜੇ ਤਾਂ ਮੈਨੂੰ ਝੂਠਾ ਪਾਉਣਾ ਜੇ, ਠੀਕ ਹੈ, ਉਹ ਫਿਰ ਮੈਂ ਝੂਠਾ ਆਪਣੇ ਆਪ ਨੂੰ ਵੀ ਕਹਾਂਗਾ ਕਿ ਅਗਰ ਕਿਸੇ ਬੰਦੇ ਨੇ ਗੱਲ ਮੰਨੀ ਹੋਈ ਕਿ ਤੂੰ ਮੁਸਲਮਾਨਾਂ ਨੇ ਇਹ ਕੰਮ ਕੀਤਾ ਤੇ ਉਹ ਵਾਕਈ ਮੈਂ ਫਿਰ ਝੂਠਾ ਹੋਵਾਂਗਾ ਕਿ ਵਾਕਈ ਤੁਸੀਂ ਵੀ ਸੱਚੇ ਹੋ, ਠੀਕ ਹੈ, ਪਰ ਤੁਸੀਂ ਗੱਲ ਇਸੇ ਤਰ੍ਹਾਂ ਅਗਰ ਪੇਸ਼ ਕਰੋ ਕਿ ਉਹਨਾਂ ਨੇ ਇੱਥੇ ਬਹਿ ਕੇ ਜਿਹੜੇ ਇੱਥੇ ਕੰਮ ਹੋਇਆ ਉਹ ਵੀ ਮੁਸਲਮਾਨਾਂ 'ਤੇ ਪਾਇਆ, ਫਿਰ ਤੇ ਜੇ ਇੱਥੇ ਰਹਿ ਕੇ ਇੱਥੇ ਤੇ ਗੱਲ ਜਰਮਨਾਂ 'ਤੇ ਪਾਈਏ ਤੇ ਫਿਰ ਠੀਕ ਹੈ, ਉਹ ਤਾਂ ਗੱਲ ਅਸੀਂ ਮੰਨਿਆ ਕਿ ਭਾਈ ਜੀ ਉਹਨਾਂ ਨੇ ਬਿਲਕੁਲ ਜਰਮਨਾਂ 'ਤੇ ਪਾਇਆ ਕਿਉਂਕਿ ਬਾਹਰ ਲਿਖੀ ਸੀ ਡੁੱਚ, ਉਹਦੇ ਉੱਤੇ ਲਿਖਿਆ ਸੀ ਕਿ ਆਊਸਲੈਂਡਰ ਹਾਊਸ, ਤੇ ਆਊਸਲੈਂਡਰ ਹਾਊਸ ਜਿਹੜੇ ਨੇ ਉਹ ਕਿਹਨੂੰ ਕਹਿੰਦੇ ਨੇ, ਉਹ ਸਾਫ ਪੂਰੇ ਜਰਮਨ 'ਚ ਪਤਾ ਲੋਕਾਂ ਨੂੰ ਕਿਹਨਾਂ ਨੂੰ ਕਹਿੰਦੇ ਨੇ, ਤੇ ਉਹ ਸਿਰਫ ਸਾਨੂੰ ਨਹੀਂ ਕਹਿੰਦੇ, ਉਹ ਸਿਰਫ ਉਹ ਜਮਾਤੇ ਅਹਿਮਦੀਅਤ ਨਿਸ਼ਾਨਾ ਨਹੀਂ ਸੀ ਬਣੀ ਉਹਨਾਂ ਦਾ, ਉਹ ਤੋਂ ਓਵਰਆਲ ਜਿੰਨੇ ਵੀ ਉਹਦੇ 'ਚ ਸਮਾਨ ਅਲੀ ਰਿਜ਼ਵੀ ਸਾਹਿਬ ਵੀ ਆਉਂਦੇ ਨੇ, ਆਊਸਲੈਂਡਰ ਜਿਹੜਾ ਲਫ਼ਜ਼ ਉਹਨਾਂ ਲਿਖ ਕੇ ਗਏ ਸਨ ਉਹਦੇ 'ਚ ਸਮਾਨ ਅਲੀ ਰਿਜ਼ਵੀ ਸਾਹਿਬ ਵੀ ਆਉਂਦੇ ਨੇ, ਤੇ ਉਹਦੇ 'ਚ ਹੋਰ ਵੀ ਸਾਰੇ ਜਰਮਨ ਦੇ ਵਿੱਚ ਜਿੰਨੇ ਵੀ ਆਮਰਮਾਨ ਵੀ ਆਉਂਦਾ ਹੈ, ਮਲਕ ਭਾਈ ਲੋਕ ਵੀ ਆਉਂਦਾ ਹੈ ਉਸ ਲਫ਼ਜ਼ ਦੇ ਵਿੱਚ ਜਿਹੜਾ ਉਹਨਾਂ ਨੇ ਲਫ਼ਜ਼ ਉੱਥੇ ਲਿਖਿਆ ਸੀ, ਠੀਕ ਹੈ, ਇਹ ਗੱਲ ਹੈ, ਉਹਦੇ 'ਚ ਸਿਰਫ ਅਹਿਮਦੀ ਨਹੀਂ ਆਉਂਦੇ ਹੈ। ਹਾਂਜੀ, ਅਗਰ ਕਿਸੇ ਨੇ ਕੀਤੀ ਹੈ ਤਾਂ ਉਹ ਵਾਕਈ ਥੋੜ੍ਹਾ ਕੁ
ਉਹਦੀ ਕੰਮ ਅਕਲੀ ਹੋਏਗੀ, ਲੇਕਿਨ ਉਹ ਤੁਸੀਂ ਸਬੂਤ ਦੇਣਾ ਹੀ ਦੇਣਾ। ਉਹ ਤੁਹਾਨੂੰ ਦੱਸ ਦਿਆਂਗੇ। ਚਲੋ ਇਹ ਤਾਂ ਤੁਸੀਂ ਕਬੂਲ ਕਰ ਲਿਆ, ਇੰਨੀ ਗੱਲ ਤਾਂ ਮੰਨ ਗਏ ਹੋਣਾ ਕਿ ਉਹਨਾਂ ਨੇ ਉਹ ਆਪੋ ਹੀ ਸਾੜ ਕੇ ਤੇ ਜੁਰਮਾਨਾ ਤੇ ਪਾ ਦਿੱਤਾ ਸੀ। ਇਹ ਵੀ ਗੱਲ ਮਤਲਬ ਕਿ ਇਹ ਆਦਤ ਤੇ ਪਾਈ ਜਾਂਦੀ ਹੈ ਨਾ ਤੁਹਾਡੇ 'ਚ। ਇਹ ਵੀ ਗੱਲ ਮੈਂ ਨਹੀਂ ਕੀਤੀ ਆ, ਤੁਸੀਂ ਮੇਰੇ ਮੂੰਹ 'ਚ ਆਪਣੀ ਗੱਲ ਪਾ ਰਹੇ ਹੋ, ਮੈਂ ਨਹੀਂ ਇਹ ਗੱਲ ਕੀਤੀ। ਉਹ ਜਿਹੜੇ ਨਾਰੇ ਉਹ ਲਿਖ ਕੇ ਆਏ ਸੀ, ਉਹ ਨਾਰੇ ਕਿਹਦੇ ਬਾਰੇ ਲਿਖੇ ਹੋਏ ਸੀ? ਨਾਰੇ ਜੁਰਮਾਨਾ ਨੇ ਲਿਖਿਆ ਸੀ ਆਊਸਲੈਂਡਰ ਰਾਊਸ। ਉਹ ਨਾਰੇ ਜੁਰਮਾਨਾ ਨੇ ਲਿਖੇ? ਜੁਰਮਾਨਾ ਨੇ ਲਿਖਿਆ ਸੀ ਆਊਸਲੈਂਡਰ ਰਾਊਸ। ਉਹ ਨਾਰੇ ਜੁਰਮਾਨਾ ਨੇ ਲਿਖੇ ਸੀ ਘਰ 'ਚ? ਜ਼ਾਹਰੀ ਗੱਲ ਹੈ ਉਹ ਤਾਂ ਜੁਰਮਾਨਾ ਨੇ ਲਿਖੇ ਨੇ। ਹੁਣ ਠਹਿਰੋ, ਉਹਦੇ ਉੱਤੇ ਉਹਨਾਂ ਨੂੰ ਹੁਣ ਨਹੀਂ, ਜਿਹੜਾ ਘਰ ਜਲਿਆ ਵੇ ਉਸ ਘਰ ਦੇ ਵਿੱਚ ਜਿਹੜੇ ਨਾਰੇ ਲਿਖੇ ਸੀ ਉਹ ਜੁਰਮਾਨਾ ਨੇ ਲਿਖੇ ਸੀ ਜਾਂ ਤੁਹਾਡੀ ਜਿਹੜੀ ਕਾਦੀਆਨੀ ਫੈਮਿਲੀ ਸੀ ਉਹਨਾਂ ਲਿਖੇ ਸੀ? ਮੈਂ ਉਹੀ ਦੱਸਣ ਲੱਗਾ। ਠਹਿਰ ਫੈਮਿਲੀ ਐਮ ਜੋ ਸੀ, ਇਹਦਾ ਕੋਈ ਸਬੂਤ ਹੈ? ਇਹ ਵੀ ਨਹੀਂ ਪਤਾ, ਇਹ ਵੀ ਨਹੀਂ ਪਤਾ। ਗੱਲ ਸੁਣ ਲਓ ਨਾ, ਅਗਲੀ ਗੱਲ ਸੁਣ ਲਓ ਨਾ, ਮੈਂ ਅਗਲੀ ਉਹੀ ਗੱਲ ਕਰਨ ਲੱਗਾ ਕਿ ਉਹਦੇ ਉੱਤੇ ਇਨਵੈਸਟੀਗੇਸ਼ਨ ਜਾਰੀ ਹੈ। ਤੇ ਜਰਮਨ ਦੇ ਵਿੱਚ ਇੰਜ ਦਾ ਕੋਈ ਵੀ ਕੰਮ ਹੁੰਦਾ ਨਾ, ਕੋਈ ਵੀ ਕੰਮ ਹੁੰਦਾ, ਆ ਪਿਛਲੇ ਦਿਨਾਂ 'ਚ ਗ੍ਰੀਸ ਹੈਮ ਦੇ ਵਿੱਚ ਸਮਾਨ ਵਾਲੇ ਰਿਜ਼ਵੀ ਸਾਹਿਬ ਨੂੰ ਪੁੱਛ ਲਿਓ, 8 ਘੰਟੇ ਅਫਗਾਨੀਆਂ ਦੀ ਆਪਣਾ ਮਾਰਕੀਟ ਨੂੰ ਅੱਗ ਲੱਗੀ ਤੇ 8 ਘੰਟੇ ਅੱਗ ਬੁਝਾਉਣ ਤੇ ਲੱਗੇ ਸਨ। 8 ਘੰਟੇ 2-3 ਮਿਲੀਅਨ ਯੂਰੋ, 2-3 ਮਿਲੀਅਨ ਯੂਰੋ ਦਾ ਉਹਨਾਂ ਦਾ ਸਮਾਨ ਸੜਿਆ ਤੇ 1 ਰੁਪਈਏ ਦੀ ਸੋਲੂਸ਼ਨ ਉਠਾਇਆ। ਮੁਬਸ਼ਰ ਸਾਹਿਬ, ਕਿੰਨੇ ਮਿੰਟ ਹੋ ਗਏ ਭਲਾ? ਝੂਠ ਪਾਇਆ ਸੀ ਮੈਂ ਉਹਦੀ ਹੁਣ ਗੱਲ ਤੇਰੀ। ਉਹਦੇ ਉਸ ਉਹਨਾਂ ਬੰਦਿਆਂ ਦੀ 1 ਰੁਪਈਏ ਦੀ ਫਿਜ਼ੀਸ਼ਰ ਹੋਣੀ ਸੀ, ਉਹਨਾਂ ਨੂੰ 1 ਰੁਪਈਆ ਵੀ ਫਿਜ਼ੀਸ਼ਰ ਵੱਲੋਂ ਨਹੀਂ ਸੀ ਮਿਲਣਾ, ਫੇਰ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਅਜੇ ਤੱਕ ਜਾਰੀ ਹੈ। ਤੇ ਉਹਦੇ ਵਿੱਚ ਉਹਨਾਂ ਨੇ ਉਂਝ ਦੀ ਖਬਰ ਉਸ ਬੰਦੇ ਵਾਸਤੇ ਦਿੱਤੀ ਹੈ ਜੰਜ ਦੀ ਅਫਗਾਨੀਆਂ ਵਾਸਤੇ ਦਿੱਤੀ ਹੈ ਕਿ ਸਾਨੂੰ ਸ਼ੱਕ ਹੈ। ਠੀਕ, ਉਹ ਸ਼ੱਕ ਹਰ ਇੱਕ ਤੇ ਕਰਦੇ ਨੇ, ਇਹ ਜਰਮਨ ਆਵਾਮ ਇੰਜ ਦੀ ਹੈ। ਉਹਦੇ ਤੋਂ ਉਹਨਾਂ ਉੱਤੇ ਉਹ ਕਹਿ ਲਓ ਕਿ ਜਿਹੜਾ ਉਹਨਾਂ ਨੂੰ ਸ਼ੱਕ ਹੈ ਉਹ ਅਜੇ ਤੱਕ ਸਾਬਤ ਵੀ ਨਹੀਂ ਹੋਇਆ, ਉਹ ਅਜੇ ਤੱਕ ਕੇਸ ਚੱਲਣ ਡਿਆ। ਠੀਕ ਹੈ, ਜਿਸ ਤਰ੍ਹਾਂ ਉੱਥੇ ਅਫਗਾਨੀਆਂ ਦੀ ਮਾਰਕੀਟ ਦਾ ਚੱਲਣ ਡਿਆ, 3 ਮਿਲੀਅਨ ਤੋਂ 4 ਮਿਲੀਅਨ ਦਾ ਸਮਾਨ ਉਹਨਾਂ ਦਾ ਸੜ ਗਿਆ, 1 ਰੁਪਈਆ ਨਹੀਂ ਸਰਕਾਰ ਨੇ ਦੇਣਾ, ਪਰ ਫਿਰ ਵੀ ਉਹਨਾਂ ਤੇ ਇਨਵੈਸਟੀਗੇਸ਼ਨ ਚੱਲਣ ਡਈ ਹੈ। ਤੇ ਇਹ ਨਾਰਮਲ ਜਰਮਨ ਕਾਨੂੰਨ ਹੈ ਕਿ ਅਗਰ ਕੋਈ ਇੰਜ ਦਾ ਕੰਮ ਹੁੰਦਾ ਤੇ ਉਹ ਸ਼ੱਕ ਦੀ ਬਿਨਾਹ 'ਚ ਅਗਲੇ ਬੰਦੇ ਨੂੰ ਵੇਖਦੇ ਨੇ ਕਿ ਇਹ ਨੇ, ਅਗਰ ਇੱਥੇ ਕਿਤੇ ਅੱਗ ਲੱਗੀ ਹੈ, ਮਾਰਕੀਟ ਹੈ, ਘਰ ਹੈ, ਕੋਈ ਦੁਕਾਨ ਹੈ, ਕੋਈ ਕਮਰਾ ਹੈ, ਕੋਈ ਬੈਠਕ ਹੈ, ਇਹ ਸੜੀ ਹੈ, ਤੇ ਕਿਸੇ ਇਸ ਬੰਦੇ ਨੇ ਜਾਣ ਬੁੱਝ ਕਿਤੇ ਨਹੀਂ ਲਾਈ, ਅਗਰ ਇਹਦੀ ਕਤਾਹੀ ਦੀ ਵਜ੍ਹਾ ਤੋਂ ਲੱਗੀ ਹੈ ਜਾਂ ਇਹਦੀ ਵਜ੍ਹਾ ਤੋਂ ਲੱਗੀ ਹੈ। ਕਿਹੜਾ ਮੋਡਰੇਟਰ ਇੰਨਾ ਤੇਜ਼ ਹਰ ਬੰਦੇ ਨੂੰ ਮਿਊਟ ਮਾਰੀ ਜਾਣ ਡਿਆ, ਕੋਈ ਮਾੜਾ ਜਿਹਾ ਵੀ ਮੈਸੇਜ ਕਰਦਾ ਤੇ? ਰਾਨੀ ਖਜ਼ੈਨ ਭਾਈ ਜਿਹੜਾ ਬੰਦਾ ਮਿਊਟ ਕਰਦਾ ਨਾ ਉੱਥੇ ਆਉਂਦਾ ਪਿਆ, ਕੋਈ ਵੀ ਬੰਦਾ ਨਾ ਸਾ ਉਹਨਾਂ ਨੂੰ ਮਿਊਟ ਕਰੀ ਜਾਣ, ਕੋਈ ਵੀ ਬੰਦਾ ਨਾ ਉਹਨੂੰ ਫੜ ਜਾ, ਮਤਲਬ ਕਿ ਮਰਾਨ ਲਿਖਣ ਦੇ ਉਹਦਾ ਵੇਖੇ ਹੁਣ ਤੈਨੂੰ ਕਾਲੋ, ਮਤਲਬ ਕਿ ਮਰਾਨ ਜਿਹੜਾ ਲਿਖਿਆ ਮੈਸੇਜ ਕੀ ਲਿਖਿਆ? ਮੈਂ ਕਹਿੰਦਿਆ ਨਹੀਂ, ਮਿਊਟ ਜਿਹੜਾ ਬੰਦਾ ਕਰਦਾ, ਕਿਸੇ ਸਰਕਾਰ ਲਿਖਿਆ ਤੇ ਤੈਨੂੰ ਮਿਊਟ ਕਰ ਦੇਣਾ ਚਾਹੀਦਾ। ਕਿਨੂੰ? ਨਹੀਂ ਨਹੀਂ, ਐ ਨਹੀਂ ਕਰਨਾ ਚਾਹੀਦਾ ਯਾਰ, ਉਹਨੇ ਲਿਖਿਆ ਨਾ, ਮਿਊਟ ਕਿਨੇ ਕੀਤਾ? ਛੋਟੀ ਸਰਕਾਰ ਤੇ ਇਹਦੇ ਤੇ ਮਿਊਟ ਕਰ ਦਿੱਤਾ। ਨਹੀਂ, ਉਹਨੇ ਦੂਸਰਾ ਮਿਰਜ਼ਾ ਸਾਹਿਬ ਦੇ ਬਾਰੇ ਜੀ ਲਿਖਿਆ, ਮੈਂ ਤੈਨੂੰ ਕੀਤਾ ਵੀ ਨਹੀਂ, ਦੇ ਬਾਰੇ ਕੁਝ ਵੀ ਨਹੀਂ ਲਿਖਿਆ। ਜਿੰਨੀ ਦੇਰ ਤੁਸੀਂ ਇਹ, ਹਾਂਜੀ ਹੋ ਗਈ ਗੱਲ ਭਾਈ ਖਤਮ? ਮੈਂ ਸੌ ਗਿਆ ਸੀ ਯਾਰ, ਸੌਰੀ। ਕੋਈ ਗੱਲ ਨਹੀਂ, ਨਹੀਂ ਮੈਂ ਸੌਂ ਗਿਆ ਸੀ, ਮੈਂ ਕਿਹਾ ਮੈਂ ਨੀਂਦ ਕਰ ਲਾਂ ਥੋੜੀ ਜਿਹੀ। ਠੀਕ ਹੈ ਠੀਕ, ਮੈਂ ਦੂਜਾ ਸਮਝਿਆ। ਨਹੀਂ ਮੈਂ ਸੌਂ ਗਿਆ ਸੀ, ਮੈਂ ਕਿਹਾ ਥੋੜੀ ਨੀਂਦ ਹੀ ਕਰ ਲਵਾਂ, ਛੋਟੀ ਸਰਕਾਰ ਨੂੰ ਗੱਲ ਕਰਤੀ। ਅੱਛਾ ਹੁਣ ਮੈਂ ਸੌਣ ਲੱਗਾ, ਤੁਸੀਂ ਗੱਲ ਕਰੋ ਪੂਰੀ। ਹਾਂ ਨਹੀਂ ਨਹੀਂ, ਮੈਂ ਕਿਹਾ ਬਸ ਗੱਲ ਮਾਸ਼ਾਅੱਲਾ ਖੁੱਲ ਡੋਲ ਕੇ ਕਰਨੀ, ਮੈਂ ਚਲੋ ਥੋੜਾ ਆਰਾਮ ਕਰ ਲਾਂ। ਨਹੀਂ ਨਹੀਂ ਠੀਕ, ਮੈਂ ਗੱਲ ਹੋ ਗਈ ਮੁਕੰਮਲ? ਕਰੋ ਕਰੋ ਕਰੋ।
ਨਹੀਂ ਨਹੀਂ ਐਂਬੂਲੈਂਸ ਦੀ ਕੋਈ ਨਹੀਂ, ਲੱਤਾਂ ਮਿਲੀਆਂ ਹਲੇ ਕੰਮ ਕਰਦੀਆਂ ਨਾ, ਮੈਂ ਤੁਰ ਕੇ ਵੀ ਚਲਾ ਜਾਂਦਾ ਹਸਪਤਾਲ। ਠੀਕ ਹੈ ਠੀਕ ਹੈ ਠੀਕ ਹੈ, ਐਂਬੂਲੈਂਸ ਦੀ ਕੋਈ ਲੋੜ ਨਹੀਂ। ਹਾਂਜੀ ਤੁਸੀਂ ਆਪ ਡਾਕਟਰ? ਹਾਂਜੀ ਨਹੀਂ ਉਹ ਮੈਂ ਡੰਗਰਾਂ ਦਾ ਡਾਕਟਰ, ਬੰਦਿਆਂ ਦਾ ਨਹੀਂ ਹੈਗਾ। ਅੱਛਾ ਅਤੇ ਇਹ ਛੋਟੀ ਸਰਕਾਰ, ਇਹ ਹੁਣ ਐਡੀ ਲੰਬੀ ਤੁਸੀਂ 11 ਮਿੰਟਾਂ ਦੀ ਤਕਰੀਰ ਕੀਤੀ ਆ, ਅਤੇ ਗੱਲ ਨਿੱਕੀ ਜਿਹੀ ਹੈਗੀ ਸੀ। ਮੈਂ ਤੁਹਾਨੂੰ ਆ ਕੇ ਇਹ ਕੋਈ ਲੱਭ ਕੇ ਕਿਤੋਂ ਐਵੀਡੈਂਸ ਤੁਹਾਨੂੰ ਦੇ ਦਿਆਂਗਾ ਕਿ ਇਹ ਤੁਹਾਡੇ ਬੰਦੇ ਜਿਹੜੇ ਆ ਇਹ ਮੁਸਲਮਾਨਾਂ 'ਤੇ ਪਾਉਂਦੇ ਰਹੇ। ਠੀਕ ਆ, ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਮੈਂ ਨਿੱਕੀ ਜਿਹੀ ਗੱਲ ਪੁੱਛੀ ਸੀ, ਉਹ ਜਿਹੜੇ ਅੰਦਰ ਨਾਰੇ ਲਿਖੇ ਹੋਏ ਸੀ ਘਰ ਦੇ ਵਿੱਚ, ਉਹ ਜਰਮਨਾਂ ਨੇ ਲਿਖੇ ਸੀ ਆ ਕੇ ਜਾਂ ਜਿਨ੍ਹਾਂ ਨੇ ਘਰ ਆਪਣਾ ਸਾੜਿਆ ਸੀ ਉਹਨਾਂ ਨੇ ਆਪ ਹੀ ਲਿਖੇ ਸੀ? ਇਹਦਾ ਮੈਨੂੰ ਜਵਾਬ ਦੇ ਦੇਣਾ ਜੀ, ਨਿੱਕੀ ਜਿਹੀ ਗੱਲ ਆ, ਨਿੱਕਾ ਜਿਹਾ ਜਵਾਬ ਦੇ ਦੇਣਾ ਜੀ ਤੁਸੀਂ। ਦੂਸਰੀ ਗੱਲ ਜਿਹੜੀ ਸੀ ਇਹਦੇ ਵਾਲੀ, ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਵਾਲੀ, ਮੈਂ ਝੂਠ ਕੋ ਨਹੀਂ ਬੋਲਿਆ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਤੈਨੂੰ ਗੱਲ ਦਾ ਪਤਾ ਨਹੀਂ ਸਾਰੀ ਦਾ, ਨਾ ਤੈਨੂੰ ਸਵਾਲ ਦਾ ਪਤਾ ਸੀ ਨਾ ਸੀ ਜਵਾਬ ਦਾ ਪਤਾ, ਅਤੇ ਤੂੰ ਗਲਤ ਗੱਲ ਕਰ ਰਿਹਾ ਸੀ। ਹੁਣ ਆ ਕੇ ਤੂੰ ਇਕਰਾਰੇ ਜੁਰਮ ਖੁਦ ਕਰ ਲਿਆ, ਤੂੰ ਉੱਥੇ ਝੂਠ ਬੋਲ ਕੇ ਆਇਆ ਸੀ। ਤੂੰ ਕਿਹਾ ਸੀ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਨੇ ਨਊਜ਼ ਬਿੱਲਾ ਦੋ ਖਵਾਤੀਨ ਦੇ ਨਾਲ ਕੋਈ ਗਲਤ ਕੰਮ ਕੀਤਾ। ਮੈਂ ਇਹਦੀ ਰਿਕਾਰਡਿੰਗ ਕਢਾ ਲੈਣੀ ਆ, ਅਗਰ ਇਹ ਗੱਲ ਨਾ ਹੋਈ ਤਾਂ ਮੈਂ ਤੇਰੇ ਕੋਲ ਮਾਜ਼ਰਤ ਕਰਾਂਗਾ, 70 ਬੰਦੇ ਸੁਣ ਰਹੇ ਆ। ਅਤੇ ਜੇ ਇਹ ਗੱਲ ਹੋਈ, ਤੂੰ ਉੱਥੇ ਇਹ ਗੱਲ ਕਰਕੇ ਆਇਆ ਸੀ ਕਿ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ 'ਤੇ ਇਲਜ਼ਾਮ ਲੱਗਿਆ ਦੋ ਖਵਾਤੀਨ ਦਾ, ਕਿ ਉਹਨਾਂ ਨਾਲ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਨੇ ਜਾਂ ਖਵਾਤੀਨ ਨੇ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਦੇ ਨਾਲ ਨਊਜ਼ ਬਿੱਲਾ ਕੋਈ ਗਲਤ ਕੰਮ ਕੀਤਾ, ਤੂੰ ਉੱਥੇ ਇਹ ਗੱਲ ਕਰਕੇ ਆਇਆ। ਹੁਣ ਤੂੰ ਕਹਿਣ ਡਿਆ ਵਾ ਆਣ ਕੇ ਇੱਥੇ ਕਿ ਜੀ ਇਹ ਹੀ ਮੈਂ ਪੁੱਛਿਆ ਸੀ, ਉਨਕੀ ਦੋ ਜੋਰੂਏ ਥੀ ਜੋ ਪੱਕੀ ਜ਼ਨਾਹਕਾਰ ਥੀ, ਹੁਣ ਤੂੰ ਬਿਆਨ ਬਦਲੀ ਜਾਂਦਾ ਆਪਣਾ, ਐਂ ਜੇ ਮੈਂ ਤੈਨੂੰ ਨਹੀਂ ਛੱਡਣਾ। ਜਿਹੜੀ ਤੂੰ ਉੱਥੇ ਗੱਲ ਕਰਕੇ ਆਇਆ ਸੀ ਬਰਾੜ, ਉਸ 'ਤੇ ਮੈਂ ਉਹਦੀ ਰਿਕਾਰਡਿੰਗ ਕਢਾ ਲੈਣੀ ਆ, ਬਲਕਿ ਹੋਈ ਪਈ ਹੋਏਗੀ ਰਿਕਾਰਡਿੰਗ। ਜੇ ਅਗਰ ਤੂੰ ਉਹ ਗੱਲ ਨਾ ਕੀਤੀ ਹੋਈ ਜਿਹੜੀ ਮੈਂ ਤੈਨੂੰ ਦੱਸ ਰਿਹਾ ਹਜ਼ਰਤ ਈਸਾ ਅਲੈਹਿ ਸਲਾਮ 'ਤੇ ਇਲਜ਼ਾਮ ਨਾ ਲਾਇਆ, ਤਾਂ ਮੈਂ ਮਾਜ਼ਰਤ ਕਰਾਂਗਾ, ਅਤੇ ਜੇ ਤੂੰ ਉਹ ਲਾਇਆ ਹੋਇਆ ਇਲਜ਼ਾਮ ਤਾਂ ਤੂੰ ਮਾਜ਼ਰਤ ਕਰੇਂਗਾ ਸਾਰੇ ਦੁਨੀਆ ਦੇ ਸਾਹਮਣੇ ਕਿ ਮੈਂ ਭਾਈ ਝੂਠ ਬੋਲ ਕੇ ਆਇਆ ਸੀ ਉੱਥੇ, ਮੈਨੂੰ ਨਹੀਂ ਸੀ ਸਮਝ ਆਈ। ਉੱਦਣ ਵੀ ਮੈਂ ਤੈਨੂੰ ਇਹੀ ਗੱਲ ਕੀਤੀ ਸੀ, ਮੈਂ ਕਿਹਾ ਛੋਟੀ ਸਰਕਾਰ ਤੈਨੂੰ ਨਾ ਸਵਾਲ ਦਾ ਪਤਾ ਨਾ ਤੈਨੂੰ ਜਵਾਬ ਦਾ ਪਤਾ, ਤੂੰ ਗਲਤ ਗੱਲ ਕਰ ਰਿਹਾ। ਮੈਂ ਇੰਝ ਗੱਲ ਨਹੀਂ ਕੀਤੀ, ਉਹ ਇੰਝ ਗੱਲ ਨਹੀਂ ਹੋਈ, ਨਾ ਹੀ ਉਹ ਹਵਾਲਾ ਇੰਝ ਦਾ। ਤੂੰ ਕਹਿੰਦਾ ਸੀ ਨਹੀਂ ਮੈਂ ਆਪ ਹੀ ਸੁਣਿਆ, ਮੈਂ ਕੰਨੀ ਸੁਣਿਆ, ਅਤੇ ਹੁਣ ਫਿਰ ਭੁਗਤੀ ਜਿਹੜਾ ਕੰਨੀ ਸੁਣਿਆ ਸੀ ਨਾ, ਉਹ ਮੈਂ ਰਿਕਾਰਡਿੰਗ ਕਢਾ ਕੇ ਸਵੇਰੇ ਲੈ ਆਵਾਂਗਾ, ਅਤੇ ਉਹ ਮੈਂ ਤੇਰੇ ਸਾਹਮਣੇ ਰੱਖ ਦਿਆਂਗਾ। ਅਤੇ ਅੱਜ ਵਾਲਾ ਬਿਆਨ ਤੇਰਾ ਰਿਕਾਰਡ ਹੋ ਗਿਆ, ਜਿਹੜਾ ਤੂੰ ਅੱਜ ਬਿਆਨ ਬਦਲਣ ਦਿਆਂ ਕਿ ਉਨਕੀ ਦੋ ਜੋਰੂਏ ਥੀ ਜੋ ਪੱਕੀ ਜ਼ਨਾਹਕਾਰ ਥੀ, ਅੱਜ ਤੂੰ ਇਹ ਬਿਆਨ ਦਿੱਤਾ, ਉਹ ਸਾਰੀ ਦੁਨੀਆ ਸੁਣ ਲੈਗੀ ਕਿ ਤੁਸੀਂ ਕਿੱਦਾਂ ਝੂਠ ਮਾਰਦੇ ਹੋ, ਅਤੇ ਝੂਠ ਮਾਰ ਕੇ ਅਗਲੇ ਬੰਦੇ 'ਤੇ ਇਲਜ਼ਾਮ ਲਾਉਂਦੇ, ਅਤੇ ਫਿਰ ਕੇ ਉੱਤੋਂ ਕਹਿਣਾ ਵੀ ਅਗਲੇ ਨੂੰ ਕਿ ਤੂੰ ਝੂਠ ਬੋਲ ਰਿਹਾ। ਅਤੇ ਇਹ ਜਰਮਨ ਵਾਲਾ ਵੀ ਮੈਂ ਤੈਨੂੰ ਸਬੂਤ ਲਿਆ ਕੇ ਦੇ ਦਿਆਂਗਾ, ਅਤੇ ਬਾਕੀ ਜਿਹੜੀ ਗੱਲ ਰਹਿ ਗਈ ਆ ਇਸ ਹਵਾਲੇ 'ਤੇ, ਇਸ ਹਵਾਲੇ 'ਤੇ ਗੱਲ ਉਦੋਂ ਹੋਏਗੀ, ਤੈਨੂੰ ਮੈਂ ਸਬੂਤ ਉਦੋਂ ਦਿਆਂਗਾ ਜਦੋਂ ਤੂੰ ਮੈਨੂੰ ਸਬੂਤ ਦੇਂਗਾ ਜਿਹੜੇ ਮੈਂ ਮਿਰਜ਼ਾ ਸਾਹਿਬ ਦੇ ਬਾਰੇ ਹਵਾਲੇ ਪੇਸ਼ ਕਰਾਂਗਾ। ਉਹ ਭਾਵਾਂ ਹੁਣੇ ਸ਼ੁਰੂ ਕਰ ਲਾ, ਮੈਂ ਬੈਠਾ ਇੱਥੇ, ਭਾਵਾਂ ਸਵੇਰੇ ਕਰ ਲਓ, ਭਾਵਾਂ ਪਰਸੋਂ ਕਰ ਲਓ, ਭਾਵਾਂ ਚੌਥ ਕਰ ਲਓ, ਗੱਲ ਮੇਰੀ ਮੁੱਕ ਗਈ। ਅੱਛਾ ਜੀ, ਅਗਰ ਕਿਸੇ ਦੀ ਜੋਰੂ ਹੋਵੇ, ਠੀਕ ਹੈ, ਜੋਰੂ ਤੋਂ ਮੁਰਾਦ ਕੀ ਹੁੰਦਾ ਹੁੰਦੀ ਹੈ, ਤੇ ਅਗਰ ਉਹ ਜੋਗਵਾ ਸਨ ਤੇ ਉਹ ਗੁਨਾਹਗਾਰ ਤੇ ਫਾਟਕ ਸਨ, ਤੇ ਉਹ ਮਤਲਬ ਕਿ ਉਹਨਾਂ ਨਾਲ ਗੁਨਾਹ ਨਹੀਂ ਕੀਤਾ ਉਹਨਾਂ ਨੇ, ਉਹ ਉੱਤੇ ਸਾਰੀ ਮਨੂਨ ਇਹ ਬਾਕੀ ਹੋ ਕੇ ਮੈਂ ਨਹੀਂ ਮੰਨਦਾ। ਇੱਕ ਮਿੰਟ ਇੱਥੇ ਚੁੱਪ ਕਰ ਜਾ, ਇੱਥੇ ਚੁੱਪ ਕਰ ਜਾ। ਅਗਰ ਹੁਣ ਦੁਬਾਰਾ ਇਹ ਗੱਲਾਂ ਰਿਪੀਟ ਕਰੇਂਗਾ ਨਾ, ਤਾਂ ਮੈਂ ਵੀ ਮਿਰਜ਼ਾ ਸਾਹਿਬ ਦਾ ਇੱਕ ਹਵਾਲਾ ਕੱਢ ਲੈਣਾ, ਤੇ ਮੈਂ ਵੀ ਬਾਰ ਬਾਰ ਇਹ ਰਿਪੀਟ ਕਰਾਂਗਾ। ਤਾਂ ਮੈਂ ਤੁਹਾਨੂੰ ਪਹਿਲੇ ਦੱਸਤਾ ਹੈ। ਅੱਛਾ, ਮਤਲਬ ਮੈਂ ਹੁਣ ਗੱਲ ਆਪਣੀ ਵਾਜ਼ੇ ਨਾ ਕਰਾਂ? ਨਹੀਂ ਕਰ ਸਕਦਾ ਨਾ, ਨਹੀਂ ਕਰ ਸਕਦਾ ਰਿਪੀਟ। ਤੂੰ ਜੇ ਰਿਪੀਟ ਕਰੇਂਗਾ ਤਾਂ ਮੈਂ ਮਿਰਜ਼ਾ ਸਾਹਿਬ ਦਾ ਹਵਾਲਾ ਕੱਢ ਕੇ ਮੈਂ ਵੀ ਆਪਣੀ ਹਰ ਗੱਲ ਨਾਲ ਉਹਨੂੰ ਰਿਪੀਟ ਕਰਾਂਗਾ। ਠੀਕ ਤੈਨੂੰ ਜਦੋਂ ਕਿਹਾ ਮੈਂ ਕਰਾਂਗਾ, ਲੇਕਿਨ ਜਦੋਂ ਗੱਲ ਹੋਏਗੀ
ਮੈਨੂੰ ਸਮਝ ਆ ਗਈ, ਸਮਝ ਆ ਗਈ ਹੈ ਕਿ ਮੈਂ ਹੁਣ ਗੱਲ ਹੀ ਨਾ ਕਰਾਂ, ਮੈਨੂੰ ਪਤਾ ਹੈ ਤੁਸੀਂ ਸ਼ਰਮ ਮਹਿਸੂਸ ਕਰ ਰਹੇ ਹੋ। ਯਾਰ ਮੈਂ ਤੈਨੂੰ ਦੱਸ ਦਿੱਤਾ ਨਾ ਕਿ ਪਹਿਲੀ ਗੱਲ ਤੇ ਕਿਤਾਬ ਚ ਨਹੀਂ ਸੀ ਲਿਖਣੀ ਜਾਣੀ ਚਾਹੀਦੀ, ਦੂਜੀ ਗੱਲ ਇਹ ਵੇਖ ਤੂੰ ਆਪਣੀ ਆਪਣੇ ਟਾਈਮ ਦੇ ਵਿੱਚ, ਯਾਰ ਹੁਣ ਮੇਰੀ ਗੱਲ ਤਾਂ ਸੁਣ ਲੈ, ਆਪਣੀ ਟਾਈਮ ਦੇ ਵਿੱਚ ਤੂੰ ਭੌਂਕ ਕੇ ਦੱਸਣਾ ਹੈ, ਇਹ ਗੱਲ ਤੂੰ ਮੈਨੂੰ ਕਹੀ ਕਿ ਤੂੰ ਭੌਂਕ ਕੇ ਦੱਸਣਾ ਹੈ। ਸਾਰੇ ਪੜ੍ਹ ਲਈ ਤੂੰ, ਲੇਕਿਨ ਜ਼ਰੂਰੀ ਨਹੀਂ ਵੀ ਹੁਣ ਗੱਲ ਅੱਜ ਵੀ ਘੰਟਾ ਪੜ੍ਹ ਕੇ ਸੁਣਾਵੇ, ਸਵੇਰੇ ਫਿਰ ਸੁਣਾਵੇ, ਡਿਬੇਟ ਵਾਲੇ ਦਿਨ ਫਿਰ ਸੁਣਾਵੇ, ਨਹੀਂ ਇਹ ਕੰਮ ਨਾ ਮੈਂ ਵਾਰਨ ਕੀਤਾ ਕਿ ਨਾ ਕਰ ਇੰਜ ਕੰਮ, ਤੂੰ ਫਿਰ ਕਰੀ ਜਾਂਦਾ ਬਹੁਤਾ, ਮੈਂ ਕਿਹੜਾ ਹੁਣ ਰੋਟੀ ਨੂੰ ਚੋਚੀ ਕਹਿੰਦਾ, ਤੂੰ ਜੋ ਕਰੀ ਜਾਂਦਾ ਤੈਨੂੰ ਸ਼ਰਮਿੰਦਗੀ ਹੋ ਰਹੀ ਹੈ, ਤੇ ਮੈਂ ਫਿਰ ਮਿਰਜ਼ਾ ਸਾਹਿਬ ਦਾ ਕੱਢ ਲੈਣਾ, ਤੂੰ ਵੀ ਰੋਕੇਗਾ, ਮੈਂ ਵੀ ਤੈਨੂੰ ਕਹਾਂਗਾ ਸ਼ਰਮ ਆ ਰਹੀ ਹੁਣ ਛੋਟੀ ਸਰਕਾਰ, ਹੁਣ ਸ਼ਰਮ ਆ ਰਹੀ ਤੈਨੂੰ, ਮੇਰੇ ਮੂੰਹ ਚ ਯਾਰ ਕਿਹੜਾ ਜ਼ਬਾਨ ਨਹੀਂ ਹੈ। ਮੈਂ ਗੱਲ ਕਰ ਰਿਹਾ ਵਾ ਜਿਹੜੀ ਇਬਾਰਤ, ਦੇਖੋ ਮੇਰੀ ਗੱਲ, ਜਿਹੜੀ ਇਬਾਰਤ ਕਿਸੇ ਨੇ ਲਿਖੀ ਹੈ ਨਾ, ਠੀਕ ਹੈ, ਉਹਨੇ ਅਗਰ ਕਿਸੇ ਦੀ ਸਲਾਹ ਵਾਸਤੇ ਲਿਖੀ, ਕਿਸੇ ਦੀ ਸਲਾਹ ਵਾਸਤੇ ਲਿਖੀ, ਠੀਕ ਹੈ, ਤੇ ਉਹ ਸੁਣਨ ਲੱਗਿਆ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ, ਤੇ ਅਗਰ ਉਹ ਸੱਚੀ ਇਬਾਰਤ ਹੈ ਫਿਰ ਤੇ ਪੱਕੀ ਗੱਲ ਕਿ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਬੰਦੇ ਨੂੰ, ਠੀਕ ਹੈ, ਤੇ ਅਗਰ ਤੁਸੀਂ ਕਹਿ ਰਹੇ ਹੋ ਛੋਟੀ ਸਰਕਾਰ, ਮੈਂ ਦੂਸਰੀ ਵਾਰੀ ਮੈਂ ਕਹਿਣ ਡਿਆ, ਮੈਂ ਕਹਿਣ ਡਿਆ ਕਿ ਮੈਂ ਨਹੀਂ ਕਰਦਾ, ਨਹੀਂ ਹੁਣ ਤੂੰ ਚੁੱਪ ਕਰ ਮੁਬਸ਼ਰ ਸਾਹਿਬ, ਮੁਬਸ਼ਰ ਸਾਹਿਬ ਇੱਕ ਮਿੰਟ ਮਾਈਕ ਬੰਦ ਕਰ, ਮੁਬਸ਼ਰ ਸਾਹਿਬ ਮੈਂ ਮੁਬਸ਼ਰ ਸਾਹਿਬ ਇੱਕ ਮਿੰਟ ਮਾਈਕ ਮਿਊਟ ਕਰ, ਮੁਬਸ਼ਰ ਸਾਹਿਬ ਮੈਂ ਤੁਹਾਡਾ ਦੂਸਰੀ, ਪਹਿਲੀ ਵਾਰੀ ਮੈਂ ਛੋਟੀ ਸਰਕਾਰ ਨੂੰ ਰੋਕਿਆ, ਦੂਸਰੀ ਵਾਰੀ ਹੁਣ ਮੈਂ ਤੁਹਾਡੇ ਨੋਟਿਸ ਦਿਲਾ ਰਿਹਾ, ਇਹ ਬੰਦਾ ਬਾਰ ਬਾਰ ਉਹ ਗੱਲਾਂ ਰਿਪੀਟ ਕਰਦਾ, ਕਦੀ ਜੀ ਸ਼ਰਮ ਨਹੀਂ ਆਉਣੀ ਚਾਹੀਦੀ ਇੱਦਾਂ ਦੀਆਂ ਗੱਲਾਂ 'ਤੇ, ਕਦੀ ਤੈਨੂੰ ਸ਼ਰਮ ਆ ਰਹੀ ਆ, ਕਦੀ ਇਬਾਰਤਾਂ ਪੜ੍ਹਦਾ ਉਹ ਬਾਰ ਬਾਰ, ਵੇਖ ਮੈਂ ਰੋਟੀ ਨੂੰ ਚੋਚੀ ਨਹੀਂ ਕਹਿੰਦਾ, ਮੇਰੇ ਮੂੰਹ 'ਚ ਜ਼ਬਾਨ ਵੀ ਹੈਗੀ ਹੈ, ਅਤੇ ਮੈਂ ਇਹਦੇ ਨਾਲ ਤਗੜਾ ਇਹਨੂੰ ਜਵਾਬ ਦੇ ਸਕਦਾ ਇੱਥੇ, ਇਹਨੇ ਇੱਕ ਮਿੰਟ ਵੀ ਨਹੀਂ ਬਰਦਾਸ਼ਤ ਕਰਨਾ ਮੇਰਾ ਜਵਾਬ, ਅਤੇ ਮੈਂ ਤੁਹਾਨੂੰ ਤਵੱਜੋ ਦਿਲਾ ਰਿਹਾ ਕਿ ਅਗਰ ਹੁਣ ਨੈਕਸਟ ਇਹਨੇ ਜਿੱਦਾਂ ਦੀ ਗੱਲ ਕਰਨੀ ਹੈ ਮੈਂ ਇਹਨੂੰ ਉੱਦਾਂ ਦਾ ਜਵਾਬ ਦੇਣਾ। ਅੱਛਾ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਪਹਿਲ ਨਹੀਂ ਕਰਾਂਗਾ, ਅਤੇ ਮੈਂ ਤੁਹਾਡੇ ਤਵੱਜਾ ਵੀ ਦਿਲਾਵਾਂਗਾ, ਤੇ ਇਹ ਜਿਹੜਾ ਬਹੁਤਾ ਸਿਆਣਾ ਬਣਦਾ ਨਾ, ਤੇ ਮੈਂ ਇਹਦਾ ਸਿਆਣਪੁਣਾ ਇੱਕ ਸਕਿੰਟ ਚ ਕੱਢ ਦੇਣਾ ਹੁਣ ਜੇ ਇਹਨੇ ਗੱਲ ਕੀਤੀ ਤੇ। ਅੱਛਾ, ਹੁਣ ਮਿਹਰਬਾਨੀ ਤੁਹਾਡੀ, ਕੰਟਰੋਲ ਕਰ ਲਓ ਜੀ, ਕਰ ਲੈਨੇ ਆ ਮੇਰੀ ਗੱਲ ਸੁਣੋ ਡਾਕਟਰ ਸਾਹਿਬ, ਇਹ ਹਵਾਲੇ ਤੇ ਗੱਲ ਕਰਨ ਵਾਸਤੇ ਨਹੀਂ ਸੀ ਅਸੀਂ ਬੈਠੇ ਇੱਥੇ, ਹੋਰ ਕੋਈ ਕਿ ਹੋਰ ਕੋਈ ਵਜ੍ਹਾ ਸੀ ਜਿਹਦੇ ਵਜ੍ਹਾ? ਬਿਲਕੁਲ ਇਹਦੇ ਤੇ ਗੱਲ ਕਰਨ ਬੈਠੇ ਆ, ਮੈਂ ਆਪਣੀ ਸ਼ਰਤ ਦੱਸ ਦਿੱਤੀ ਆ, ਹੁਣੇ ਕਰਨੀ ਆ ਮੈਂ ਬੈਠਾ, ਕਰੋ ਗੱਲ, ਲੇਕਿਨ ਸ਼ਰਤ ਮੇਰੀ ਇਹ ਆ ਕਿ ਇੱਕ ਇਹ ਹਵਾਲਾ ਪੇਸ਼ ਕਰਨਗੇ, ਇੱਕ ਮੈਂ ਮਿਰਜ਼ਾ ਸਾਹਿਬ ਦਾ ਪੇਸ਼ ਕਰਾਂਗਾ, ਇਹ ਉਹਦਾ ਸਬੂਤ ਦੇਣਗੇ, ਮੈਂ ਇਹਦਾ ਦਿਆਂਗਾ। ਯਾਨੀ ਕਿ ਤੇਰੇ ਮੇ ਹਿੰਮਤ ਨਹੀਂ ਹੈ ਸੱਚ ਕੋ ਫੇਸ ਕਰਨੇ ਕੀ? ਅੱਛਾ, ਛੋਟੀ ਸਰਕਾਰ ਸਾਹਿਬ ਅਗਰ ਬਾਤ ਕਰਨੇ ਆਏ ਹੋ ਕਿ ਤੁਮੇ ਛੋਟੀ ਸਰਕਾਰ ਕੇ ਉਪਰ ਇਤਰਾਜ਼ ਹੈ ਔਰ ਵਹਾਂ ਸੇ ਬਾਤ। ਅੱਛਾ, ਇਹਨੂੰ ਰੋਕ ਲਓ ਆਪੇ, ਨਹੀਂ ਤਾਂ ਇਹਨੂੰ ਵੀ ਮੈਂ ਜਵਾਬ ਦੇ ਸਕਦਾ, ਜੇ ਇਹਨੂੰ ਮੈਂ ਹੀ ਜਵਾਬ ਦੇਣਾ ਤੇ ਮੈਂ ਇਹਨੂੰ ਵੀ ਦੇ ਸਕਦਾ ਵਾਂ, ਤੇ ਤੁਸੀਂ ਇਹਨੂੰ ਰੋਕ ਲਓ ਤਾਂ ਚੰਗੀ ਗੱਲ ਹੈ, ਮੈਂ ਇਹਨੂੰ ਨਹੀਂ ਰੋਕ ਸਕਦਾ, ਤੂੰ ਬੋਲ ਜਿਹੜਾ ਬੋਲਣਾ। ਇੱਕ ਮਿੰਟ ਠਹਿਰ ਜਾ, ਛੋਟੀ ਸਰਕਾਰ ਸਾਹਿਬ ਤੁਸੀਂ ਇਹ ਗੱਲ ਸੁਣ ਰਹੇ ਹੋ ਜਿਹੜੀ ਉਹਨਾਂ ਕਹੀ ਹੈ ਡਾਕਟਰ ਸਾਹਿਬ ਨੇ? ਸੱਪ ਨਹੀਂ ਸਾਂਪ,
ਮੈਂ ਪੰਜਾਬੀ ਦਾ ਬੋਲਣਾ ਮਾਮਾ ਤੂੰ ਮੇਰੇ ਸੇ ਬਿਹਤਰ ਨਹੀਂ ਉਰਦੂ ਬੋਲ ਸਕਤਾ ਇੱਕ ਮਿੰਟ ਯਾਰ ਮੈਂ ਸੁਣ ਲਿਆ ਜੇ ਪਹਿਲੀ ਗਾਲ ਆ ਗਈ ਜੇ ਤੇ ਹਾਂ ਬਿਲਕੁਲ ਗਾਲ ਆ ਪੰਜਾਬੀ ਚ ਇਹਨੂੰ ਗਾਲ ਹੀ ਕਹਿੰਦੇ ਆ ਮੈਂ ਵੀ ਕਹਾਂ ਕਿਸੇ ਬੰਦੇ ਨੂੰ ਮਾਮਾ ਇੱਥੇ ਫੇਰ ਤੇਰੀਆਂ ਨਾਲੇ ਚੀਕਾਂ ਨਿਕਲਣੀਆਂ ਇੱਕ ਮਿੰਟ ਯਾਰ ਕਹਾਂ ਮੈਂ ਵੀ ਮਾਮਾ ਕਿਸੇ ਨੂੰ ਅੱਛਾ ਮੈਂ ਜੋ ਕਹਿ ਰਿਹਾ ਯਾਰ ਮੈਂ ਜੋ ਕਹਿ ਰਿਹਾ ਬੰਬਾਸਟਿਕ ਸਾਹਿਬ ਮਾਮਾ ਕਹਤੇ ਆ ਬਾਪ ਕੇ ਸਾਲੇ ਕੋ ਪੰਜਾਬੀ ਮੈਂ ਇਸ ਲਈ ਉਹ ਮਾਮਾ ਇਸਤੇਮਾਲ ਹੋਤਾ ਗਾਲੀ ਕੀ ਟ੍ਰਾਂਸਲੇਸ਼ਨ ਵੀ ਕਰਦੀ ਆਪਣਾ ਨਿਕਾਲੀਏਗਾ ਪਲੀਜ਼ ਅੱਛਾ ਛੋਟੀ ਸਰਕਾਰ ਸਾਹਿਬ ਤੁਸੀਂ ਉਹ ਸੁਣ ਲਈਏ ਡਾਕਟਰ ਸਾਹਿਬ ਦੀ ਗੱਲ ਛੋਟੀ ਸਰਕਾਰ ਸਾਹਿਬ ਉਹ ਵੀ ਸੌਂ ਗਿਆ ਜੇ ਤੁਸੀਂ ਐਡੀ ਲੰਮੀ ਗੱਲ ਕਰਦੇ ਹੋ ਡਾਕਟਰ ਸਾਹਿਬ ਉਹ ਵੀ ਸੌਂ ਗਿਆ ਛੋਟੀ ਸਰਕਾਰ ਸਾਹਿਬ ਗਾਲੀਓ ਸੇ ਪ੍ਰੇਜ਼ ਕਰਨਾ ਯਾਰ ਜੀ 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 ਗਾਲੀਓ ਸੇ ਇਜਤਨਾਬ ਕਰਨਾ ਔਰ ਕਿਸੀ ਕੀ ਅਕਾਬਰੀਨ ਕੀ ਤਸਵੀਰਾਂ ਵੀ ਨਹੀਂ ਲਗਾਨੀ ਚਾਹੀਏ ਦੋਨੋਂ ਬਾਤਾਂ ਗਲਤ ਹੈ ਛੋਟੀ ਸਰਕਾਰ ਸਾਹਿਬ ਚਲੋ ਯਾਰ ਮੇਰੇ ਖਿਆਲ ਉਹ ਮਸਰੂਫ ਨੇ ਤੇ ਠੀਕ ਹੈ ਫਿਰ ਗੱਲ ਤੇ ਇੰਜ ਹੀ ਬਣਦੀ ਹੈ ਤੁਸੀਂ ਵੀ ਹਵਾਲੇ ਤੇ ਉਹ ਆਪਣਾ ਪ੍ਰੂਫ ਕਰਨ ਤੁਸੀਂ ਆਪਣਾ ਪ੍ਰੂਫ ਕਰੋ ਜੇ ਹੁਣ ਕਰਨੀ ਜੇ ਹੁਣ ਕਰ ਲਓ ਬਾਅਦ ਚੋਂ ਕਰਨੀ ਜੇ ਬਾਅਦ ਚੋਂ ਕਰ ਲਓ ਨਹੀਂ ਮੈਂ ਬੈਠਾ ਵਾਂ ਮੇਰੇ ਕੋਲ ਟਾਈਮ ਵੀ ਹੈ ਅਗਰ ਹੁਣ ਕਰਨੀ ਹੁਣੀ ਕਰ ਲੈਣੇ ਕੋਈ ਮਸਲਾ ਅਗਰ ਟਾਈਮ ਚਾਹੀਦਾ ਟਾਈਮ ਲੈ ਮੈਂ ਗੱਲ ਸੁਣ ਰਿਹਾ ਸੀ ਰੂਹਾਨੀ ਖਜ਼ਾਨ ਭਾਈ ਮੇਰਾ ਇੱਕ ਸਵਾਲ ਹੈ ਗੱਲ ਸੁਣ ਰਹੇ ਸੀ ਨੀਂਦ ਆ ਗਈ ਸੀ ਬਰਾੜ ਤੇ ਜਦੋਂ ਸਾਡੀ ਕੁਤਬ ਦੇ ਉੱਤੇ ਸਵਾਲਾਤ ਕੀਤੇ ਜਾਂਦੇ ਨੇ ਮਿਰਜ਼ਾ ਸਾਹਿਬ ਦੀ ਕਿਤਾਬ ਤੇ ਜਾਂ ਅਲ ਫਜ਼ਲ ਤੇ ਜਾਂ ਅਲ ਬਦਰ ਤੇ ਜਾਂ ਕਿਸੇ ਵੀ ਕਿਸਮ ਦੀ ਕਿਤਾਬ ਜਿਹੜੀ ਜਿਹੜੀ ਤਾਲਕ ਰੱਖਦੀ ਜਮਾਤ ਅਹਿਮਦੀਆ ਨਾਲ ਤੇ ਉਦੋਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਇੱਕ ਹਵਾਲਾ ਅਸੀਂ ਪੇਸ਼ ਕਰਾਂਗੇ ਤੇ ਇੱਕ ਜਿਹੜਾ ਮਰਜ਼ੀ ਅਹਿਮਦੀ ਆ ਕੇ ਹਵਾਲਾ ਪੇਸ਼ ਕਰ ਲਏ ਸਾਡੇ ਖਾਬ ਪੀਣ ਦਾ ਇਹ ਸ਼ਰਤ ਰੱਖੀ ਜਾਂਦੀ ਹਾਂ ਇਹ ਵੀ ਗੱਲ ਸਹੀ ਹੈ ਡਾਕਟਰ ਸਾਹਿਬ ਕੋ ਪੁੱਛ ਲੈਂਦੇ ਆ ਇਹਦਾ ਜਵਾਬ ਪੁੱਛ ਲੈ ਫਿਰ ਅਗਰ ਉਹਨਾਂ ਨਾਲ ਸਵਾਲ ਕੀਤਾ ਜਾ ਰਿਹਾ ਤੇ ਇਹ ਸ਼ਰਤ ਕਿਉਂ ਰੱਖੀ ਜਾ ਰਹੀ ਹੈ ਜਾਂ ਫਿਰ ਇਹ ਹਮੇਸ਼ਾ ਇਹ ਸ਼ਰਤ ਹੋਣੀ ਚਾਹੀਦੀ ਹੈ ਕਿਸੇ ਵੀ ਬਰਾੜ ਤੇ ਜਦੋਂ ਇਹ ਗੱਲ ਕਰਦੇ ਹੋਣ ਤੇ ਇਹ ਇਹਨਾਂ ਨੂੰ ਚਾਹੀਦਾ ਹੈ ਕਹਿਣ ਕਿ ਹਾਂ ਇੱਕ ਹਵਾਲਾ ਅਸੀਂ ਮਿਰਜ਼ਾ ਸਾਹਿਬ ਦਾ ਪੇਸ਼ ਕਰਨ ਡੇ ਹਾਂ ਇੱਕ ਹਵਾਲਾ ਤੁਸੀਂ ਸਾਡੇ ਅਕਾਬਰੀਨ ਦਾ ਆ ਕੇ ਪੇਸ਼ ਕਰ ਲਓ ਤੁਸੀਂ ਅਸੀਂ ਆਪਣੇ ਦਾ ਜਵਾਬ ਦੇ ਦਾਂਗੇ ਤੁਸੀਂ ਆਪਣੇ ਦਾ ਜਵਾਬ ਦੇ ਦਿਓ ਇੱਕ ਹਵਾਲਾ ਫਤਾਵਾ ਰਿਜ਼ਵੀਆ ਚੋਂ ਛੋਟੀ ਸਰਕਾਰ ਸਾਹਿਬ ਕੋ ਪੁੱਛ ਲਈਏ ਛੋਟੀ ਸਰਕਾਰ ਸਾਹਿਬ ਇਹਦੇ ਨਾਲ ਮੁਤਫਿਕ ਨੇ ਕੇ ਨਹੀਂ ਕੀ ਕਹਿੰਦੇ ਹੋ ਛੋਟੀ ਸਰਕਾਰ ਸਾਹਿਬ ਤੁਸੀਂ ਮੇਨ ਇੱਥੇ ਡਿਬੇਟਰਸ ਹੋ ਇਸ ਟਾਈਮ ਜੇ ਤੁਸੀਂ ਵਿਦਡਰਾਅ ਤੇ ਨਹੀਂ ਕਰ ਰਹੇ ਹਾਂਜੀ ਮੈਂ ਮੇਰੇ ਕੋਲ ਸਿਗਨਲ ਲੋ ਹੋ ਗਏ ਨੇ ਠੀਕ ਹੈ ਤੇ ਨਾਲੇ ਮੇਰੇ ਕੋਲ ਹੋਣਾ ਹੁਣ ਸ਼ੋਰ ਠੀਕ ਹੈ ਮੈਂ ਤੇ ਗੱਲ ਇਹੀ ਕਰਨੀ ਸੀ ਜਿਹੜੀ ਇਸੇ ਹਵਾਲੇ ਦੇ ਉੱਤੇ ਇਸੇ ਹਵਾਲੇ ਦਾ ਜਵਾਬ ਮੈਨੂੰ ਚਾਹੀਦਾ ਸੀ ਲੇਕਿਨ ਉਹਨਾਂ ਨੇ ਪਹਿਲੀ ਸ਼ਰਤ ਰੱਖ ਲਈ ਜੀ ਇੱਕ ਤੁਸੀਂ ਰੱਖੋ ਤੇ ਇੱਕ ਅਸੀਂ ਰੱਖਾਂਗੇ ਠੀਕ ਹੈ ਤੇ ਉਹ ਅਗਰ ਇਹ ਸ਼ਰਤ ਚਾਹੀਦਾ ਇਹਨਾਂ ਨੂੰ ਹਾਂ ਅਗਰ ਤੇ ਇਹ ਇੰਨੀ ਹੀ ਕੋਈ ਸ਼ਰਤ ਨਹੀਂ ਆ ਰਹੀ ਜਵਾਬ ਤੇ ਇਹਨਾਂ ਨੂੰ ਫੱਟ ਦੇਣਾ ਚਾਹੀਦਾ ਸੀ ਕਿਉਂਕਿ ਇਹ ਪਹਿਲਾਂ ਵੀ ਵਾਅਦਾ ਕਰਕੇ ਗਏ ਨੇ ਉੱਥੇ ਦੇ ਜਵਾਬ ਲੈ ਕੇ ਗਏ ਸਨ ਜਿਹੜਾ ਵੀ ਜਵਾਬ ਇਹਨਾਂ ਨੇ ਉੱਥੇ ਅਲੀਮ ਦੀ ਬਰਾੜ ਦੇ ਉੱਤੇ ਸਵਾਲ ਕੀਤਾ ਸੀ ਉਹਦੇ ਜਵਾਬ ਲੈ ਕੇ ਗਏ ਸਨ ਤੇ ਜਵਾਬਾਂ ਇਹਨਾਂ ਜਵਾਬ ਲੈ ਕੇ ਆਉਣਾ ਸੀ ਤੇ ਇਹਨਾਂ ਨੇ ਆਖਿਆ ਮੈਂ ਅਗਲੇ ਦਿਨ ਇਸ ਚੀਜ਼ ਦਾ ਜਵਾਬ ਲੈ ਕੇ ਆਵਾਂਗਾ ਤੇ ਉਹ ਅਗਲੇ ਦਿਨ ਜਵਾਬ ਇਹਨਾਂ ਨੇ ਜਾ ਕੇ ਆਪਣੀ ਬਰਾੜ ਤੇ ਦਿੱਤਾ ਠੀਕ ਹੈ ਉਹ ਵਾਪਸ ਆ ਕੇ ਨਹੀਂ ਸੀ ਦਿੱਤਾ ਮੈਂ ਤੇ ਉਹ ਜਵਾਬ ਮੰਗ ਰਿਹਾ ਸੀ ਕੋ ਜਵਾਬ ਇੱਥੇ ਦੇ ਦਿਓ ਸਾਨੂੰ ਵੀ ਨਜ਼ਰ ਆਈਏ ਕਿ ਇਹ ਹਵਾਲਾ ਠੀਕ ਹੈ ਇਹਦੇ ਚ ਜੋ ਲਿਖਿਆ ਉਹ ਠੀਕ ਲਿਖਿਆ ਬਾਈਬਲ ਚ ਵੈਸੇ ਨਹੀਂ ਇਸ ਤਰ੍ਹਾਂ ਲਿਖਿਆ ਦੂਸਰੀ ਕਿਹੜੀ ਗੱਲ ਹੋ ਰਹੀ ਸੀ ਮੈਂ ਗੱਲ ਸੁਣ ਰਿਹਾ ਸਾ ਮੈਨੂੰ ਗੱਲ ਭੁੱਲ ਗਈ ਕਿਹੜੀ ਦੂਜੀ ਗੱਲ ਹੋ ਰਹੀ ਸੀ ਬਹਰਹਾਲ ਅਗਰ ਇਹਨਾਂ ਨੇ ਇਹ ਅਸੂਲ ਬਣਾਉਣਾ ਤੇ ਫਿਰ ਇਹ ਅਸੂਲ ਇਹਨਾਂ ਨੇ ਆਪਣੀ ਬਰਾੜ ਤੇ ਵੀ ਰੱਖਣਾ ਕਿ ਇੱਕ ਸਵਾਲ ਇਹ ਕਰਨ ਤੇ ਇੱਕ ਸਵਾਲ ਦਾ ਜਵਾਬ ਅਸੀਂ ਦੇਵਾਂਗੇ ਇੱਕ ਸਵਾਲ ਦਾ ਜਵਾਬ ਇਹ ਦੇ ਦਿਓ
ਜੇ ਇਹੀ ਅਸੂਲ ਲੈ ਕੇ ਇੱਥੇ ਉਤਰਨਾ ਨਹੀਂ ਪਹਿਲੋ ਵੀ ਬਣਾਇਆ ਇਹਨਾਂ ਨੇ ਕਿੰਨੇ ਸਵਾਲਾਂ ਦੇ ਜਵਾਬ ਅਹਿਮਦੀਆਂ ਦੇ ਦਿੱਤੇ ਨੇ ਇੱਕ ਸਵਾਲ ਦਾ ਹਾਲਾਂਕਿ ਤੁਹਾਨੂੰ ਵੀ ਪਤਾ ਕਿ ਸ਼ੁਰੂ ਦਿਨ ਤੋਂ ਲੈ ਕੇ ਹੁਣ ਤੱਕ ਉਹਨਾਂ ਸਵਾਲਾਂ ਦੇ ਜਿਹਨਾਂ ਸਵਾਲਾਂ ਦੇ ਜਵਾਬ ਮੰਗ ਰਹੇ ਨੇ ਨਾ ਉਹ ਦਿਨ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਜਵਾਬ ਦਿੰਦੇ ਆਏ ਆ ਤੇ ਇੱਕ ਵਾਰੀ ਨਹੀਂ ਸਨ 2002 ਤੋਂ ਲੈ ਕੇ ਇੱਕ ਗੱਲ ਉਹ ਨਹੀਂ ਭਾਈ ਨਹੀਂ ਭੁੱਲ ਗਿਆ ਤੂੰ 1.25 ਸਾਲ ਤੋਂ ਦੇ ਰਹੇ ਆ ਹਾਂ 1.25 ਸਾਲ ਤੋਂ ਜਵਾਬ ਹਾਂ 1.25 ਸਾਲ ਤੋਂ ਉਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਆ ਲੇਕਿਨ ਤੁਹਾਡੇ ਕੋਲੋਂ ਜੇ ਇੱਕ ਸਵਾਲ ਪੁੱਛਿਆ ਗਿਆ ਤੇ ਤੁਹਾਡੀ ਇਬਾਰਤ ਤੁਹਾਡੀ ਇਬਾਰਤ ਤੁਸੀਂ ਉਹਨੂੰ ਜਵਾਬ ਤੁਸੀਂ ਆਪਣੀ ਬਰਾੜ ਤੇ ਟੁੱਟਾ ਭੱਜਾ ਜਵਾਬ ਦਿੱਤਾ ਹੋਇਆ ਜੇ ਤੁਸੀਂ ਪਹਿਲੇ ਇਹਦਾ ਜਵਾਬ ਦੇ ਦਿਓ ਆਪਣੇ ਜਿਸ ਤਰ੍ਹਾਂ ਵੀ ਤੁਸੀਂ ਦੇਣਾ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਇਹਦਾ ਜਵਾਬ ਦੇ ਲਓਗੇ ਤੇ ਅੱਗੋਂ ਤੁਸੀਂ ਵੀ ਆਪਣਾ ਹਵਾਲਾ ਪੇਸ਼ ਕਰ ਦੇਣਾ ਸੀ ਉਹਦਾ ਜਵਾਬ ਦੇ ਲਾਂਗੇ ਅਸੀਂ ਤੇ ਯੂਜ਼ ਟੂ ਅਸੀਂ ਜਵਾਬ ਦੇ ਲਾਂਗੇ ਇਹ ਮੈਨੂੰ ਗੱਲ ਦੀ ਸਮਝ ਆਈ ਹੈ ਹੁਣ ਤੁਸੀਂ ਜੇ ਇਹਦੇ ਉੱਤੇ ਰੋਸ਼ਨੀ ਪਾਣੀ ਹੈ ਤੇ ਪਲੀਜ਼ ਦੇਖੋ ਮੈਂ ਵੱਡੇ ਬਲਬ ਨਾ ਪਾਵਾਂਗਾ ਰੋਸ਼ਨੀ ਤੁਸੀਂ ਲੈ ਕਰੋ ਹਾਲੇ ਜਿਹੜਾ ਨਾ ਉਹ ਪੂਰਾ ਪਲਾਟ ਤੁਹਾਡਾ ਤਿਆਰ ਨਹੀਂ ਹੋਇਆ ਕਿ ਮੌਲਵੀ ਨੂੰ ਕਿਸ ਤਰੀਕੇ ਜਜ਼ਬਾਤੀ ਕਰਨਾ ਕਿਸ ਤਰੀਕੇ ਨੂੰ ਘੇਰ ਘੂਰ ਕੇ ਤੇ ਇਹਨੂੰ ਗੁੱਸਾ ਦਿਲਾਉਣਾ ਤੇ ਇਹਨੂੰ ਤੈਸ਼ ਦਿਲਾਉਣਾ ਵੀ ਇਹ ਪਹਿਲੇ ਜਵਾਬ ਦੇ ਤੂੰ ਤੇ ਚੁੱਪ ਕਰ ਜਾ ਯਾਰ ਚੁੱਪ ਕਰ ਜਾਓ ਇਹਨੇ ਤਾਂ ਬੰਦ ਕਰ ਲਓ ਮੇਰੇ ਭਰਾ ਤੂੰ ਨਾ ਜਜ਼ਬਾਤੀ ਹੋ ਨਾ ਗੁੱਸੇ ਉਹ ਨਹੀਂ ਮੈਂ ਹੁੰਦਾ ਤੂੰ ਮਾਈਕ ਬੰਦ ਕਰੇਗਾ ਤੇ ਫਿਰ ਮੈਂ ਨਾ ਹੋਵਾਂਗਾ ਨਾ ਮਾਈਕ ਖੋਲੇਗਾ ਤੇ ਫਿਰ ਮੈਂ ਹੋ ਜਾਣਾ ਗੱਲਾਂ ਨਹੀਂ ਕਰੋ ਡਿਸਕਸ਼ਨ ਸ਼ੁਰੂ ਕਰੋ ਮਾਈਕ ਬੰਦ ਕਰੇਗਾ ਤੇ ਮੈਂ ਹੋ ਜਾਵਾਂਗਾ ਨਾ ਚਲੋ ਜਮੀਲ ਸਾਹਿਬ ਉਹ ਅਭੀ ਕਰਤੇ ਹਾਂ ਆਹ ਕਰੋ ਜੀ ਕਰੋ ਤੇ ਉਹ ਜਨਾਬ ਇਹ ਆਪਕਾ ਸਾਰਾ ਜੋ ਕੋਸ਼ਿਸ਼ ਹੈ ਜੇ ਬੇਕਾਰ ਗਈ ਹੈ ਮੈਂ ਬਿਲਕੁਲ ਮੇਰੀ ਤਰਫ ਸੇ ਚਿੱਟਾ ਜਵਾਬ ਹੈ ਮੈਂ ਇਸ ਤਹਿਰੀਰ ਕਾ ਜਵਾਬ ਨਹੀਂ ਦੂੰਗਾ ਜਬ ਤੱਕ ਆਪ ਮੱਦੇ ਮੁਕਾਬਲ ਮੇਰੀ ਬਾਤ ਕਾ ਜਵਾਬ ਨਹੀਂ ਦੇਂਗੇ ਹਾਂ ਇਤਨਾ ਮੈਂ ਇਤਨਾ ਹਮੇਸ਼ਾ ਮੁਝਮੇ ਹੌਸਲਾ ਹੋਤਾ ਹੈ ਔਰ ਮੇਰੇ ਮੇਂ ਇਤਨੀ ਹਿੰਮਤ ਵੀ ਹੈ ਹੌਸਲਾ ਵੀ ਹੈ ਜਿਗਰ ਵੀ ਅੱਲਾ ਨੇ ਦਿਆ ਹੋਇਆ ਪਹਿਲੇ ਆਪ ਸਵਾਲ ਰੱਖੇ ਪਹਿਲੇ ਮੈਂ ਜਵਾਬ ਦੂੰਗਾ ਉਸਕੇ ਬਾਅਦ ਆਪ ਦੇ ਦੇਣਾ ਇਤਨਾ ਮੈਂ ਕਰ ਸਕਤਾ ਹੂੰ ਹਾਂ ਬਿਲਕੁਲ ਬਿਲਕੁਲ ਸਹੀ ਹੈ ਕਿਉਂ ਠੀਕ ਹੈ ਜੀ ਠੀਕ ਹੈ ਇਸੀ ਬਾਤ ਤੇ ਮੇਰੀ ਹੈ ਔਰ ਅੱਗੇ ਜੋ ਹੈ ਉਹ ਨਹੀਂ ਸ਼ੁਰੂਆਤ ਜਵਾਬ ਦੇਣੇ ਨੇ ਆਪ ਦੀ ਹੋਗੀ ਹਾਂ ਮੇਰੀ ਪਹਿਲੇ ਆਪ ਸਵਾਲ ਰੱਖ ਠੀਕ ਹੈ ਮੈਂ ਜਵਾਬ ਦੂੰਗਾ ਉਸਕੇ ਬਾਅਦ ਮੈਂ ਰੱਖੂੰਗਾ ਇਹ ਸਵਾਲ ਹੈ ਹਾਂ ਯਹੀ ਸਵਾਲ ਹੈ ਕਿ ਇਹ ਜੋ ਅਬਾਰਤ ਲਿਖੀ ਹੋਈ ਹੈ ਨਾ ਠੀਕ ਹੈ ਇਸ ਦਾ ਆਪਣੇ ਬਾਈਬਲ ਸੇ ਢੂੰਡ ਕੇ ਦੇਣਾ ਹਮੇ ਕਿ ਜੋ ਹਜ਼ਰਤ ਈਸਾ ਕੇ ਬਾਰੇ ਮੇਂ ਮੈਂ ਆਪਨੇ ਕਹਾ ਜੀ ਅਬਾਰਤ ਦੁਰਾਨੀ ਨਹੀਂ ਹੈ ਆਪਕੇ ਜਜ਼ਬਾਤ ਮਜਰੂਹ ਹੋਤੇ ਹੈ ਤੋ ਇਸ ਲਈ ਮੈਂ ਇਹ ਅਬਾਰਤ ਵੀ ਨਹੀਂ ਦੁਹਰਾਤਾ ਆਪ ਖੁਦ ਹੀ ਪੜ੍ਹ ਕੇ ਇਹ ਅਬਾਰਤ ਮੁਝੇ ਬਾਈਬਲ ਸੇ ਦਿਖਾ ਦੇ ਠੀਕ ਹੈ ਔਰ ਜੋ ਮਿਰਜ਼ਾ ਸਾਹਿਬ ਨੇ ਅਗਰ ਹਜ਼ਰਤ ਈਸਾ ਕੇ ਬਾਰੇ ਮੇਂ ਕੋਈ ਵੀ ਬਾਤ ਲਿਖੀ ਹੈ ਉਹ ਮੈਂ ਆਪ ਬਾਈਬਲ ਸੇ ਬਤਾ ਦੂੰਗਾ ਔਰ ਬਾਈਬਲ ਵੋ ਹੋਗੀ ਜੋ ਮਿਰਜ਼ਾ ਸਾਹਿਬ ਕੇ ਦੌਰ ਮੇਂ ਚੱਲ ਰਹੀ ਥੀ ਜੈਸਾ ਕਿ ਆਪਕੋ ਵੀ ਪਤਾ ਇਸ ਬਾਤ ਕਾ ਕਿ ਬਾਈਬਲ ਮੇਂ ਚੇਂਜਿੰਗ ਹੋਤੀ ਰਹਿਤੀ ਹੈ ਹੋਈ ਵੀ ਹੈ ਔਰ ਹੋਤੀ ਰਹੇਗੀ ਵੀ ਯੇ ਆਪਕੋ ਵੀ ਪਤਾ ਠੀਕ ਹੈ ਨਾ ਤੋ ਆਪ ਕਰੇ ਬਾਤ ਆਪ ਸ਼ੁਰੂ ਆਪ ਇਸਕਾ ਜਵਾਬ ਦੇ ਆਪਕੇ ਪਾਸ ਕਿਤਨੇ ਸਵਾਲ ਹੈ ਟੋਟਲ ਯੇ ਏਕ ਹੀ ਹੈ ਜਾਂ ਇਸਕੇ ਇਲਾਵਾ ਵੀ ਹੈ ਫਿਲਹਾਲ ਇੱਕ ਇੱਕ ਕਰਕੇ ਚੱਲਣਾ ਆਪਨੇ ਖੁਦ ਹੀ ਕਹਾ ਆਪਨੇ ਇੱਕ ਪੇਸ਼ ਕੀਆ ਇੱਕ ਹੀ ਮੈਂ ਪੇਸ਼ ਕਰੂੰਗਾ ਠੀਕ ਹੈ ਜੀ
अच्छा यानी पहले के पहले पेश भी आपने पहले कर लेना है नहीं नहीं मैं पहले पहले मैं जवाब दूंगा जो मुझे समझ आई थी बात की वो डॉक्टर साहब एक मिनट प्लीज जो मुझे समझ आई थी बात की वो ये थी कि आपने पहले इस हवाले का जवाब देना मुझे जो हाँ यार वही कह रहा हूँ वही बात कर रहा हूँ वही बात कर रहा हूँ हवाला लगाएंगे वो भी उसका फिर जोन से हम जवाब भाई मैं वही बात कर रहा हूँ मैं उससे मुकरा नहीं ना मैं बदल रहा हूँ मैं ये कह रहा हूँ कि पहले मैं सिर्फ पूछ रहा था इनके आपके पास सवाल कितने हैं इन्होंने कहा जी एक है मैंने कहा मेरा भी एक ही अभी मैंने इतनी बात की ये तो नहीं कह रहा कि मैं पहले सवाल रख रहा हूँ पहले मैं जवाब दूंगा आपके सवाल का उसके बाद आपको जवाब पसंद आए ना पसंद आए वो बात इमाम अहमद रज़ा खान साहब की आपकी नजर में साबित हो रही है तब भी नहीं हो रही तब भी मजीद उस पर कोई बहस नहीं इसी तरह मैं आप उसके बाद जवाब देने के बाद मैं अपना सवाल रखूंगा जो आप जवाब देना चाहें आपकी मर्जी है मुझे पसंद आए ना आए वो सुनने वाले फैसला खुद कर लेंगे ठीक है जी तो छोटी सरकार साहब ये बात छोटी सरकार ठीक है ठीक है अब जो सवाल दोहराने की इजाजत है कि नहीं कालू साहब सवाल दोहराने की इजाजत है सवाल दोहराने की आपने कालू से मैंने बात नहीं करनी मैं आपको पहले बता मेरी गलती सुन लो मैं आप उससे इनबॉक्स में जाके रट्टा मरवा लें इबारत का और खुद पढ़ लें आप या कोई और बंदा पढ़ ले सिर्फ सवाल ही है। कोई वड्डी गल नहीं मैं पढ़ नहीं सकता ठीक है वरना मैं